ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਪ੍ਰੋਗਰਾਮ ਹੈ ਜੀ ਪ੍ਰਾਈਮ ਫੋਕਸ ਜਿਹੜਾ ਕਿ ਹਰ ਰੋਜ਼ ਤੁਸੀਂ ਇਸ ਵੇਲੇ ਦੇਖਦੇ ਹੋ ਤੁਸੀਂ ਆਪਣਾ ਹੰਗਾਰਾ ਦਿੰਦੇ ਹੋ ਇਸ ਤੋਂ ਇਲਾਵਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਉਹਦੇ ਲਈ ਬੜੇ ਧੰਨਵਾਦੀ ਹਾਂ ਤੇ ਜਦੋਂ ਤੋਂ ਹੁਣ ਇਹ ਭਾਰਤ ਦੇ ਵਿੱਚ ਵੀ ਸੈਟਲਾਈਟ ਤੇ ਦੇਖਿਆ ਜਾਣ ਲੱਗਿਆ ਕਿਦਾਂ ਏਟਲ ਡਿਸ਼ ਦੇ ਉੱਪਰ 564 ਨੰਬਰ ਦੇ ਉੱਪਰ ਤੁਸੀਂ ਭਾਰਤ ਦੇ ਵਿੱਚ ਵੀ ਪ੍ਰਾਈਮੇਸ਼ੀਆ ਟੀਵੀ ਦੇਖਦੇ ਹਾਂ ਉਸ ਤੋਂ ਬਾਅਦ ਜਿਹੜਾ ਰਿਸਪੌਂਸ ਤੁਸੀਂ ਦਿੱਤਾ ਬਹੁਤ ਹੀ ਬੜੇ ਧੰਮਾਦਾਰੀ ਹਾਂ ਅੱਜ ਵੀ ਕੱਲਾ ਬਾਤਾਂ ਕਰਾਂਗੇ ਪੀਲਾ ਨਾਲ ਵਾਲੇ ਸਾਥੀ ਦਾ ਪਤਾ ਲੈ ਲਈਏ ਕੀ ਹਾਲ ਨੇ WhatsApp ਛੜਦੀ ਕਲਾ ਸੰਧਾਲੀ ਸਭ ਸਤਿ ਸ੍ਰੀ ਅਕਾਲ ਜੀ ਸਾਸਰੀ ਕਾਲ ਬਾਰੇ ਸੇਤਾ ਕਿਤਾ ਸੇਤਾ ਠੀਕ ਨੇ ਵਧੀਆ ਕਾਇਮ ਨੇ ਬੱਲੇ ਬੱਲੇ ਹਾਂਜੀ ਬਿਲਕੁਲ ਜਦੋਂ ਕਾਇਮ ਤੋਂ ਕਾਇਮ ਤੇ ਆਜੀ ਆ ਫੇ ਠੀਕ ਹੁੰਦੀਆਂ ਕਾਇਮ ਤੋਂ ਕਾਇਮ ਕਾਇਮ ਉਹ ਚੂਰਨ ਨੂੰ ਇੰਦਾ ਕਿ ਹੋ ਜਾਣਾ ਇਹ ਤਾਂ ਫੇ ਧੂਨੂ ਬਦਾਉਣਾ ਮਰੇ ਨਹੀਂ ਮੈਂ ਮਸ਼ਹੂਰੀ ਸੁਣੀ ਹੈ ਮਸ਼ਹੂਰੀ ਸੁਣੀ ਹੈ ਕਾਫੀ ਆਉਂਦੀ ਆ ਆਹ ਵਾਹ ਚਲੋ ਉਹ ਵੀ ਇਹਨੇ ਵੀ ਚੂਰਨ ਖਾ ਕੇ ਬੰਦਾ ਕਾਇਮ ਹੋ ਗਿਆ ਮੇਰੇ ਆਹ ਇਹ ਗੱਲ ਉਹ ਤੁਸੋਂ ਵਰਸਾ ਰੋਜ਼ ਤੁਸੀਂ ਮਤਲਬ ਇੱਥੇ ਬਹਿ ਕੇ ਪਤਾ ਨਹੀਂ ਕਿੰਨੀਆਂ ਖਬਰਾਂ ਸਜੋ ਖਬੇ ਖਬਿਓ ਫਿਰ ਸਜੇ ਸਜੋ ਫਿਰ ਖਬੇ ਤੇ ਖਬੇ ਫਿਰ ਸਜੇ ਕਰ ਦਿੰਨੇ ਕੋਈ ਲਾਭ ਹੋਇਆ ਇਹਨਾਂ ਦਾ ਵੀ ਲਾਭ ਪੂਰਾ ਹੋਇਆ ਮਾਰੇ ਜੀ ਵੀ ਖਬਰਾਂ ਦੀ ਐਫ ਡੀ ਕਰਾਈ ਵੀ ਲਾਭ ਹੋਇਆ ਨਹੀਂ ਪੂਰਾ ਇਹਨੂੰ ਇਦੋਂ ਸ਼ੁੱਧ ਲਾਭ ਪਤਾ ਕੀ ਹੋਇਆ ਉਸ ਐਫ ਡੀ ਦਾ ਵਿਆਜ ਤੁਸੀਂ ਨੋਟਾਂ 'ਚ ਦੇਖਦੇ ਆ ਮੈਂ ਪਰਿਵਾਰ ਦੇ ਮੈਂਬਰਾਂ 'ਚ ਦੇਖਦਾ ਨੇ ਮੈਂ ਨੋਟਾ ਚ ਦੇਖਦਾ ਨੋਟਾ ਹੀ ਦੇਖਦਾ ਲੋਕ ਸਿਆਣੇ ਹੋ ਗਏ ਅੱਗੇ ਨਾਲੋਂ ਨੋਟਾ ਨੂੰ ਵੱਧ ਵੋਟਾਂ ਪੈਣ ਲੱਗੀਆਂ ਵੱਧ ਵੋਟਾਂ ਪੈਣ ਲੱਗੀਆਂ ਇਹ ਵੀ ਫਰਕ ਹੈਗਾ ਉਹ ਕਹਿੰਦੇ ਸਾਨੂੰ ਕੋਈ ਬਚਣਾ ਬਚੇ ਪਰ ਤੁਹਾਨੂੰ ਇਹ ਘੜੀ ਥੱਲੇ ਲਾ ਕੇ ਰਹਿਣਾ ਹਾਂ ਇਹ ਮੈਂ ਮਾ ਤਾਂ ਕਿਉਂ ਗੱਲ ਕੀਤੀ ਸੀ ਦੇਖੋ ਖਬਰਾਂ ਦੀ ਗੱਲ ਆਪਾਂ ਇਸ ਕਰਕੇ ਕਰਦੇ ਹਰ ਰੋਜ਼ ਦੇਖੋ ਅੱਜ ਵੀ ਤੁਹਾਨੂੰ ਆਈਡੀਆ ਜਾ ਹੋ ਗਿਆ ਹੋਣਾ ਵੀ ਅੱਜ ਫੇਰ ਖਬਰਾਂ ਦੀ ਗੱਲ ਅਸੀਂ ਨਹੀਂ ਕਰ ਇਸ ਕਰਕੇ ਨਹੀਂ ਕਰਨੀ ਵਾਟਸਐਪ ਕਿਉਂਕਿ ਮੈਨੂੰ ਇਹ ਵੀ ਯਾਰ ਜਿੰਨਾ ਲਈ ਆਪਾਂ ਰੋਜ਼ ਖਬਰਾਂ ਦੀ ਗੱਲ ਕਰਦੇ ਕਦੀ ਕਦੀ ਉਹਨਾਂ ਦੀ ਗੱਲ ਵੀ ਹੋਣੀ ਚਾਹੀਦੀ ਹੈ ਜਿਹੜੇ ਸੱਜਣ ਫਿਰ ਵਿੱਚ ਕਦੀ ਕੋਈ ਕੋਈ ਵਿਰਲੇਟ ਆਵੇਂ ਸੱਜਣ ਲਈ ਯਾਰ ਅੱਜ ਕੋਈ ਖਬਰ ਵੀ ਕਰਦਾ ਉਹਨਾਂ ਨੂੰ ਅਸੀਂ ਪਹਿਲਾਂ ਦੱਸਦੀ ਕਿ ਅੱਜ ਅਸੀਂ ਕੋਈ ਖਬਰ ਨਹੀਂ ਕਰਨੀ ਜਿਦੋਂ ਲੱਗਦਾ ਵੀ ਯਾਰ ਉਹ 7 7.5 ਸਾਲ ਦਾ ਸਾਥ ਆ ਤੇ ਕੋਈ ਕਦੀ ਕਦੀ ਪਰਿਵਾਰ ਚ ਬਹਿ ਕੇ ਵੈਸੇ ਹੀ ਗੱਲਾਂ ਵੀ ਕਰਨੀਆਂ ਚਾਹੀਦੀਆਂ ਇਸ ਕਰਕੇ ਤੇ ਉਹ ਗੱਲਾਂ ਵੀ ਜੇ ਤੁਹਾਨੂੰ ਤਾਂ ਲੱਗਦਾ ਹੋਵੇ ਵੀ ਯਾਰ ਇਹਨਾਂ ਦਾ ਮੁੱਲ ਨਹੀਂ ਤਾਂ ਦੱਸ ਦਿਓ ਜੇ ਤੁਹਾਨੂੰ ਲੱਗਦਾ ਹੋਵੇ ਵੀ ਯਾਰ ਹਾਂ ਕਦੀ ਕਦੀ ਇਹ ਕਰਿਆ ਕਰੋ ਫਿਰ ਆਪਾਂ ਕਰਦੇ ਰਹਿਆ ਕਰਾਂਗੇ ਹਣੀ ਬਹੁਤੀਆਂ ਟਿੱਪਣੀਆਂ ਤਾਂ ਕਦੀ ਕਦੀ ਕਰਨ ਵਾਲਿਆਂ ਦੀਆਂ ਹੁੰਦੀਆਂ ਹਨ ਹਮ ਚਲੋ ਟੱਬਰ ਦੇ ਮੈਂਬਰ ਆ ਸੰਧਾਲੀਆ ਸਾਹਿਬ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰੀ ਮਿੱਠੇ ਜਾਣਾ ਆਪਾਂ ਜਦੋਂ ਮੇਲੇ ਚਾਈਦਾ ਤਾਂ ਮਿੱਠੇ ਨਹੀਂ ਜਾਈਦਾ ਕਿ ਜਲੇਬੀਆਂ ਖਾਣੀਆਂ ਨਸਕੁੱਲੇ ਕਲਾਬ ਜਾਮਣਾ ਖਾਣੀਆਂ ਕਿ ਪ੍ਰਸ਼ਾਦਾ ਸ਼ੱਕੇ ਵਾਪਸ ਆ ਜਾਣਾ ਕਦੇ ਮਿੱਠੇ ਨਹੀਂ ਚਾਹੀਦਾ ਕਿ ਭਾਈ ਆਪਾਂ ਖੜਾਉਣਾ ਕਿਹੜਾ ਲੈ ਕੇ ਦੇਣਾ ਬੱਚੇ ਨੂੰ ਆਪਾਂ ਜਾ ਕੇ ਵੇਖੀਦਾ ਕਿ ਭਾਈ ਦੁਕਾਨ ਕਿਹਦੀ ਚੰਗੀ ਲੱਗੀ ਆ ਕਿਹੜੀ ਚੀਜ਼ ਨਮੀ ਆ ਜਾਂ ਕਿਹੜੀ ਚੀਜ਼ ਦਾ ਮਹਿਕ ਠੀਕ ਆਉਂਦਾ ਕਿਹੜੀ ਚੀਜ਼ ਦਾ ਭਾਅ ਠੀਕ ਹੈ ਉਹਦੇ ਹਿਸਾਬ ਨਾਲ ਮੌਕੇ ਤੇ ਫੈਸਲਾ ਕਰ ਲੇਦਾ ਤੇ ਉਹ ਘੁੰਮ ਫਿਰ ਕੇ ਮੇਲਾ ਦੇਖਣਾ ਜ਼ਿਆਦਾ ਚੰਗਾ ਹੁੰਦਾ ਅੱਜ ਘੁੰਮ ਤੁਹ ਕੋ ਗੋਮ ਫਿਰ ਕੇ ਮੇਲਾ ਜੇ ਵੇਖਣਾ ਆਂ ਪਹਿਲਾਂ ਦੇਖੋ ਦੱਸ ਦੇ ਬਿ ਟੌਰ ਬੜੀ ਕੱਢੀ ਅੱਜ ਕੀ ਗੱਲ ਹੈ ਵਿਆਹ ਤੋਂ ਆਇਆ ਤੇ ਤੁਸੀਂ ਵੀ ਵਿਆਹ ਤੋਂ ਹੀ ਆਏ ਆ ਮੈਂ ਵੀ ਨਾਲ ਹੀ ਦੱਸ ਦਿਆਂ ਕਿ ਇਕੱਠਾ ਹੀ ਗਏ ਸੀ ਨਹੀਂ ਪਰ ਮੈਂ ਇੰਨੀ ਟੌਰ ਨਹੀਂ ਕੱਢੀ ਇਹ ਤਾਂ ਦੱਸਣ ਵਾਲੇ ਦੱਸਣਗੇ ਨਾ ਕਿ ਟੌਰ ਕੱਢੀ ਕਿ ਨਹੀਂ ਕੱਢੀ ਮੈਂ ਤਾਂ ਵਿਚਾਰਾ ਉਦਾਂ ਹੀ ਉਹੋ ਹੀ ਚੰਗਾ ਲੋ ਜੀ ਮੈਂ ਅੱਜ ਇਹ ਹੀ ਬੇਨਤੀ ਕਰਦਾ ਵੀ ਇਦਾਂ ਦੇ ਵਿਚਾਰੇ ਜਿਦਾਂ ਦੇ ਅੱਜ ਵਿਚਾਰੇ ਲੱਗੇ ਆ ਪਾਟੇ ਕਪੜੇ ਕਹਿੰਦੇ ਕਪੜੇ ਜਣੀ ਕਿ ਬਹੁਤੇ ਔਖਾ ਇੰਨਾ ਇੰਨਾ ਵਿਚਾਰਾ ਬੰਦਾ ਸਰ ਮੈਂ ਕਹਿੰਨਾ ਪੰਜਾਬ ਦੇ ਪੌਣੀ 3 ਕਰੋੜ ਲਈ ਜੇ ਵਿਚਾਰਾ ਹੀ ਉਹ ਜਿਹੜਾ ਮੈਨੂੰ ਕੋਈ ਦੁੱਖ ਨਹੀਂ ਤੇ ਮੈਂ ਸੋਚਦਾ ਹਾਂ ਵੀ ਅੱਜ ਨਾ ਮੈਨੂੰ ਉਹ ਮਸ਼ਹੂਰੀ ਵਾਲੇ ਨਹੀਂ ਦੇ ਕੇ ਸਰਪੀ ਜਿਹੜੇ ਮਸ਼ਹੂਰੀ ਵਾਲੇ ਖੜਦਾਂ ਸੀ ਉਹ ਨਾ ਲੈ ਜਾਣੋ ਯਾਰ ਇਤਨੀ ਸਫੇਦੀ ਮਤਲਬ ਇੱਕ ਛੱਲਿਆ ਛੱਗਾ ਰਾਤੀ ਮੈਨੂੰ ਪਤਾ ਕਿ ਛੱਲ ਕੇ ਪਾਇਆ ਬਾਹਰ ਸੁਕਣਾ ਫੇ ਸਵੇਰੇ ਜਦੋਂ ਸਿੱਲਾ ਜਾਸੀ ਪ੍ਰੈਸ ਕੀਤੀ ਆਪ ਨਹੀਂ ਵੇਖੋ ਇੱਥੋਂ ਪਤਾ ਲੱਗਦਾ ਵੀ ਬੰਦੇ 'ਚ ਜੋ ਕਲਾ ਹੋਣੀ ਚਾਹੀਦੀ ਸੀ ਸਾਬਣ 'ਚ ਕੁਝ ਨਹੀਂ ਹੁੰਦਾ ਸਾਬਣ 'ਚ ਕੁਝ ਨਹੀਂ ਹੁੰਦਾ ਬੰਦੇ 'ਚ ਕਲਾ ਹੋਣੀ ਚਾਹੀਦੀ ਤੇ ਚਲੋ ਮੈਂ ਕੱਪੜਿਆਂ ਦੀ ਗੱਲ ਤਾਂ ਛੇੜੀ ਜ ਇਹ ਆਪਾਂ ਵਿਆਹ ਦੀ ਗੱਲ ਕਰ ਲਈਏ ਚਲੋ ਆਪਾਂ ਹੁਣ ਵਿਆਹ ਕਿੰਨੇ ਮਹਿੰਗੇ ਹੋਗੇ ਤੁਸੀਂ ਦੇਖੋ ਜਦੋਂ ਨਵਾਂ ਨਵਾਂ ਰਵਾਜ ਚੱਲੇ ਹੈ ਨਾ ਫਲਾਨਿਆਂ ਨੇ ਪੈਲਸ ਚ ਕੀਤਾ ਵੇ ਉਹ ਕਹਿੰਦੇ ਪੈਲਸ ਚ ਕਰਨਾ ਉਦੋਂ ਪੈਲਸ ਵੀ ਬੜੇ ਸਾਦੇ ਜਿਹੇ ਸ਼ੁਰੂ-ਸ਼ੁਰੂ ਦੇ ਮੈਂ ਗੱਲ ਕਰਦਾ ਉਹਦੇ ਚ ਵੀ ਲੋਕਾਂ ਨੂੰ ਬੜਾ ਨਾਂ ਦਉਦਾ ਗੁਰਵਾ ਪੈਲਸ ਚ ਵਿਆਹ ਕੇ ਉੱਥੇ ਕੁਰਸੀਆਂ ਲੱਗੀਆਂ ਤੇ ਇੱਕ ਪਾਸੇ ਖਾਣ ਪੀਣ ਦੇ ਉੱਥੇ ਘਾ ਵੀ ਹੈਗਾ ਹੀ ਉਹ ਫਿਰ ਨਿਆਣੇ ਦੀ ਉੱਥੇ ਹੀ ਖੇਡਦੇ ਖੂੜਦੇ ਰਹੇ ਫਿਰ ਹੌਲੀ ਹੌਲੀ ਇੱਕ ਤੋਂ ਬਾਅਦ ਦੂਸਰਾ ਪੈਲਸ ਫਿਰ ਤੀਸਰਾ ਪੈਲਸ ਫਿਰ ਗਾਉਂਾਂ ਉਹਨਾਂ ਦੇ ਵਿੱਚ ਉਹਨਾਂ ਦਾ ਵੀ ਲੈਵਲ ਵੀ ਕਿਹੜਾ ਰਿਜ਼ੋਰਟ ਚਾਹੀਦਾ ਕਿਸ ਫਾਰਮ ਦੇ ਉੱਪਰ ਤੁਹਾਡੀ ਹੁਣ ਮੈਰਿਜ ਹੋਊਗੀ ਇਹ ਜਿਹੜੀ ਜੇ ਆਪਾਂ ਲੋੜ ਜਾਪੀ ਆਪਾਂ ਨੂੰ ਜਾਪਿਆ ਵੀ ਹਾਂ ਖਰਚ ਹੋਰ ਵਧਾਉਣਾ ਤਾਂ ਹੀ ਉਹ ਚੀਜ਼ਾਂ ਆਈਆਂ ਇਹਦੇ ਕੋਈ ਹੈ ਨਹੀਂ ਵੀ ਅਗਲੇ ਨੇ ਬਣਾ ਲਿਆ ਤੇ ਪੰਜਾਬੀਆਂ ਵਰਤੀ ਨਹੀਂ ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀ ਆ ਸਭ ਬੜੀ ਵਾਰੀ ਨਾ ਪੰਜਾਬ ਦੇ ਵਿੱਚ ਲੱਗਦਾ ਹੁੰਦਾ ਕਿ ਸਮੱਸਿਆ ਕਿੱਥੇ ਹੈ ਦਿੱਕਤ ਕਿੱਥੇ ਹੈ ਕਹਿੰਦਾ ਤੇ ਜਾਨੀ ਮੰਨ ਲਓ ਕਿ ਤੁਹਾਡਾ ਸਕੂਟਰ ਆਵਾਜ਼ ਆਉਂਦੀ ਕਹਿੰਦਾ ਕਿ ਕਿੱਥੋਂ ਆਵਾਜ਼ ਆਉਂਦੀ ਹੈ ਬੇਰਿੰਗ ਦੀ ਆਵਾਜ਼ ਆ ਸ਼ੌਕਰ ਦੀ ਆਵਾਜ਼ ਆ ਇੰਜਨ ਚ ਕੁਝ ਖੁੱਲ ਗਿਆ ਲੱਗਦਾ ਵੀ ਆਵਾਜ਼ ਹੈ ਕਾਦੀ ਉਹ ਪਤਾ ਲਾਉਣਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚੋਂ ਵੀ ਨਾ ਅਜੀਬ ਜਿਹੀ ਆਵਾਜ਼ ਆਉਂਦੀ ਹੈ ਕਿਸੇ ਪਰੇਸ਼ਾਨੀ ਦੀ ਕਿਸੇ ਤਕਲੀਫ ਦੀ ਕਿਸੇ ਦੁੱਖ ਦੀ ਕਿਸੇ ਦਰਦ ਦੀ ਤੇ ਉਹਦੇ ਵਿੱਚ ਸਭ ਤੋਂ ਅਹਿਮ ਸਵਾਲ ਇਹ ਹੁੰਦਾ ਹੈ ਕਿ ਉਹ ਦੁੱਖ ਦਰਦ ਤਕਲੀਫ ਜਿਹੜਾ ਪੰਜਾਬ ਦੇ ਵਿੱਚ ਉਹ ਕਿਸੇ ਬਾਹਰਲੇ ਬੰਦੇ ਦਿੱਤਾ ਹੈ ਕਿਸੇ ਦੂਸਰੇ ਦਾ ਦਿੱਤਾ ਹੈ ਸਾਡੇ ਗਲ ਪੈ ਗਿਆ ਅਸੀਂ ਉਹ ਦੁੱਖ ਦਰਦ ਲਾ ਕੇ ਪਰੇ ਨਹੀਂ ਸੁੱਟ ਸਕਦੇ ਮੰਨ ਲਓ ਕਈ ਵਾਰੀ ਤਮੂੜੀ ਸੁਣਿਆ ਮੰਡਾਲੀਆਂ ਵੀ ਕਹਿੰਦੇ ਕਈ ਪਾਸੇ ਭੂੰਡ ਭੂੰਡ ਵੀ ਆ ਉਹ ਤਮੂੜੀ ਭੂੰਡ ਮੰਡਾਲੀਆਂ ਜਿਹੜੀਆਂ ਨੇ ਜੇ ਕਈ ਵਾਰੀ ਹੋਵੇ ਕਿ ਥੋੜੇ ਝੱਗੇ ਚ ਵੜ ਜਵੇ ਤੇ ਬੰਦਾ ਝੱਟ ਅੰਦਰ ਵੜ ਕੇ ਅਸੀਂ ਝੱਗਾ ਲਾ ਕੇ ਨ ਇੱਕ ਸਕਿੰਟ ਬਲੱਦੇ ਜਾਂ ਹੋ ਗਿਆ ਤੇ ਛਾੜ ਦੀਦਾ ਉਹਦਾ ਬਦਾ ਜੇ ਪੰਜਾਬ ਦੀ ਕੋਈ ਸਮੱਸਿਆ ਇਦਾਂ ਦੀ ਆ ਕਿ ਜਿਹਨੂੰ ਅਸੀਂ ਛਾੜ ਕੇ ਪਰੇ ਸੁੱਟ ਦੀ ਤੇ ਝੱਗਾ ਅਸੀਂ ਫੇਪ ਵਾਲੀ ਦੇ ਨਾਲ ਝੱਗਾ ਨਹੀਂ ਸੁੱਟੀਦਾ ਇਹ ਤਾਂ ਪੰਜਾਬ ਦੀ ਸਮੱਸਿਆ ਇੱਥੇ ਆ ਕੇ ਖਲੋਤੀ ਐ ਤਾਂ ਮੈਨੂੰ ਲੱਗਦਾ ਕਿ ਸਾਨੂੰ ਥੋੜਾ ਜਿਹਾ ਬਲਾਦੇ ਜਾਂ ਹੋ ਕੇ ਅੰਦਰ ਹੋ ਕੇ ਉਹ ਝੱਗਾ ਝਾੜ ਕੇ ਵੇਖ ਲੈਣਾ ਚਾਹੀਦਾ ਕਿ ਕੀੜੀਆਂ ਝੜ ਗਈਆਂ ਕਿ ਨਹੀਂ ਚੜਗੀਆਂ ਮੰਡਾਲੀਆਂ ਭੂੰਡ ਤਮੋੜੀਆਂ ਝੜ ਗਈਆਂ ਕਿ ਨਹੀਂ ਤੇ ਝਾੜ ਕੇ ਦੁਬਾਰਾ ਪਾ ਲੋ ਚੰਗੇ ਤਰੀਕੇ ਧੁੱਪੇ ਸੁੱਕਣਾ ਪਾ ਦੀਦਾ ਉਹਨ ਧੁੱਪ ਦੇ ਵਿੱਚ ਉੱਡ ਜਾਂਦਾ ਸਭ ਕੁਝ ਤੇ ਜੇ ਇਦਾਂ ਦੀ ਗੱਲ ਐ ਕਿ ਨਹੀਂ ਪਈ ਉਹ ਤਾਂ ਹੁਣ ਐਸਾ ਚਿੰਬੜ ਗਿਆ ਕਿ ਝੱਗੇ ਦੇ ਨਾਲ ਹੀ ਜਾਣਾ ਫਿਰ ਆਪਾਂ ਕੋਈ ਹੱਲ ਹੋਰ ਸੋਚਾਂਗੇ ਪਰ ਅੱਜ ਇਸ ਚੀਜ਼ ਦੇ ਉੱਤੇ ਚਰਚਾ ਕਰਨੀ ਬਹੁਤ ਜ਼ਰੂਰੀ ਐ ਕਿ ਚਾਹੇ ਵਿਆਹ ਨੇ ਚਾਹੇ ਕੁਸ਼ ਹੈ ਚਾਹੇ ਅਸੀਂ ਕੋ ਘਰਕੁਰ ਬਣਾਉਨੇ ਆ ਚਾਹੇ ਅਸੀਂ ਕਪੜਾ ਲੱਤਾ ਪਾਉਨੇ ਆ ਜਣੀ ਆ ਉੱਪਰਲੀ ਕੁੜਤੀ ਤੋਂ ਤੇ ਐਸ ਕੋਟ ਤੋਂ ਬਿਨਾ ਵੀ ਸਰਦਾ ਹੂੰ ਠੀਕ ਹੈ ਜੀ ਜੇ ਤਾਂ ਤੁਹਾਡੇ ਕੋਲੇ ਗੰਜੈਸ਼ ਹੈਗੀ ਆ ਤੁਹਾਡੇ ਕੋਲੇ ਪਹੁੰਚ ਹੈਗੀ ਆ ਤੁਹਾਡੇ ਕੋਲੇ ਚੀਜ਼ ਪਈ ਆ ਤਾਂ ਤੁਸੀਂ ਪਾ ਲਓ ਪਰ ਇਹ ਥੋਡੀ ਮਜਬੂਰੀ ਨਹੀਂ ਹੋਣੀ ਚਾਹੀਦੀ ਕਿ ਭਾਈ ਜੇ ਸੰਧਾਲਿਆ ਸਾਹਿਬ ਨੇ ਝੱਗੀ ਨਹੀਂ ਸਵਾਈ ਜੇ ਮੇਰੇ ਕੋਲੇ ਕੋਟ ਹੈ ਨਹੀਂ ਤਾਂ ਮੈਂ ਵਿਆਹ ਤੇ ਨਹੀਂ ਜਾ ਸਕਦਾ ਜਣੀ ਮੈਂ ਅੱਡੀਆਂ ਚੱਕ ਕੇ ਫਾਹਾ ਕਿਉਂ ਲੈ ਰਿਹਾ ਅਸੀਂ ਪੰਜਾਬੀ ਦੁਨੀਆ ਦੇ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਪਹੁੰਚ ਗਏ ਖਾਸ ਤੌਰ ਦੇ ਉੱਤੇ ਕੈਨੇਡਾ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਚਾਹੇ ਪੰਜਾਬ ਦੀ ਗੱਲ ਕਰ ਲਈਏ ਅੱਡੀਆਂ ਚੱਕ ਚੱਕ ਕੇ ਫਾਇਦਾ ਨਹੀਂ ਲੈਂਦੇ ਅਸੀਂ ਦਿਖਾਉਨੇ ਕਿਹਨੂੰ ਆ ਪੰਜਾਬੀ ਪੰਜਾਬੀ ਨੂੰ ਦਿਖਾਉਂਦਾ ਅੰਗਰੇਜ਼ ਤਾਂ ਸਾਨੂੰ ਦੇਖਦੇ ਨਹੀਂ ਆ ਕੇ ਉਹ ਤਾਮਿਲਨਾਡੂ ਦਾ ਬੰਦਾ ਤਾਂ ਸਾਨੂੰ ਦੇਖਦਾ ਨਹੀਂ ਆ ਕੇ ਕਿ ਭਾਈ ਅਸੀਂ ਪੰਜਾਬ ਦੇ ਵਿੱਚ ਕੀ ਕਰੀ ਜਾਂਦੇ ਆ ਇਸ ਕਰਕੇ ਕਿ ਅਸੀਂ ਕਿਤੇ ਅੱਡੀਆਂ ਚੱਕ ਕੇ ਫਾਇਦਾ ਲੈਂਦੇ ਤੰਗ ਤਾਂ ਨਹੀਂ ਸਾਡੀ ਬਿਮਾਰੀ ਸਾਡੀ ਆਪਤਾ ਨਹੀਂ ਛੇੜੀਓ ਅਸੀਂ ਕਿਤੇ ਛੁਰੀ ਫੜ ਕੇ ਆ ਵੀ ਤਾਂ ਨਹੀਂ ਲੱਤਾਂ ਦੇ ਤੇ ਛਰੀਟਾ ਮਾਰੀ ਜਾਂਦੇ ਬੜਾ ਜ਼ਰੂਰੀ ਹੈ ਦੇਖੋ ਤੁਸੀਂ ਜਿਹੜੀ ਭੂਂਡ ਤੇ ਧਮੋੜੀ ਦੀ ਗੱਲ ਕੀਤੀ ਨਾ ਹਾਂਜੀ ਉਹਨੂੰ ਐ ਲੱਗਿਆ ਵੀ ਯਾਰ ਝੱਗਾ ਛਾੜ ਦੇਣਗੇ ਪੰਜਾਬੀ ਹੂੰ ਸਾਡੀ ਮਜਬੂਰੀ ਇਹ ਬਣ ਗਈ ਉਹ ਕਹਿੰਦੇ ਨਾ ਝੱਗਾ ਨਹੀਂ ਦੱਸਣਾ ਕਿਸੇ ਨੂੰ ਵੀ ਇਹਦੇ ਅੰਦਰ ਕੀ ਹੈ ਧਮੋੜੀ ਭੂਂਡ ਕੀੜੀਆਂ ਲੜ ਲੜ ਭਾਵੇਂ ਸਾਰਾ ਸਜਾਦਨ ਪਿੰਡਾ ਝੱਗਾ ਨਹੀਂ ਲਾਉਣਾ ਐਂ ਕਰੀ ਜਾਣਾ ਹਾਂ ਇਹ ਇੱਕ ਪ੍ਰੋਬਲਮ ਹੋ ਗਈ ਹੁਣ ਇਹਨੂੰ ਆਪਾਂ ਹੋਰ ਥੋੜਾ ਜਿਹਾ ਐਲੈਬੋਰੇਟ ਕਰੀਏ ਵੀ ਕਰਜ਼ ਮਜਬੂਰੀ ਜਾਪਾ ਆਏ ਕੇ ਲਈ ਇਹ ਪੀਹੋਰ ਦੂਰੇ ਦੂਰੇ ਕੰਮ ਤੇਰੇ ਤੇਰੇ ਕੰਮ ਜਾਂ ਜੇ ਮੈਨੂੰ ਇੱਕ ਕਨਾਲ ਨਹੀਂ ਸਰਦਾ ਤੇ ਦੋ ਕੰਮ ਜਾਂ ਦੋ ਨੰਬਰ ਦੇ ਕੰਮ ਕਿਸੇ ਤਰ੍ਹਾਂ ਦਾ ਵੀ ਮਤਲਬ ਕੁਝ ਵੀ ਏ ਬੀ ਸੀ ਡੀ ਸਾਨੂੰ ਲੱਭ ਜੇ ਅਸੀਂ ਚਾਹੋਨੇ ਵੀ ਯਾਰ ਉਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਉਹ ਜਿਹੜੀਆਂ ਲੋੜਾਂ ਹੈ ਨਹੀਂ ਪਰ ਅਸੀਂ ਵਧਾ ਲੀਆਂ ਜਾਂ ਕਹਿ ਲੋ ਕਿ ਵੀ ਉਹ ਜਿਹੜੇ ਛੱਗੇ ਚ ਬਹੁਤ ਬੜੀ ਕੀੜੀਆਂ ਧਮੋੜੀਆਂ ਪੂੰਡਵਾੜ ਲੇ ਉਹ ਸਾਨੂੰ ਜੀਣ ਨਹੀਂ ਦਿੰਦੇ ਤੇ ਜੇ ਆਪਾਂ ਉਹਨਾਂ ਦਾ ਹੱਲ ਨਾ ਕੀਤਾ ਤੇ ਫਿਰ ਹੱਲ ਬਣਦਾ ਵੀ ਕੋਈ ਨਹੀਂ ਹੁਣ ਚਲੋ ਜੇ ਆਪਾਂ ਵਿਆਹ ਮਤੋਂ ਸ਼ੁਰੂ ਕਰ ਲਈਏ ਪਹਿਲਾਂ ਹੁਣ ਜੇ ਆਪਾਂ ਵਿਆਹ ਦੀ ਗੱਲ ਕਰਦੇ ਹਾਂ ਆਈ ਦੀ ਡੇਟ ਦੇ ਵਿੱਚ ਵਿਆਹ ਜਿਹੜਾ ਉਹ ਇਦਾਂ ਨਹੀਂ ਲੱਗਦਾ ਹੁੰਦਾ ਵੀ ਯਾਰ ਵਿਆਹ ਤਾਂ ਬਾਜ਼ਾਰ ਕਰੀ ਜਾਂਦਾ ਤੇ ਜਿਹੜੇ ਵਿਚਾਰੇ ਪਰਿਵਾਰ ਦੇ ਜੀਵ ਹੀ ਨੇ ਉਹ ਵੀ ਵਿਚਾਰੇ ਉਹ ਨਾਲ-ਨਾਲ ਤੁਰੇ ਫਿਰਦੇ ਵੀ ਇਦਾਂ ਹੀ ਹੋਣਾ ਬਈ ਮਤਲਬ ਉਹ ਵਿਆਹ ਜਦਾਂ ਹਾਈਜੈਕ ਜਿਹਾ ਹੋਇਆ ਹੁੰਦਾ ਹਾਲਾਂਕਿ ਉਹ ਕਰਦੇ ਆਪ ਹੀ ਨੇ ਪਰਿਵਾਰ ਵਾਲੇ ਆਪਾਂ ਖੁਦ ਹੀ ਕਰਦੇ ਆਂ ਵੀ ਭਾਵੇਂ ਆਪਾਂ ਪੈਲੈਸ ਕਰ ਲਿਆ ਰੈਸਾਊਟ ਕਰ ਲਿਆ ਉੱਥੇ ਕੀਟਰਿੰਗ ਕਰ ਲਈ ਨਾਲ ਮੂਵੀਆਂ ਵਾਲੇ ਭਾਈ ਕਰ ਲਏ ਨਾਲ ਉਹ ਡੈਕੋਰੇਸ਼ਨ ਕਿਹੋ ਜਿਹੀ ਚਾਹੀਦੀ ਹੈ ਕੁਰਸੀਆਂ ਕਿਹੋ ਜਿਹੀਆਂ ਪਲੇਟਾਂ ਕੁਰਸੀ ਕੱਪ ਹੋ ਜੇ ਚਾਹੀਦੇ ਨੇ ਪਰ ਉਹ ਸਾਰਾ ਕੁਝ ਜਿਵੇਂ ਜਿਵੇਂ ਹੈ ਫਿਰ ਉਸ ਤੋਂ ਬਾਅਦ ਫਿਰ ਉਹਦੇ ਲੈਵਲ ਦਾ ਆਪਣੇ ਆਪ ਨੂੰ ਹਾਣ ਦਾ ਕਰਨ ਦੇ ਲਈ ਇੱਥੋਂ ਆਹ ਚੀਜ਼ ਲੈ ਇੱਥੋਂ ਆਹ ਚੀਜ਼ ਲੈ ਹੋ ਜੇ ਤੁਹਾਡੇ ਕੋਲੇ ਸਾਰਾ ਕੁਝ ਗਹਿਣੇ ਗੱਟੇ ਸੂਟ ਤੇ ਕੋਟ ਪੈਂਟ ਟਾਈਆਂ ਜੈਕਟਾਂ ਚਾਹੀਦੀਆਂ ਮੈਂ ਸੋਚਦਾ ਵੀ ਜਿਹੜਾ ਇਹ ਕੰਮ ਆਪਾਂ ਚੰਦ ਘੰਟਿਆਂ ਲਈ ਕਰਦੇ ਕੋਈ ਵਿਆਹ ਹੁਣ ਦੇਣਾ ਦਾ ਨਹੀਂ ਰਹਿ ਗਿਆ ਆ ਚੰਦ ਘੰਟਿਆਂ ਦਾ ਹੀ ਰਹਿ ਗਿਆ ਵੀ ਜਦ ਦਿਨ ਮੰਨ ਲਓ ਤੁਸੀਂ ਇਹ ਕਾਰਜ ਕਰਨਾ ਚੰਦ ਘੰਟਿਆਂ ਦਾ ਕੰਮ ਉਹ ਚੰਦ ਘੰਟਿਆਂ ਦੇ ਵਿੱਚ ਹੋਣ ਵਾਲਾ ਖਰਚਾ ਜਿਹਨੂੰ ਕਿ ਆਪਾਂ ਬਾਦ ਵਿੱਚ ਸਹੀ ਸਾਬਤ ਕਰਨ ਦੇ ਲਈ ਕਹਿੰਦੇ ਯਾਰ ਬੰਦਾ ਕਮਾਉਂਦਾ ਕਦ ਲਈ ਹੈ ਮੈਂ ਸੁਰੇ ਦੱਸਣਾ ਵੀ ਯਾਰ ਜਿਹੜਾ ਤਾਂ ਕਮਾਉਂਦਾ ਉਹਦਾ ਜੀ ਸਦਗੇ ਲਾ ਲੈ ਪਰ ਆਪਾਂ ਨੂੰ ਇਹ ਵੀ ਪਤਾ ਵੀ ਬਹੁਤਾ ਕਰਕੇ ਬੰਦੇ ਨੇ ਕਮਾਏ ਨਹੀਂ ਹੁੰਦੇ ਉਹ ਤੰਗ ਹੀ ਹੋਇਆ ਹੁੰਦਾ ਤੇ ਉਦੋਂ ਬਾਅਦ ਵਿੱਚ ਉਹਨੂੰ ਪਤਾ ਹੁੰਦਾ ਵੀ ਕੁਝ ਲਾ ਲੈ ਨਹੀਂ ਕੁਝ ਚੜ ਗਏ ਨੇ ਜਿਹੜੇ ਬਾਅਦ ਚ ਲਾਉਣੇ ਆ ਜੀ ਇਹ ਜਿਹੜੀ ਇੱਕ ਪ੍ਰੋਬਲਮ ਆ ਮੈਨੂੰ ਲੱਗਦਾ ਹੁੰਦਾ ਵੀ ਜੇ ਤਾਂ ਆਪ ਪੰਜਾਬੀ ਇਹਦਾ ਕੋਈ ਹੱਲ ਕਰ ਲੈਣ ਮੈਨੀਆਂ ਹੁੰਦਾ ਵੀ ਉਹ ਜਿਨ੍ਹਾਂ ਦਾ ਰੋਜ਼ਗਾਰ ਹੈ ਰੋਜ਼ਗਾਰ ਘਟੇ ਪਰ ਯਾਰ ਉਹਦਾ ਕੋਸਸਤਾ ਹਲਵੀ ਕੱਢ ਲੈਣਾ ਚਾਹੀਦਾ ਵੀ ਜ਼ਰੂਰੀ ਥੋੜਾ ਵੀ ਆਪਾਂ ਰੱਬ ਨੂੰ ਟੱਕੀ ਲਾਉਣੀ। ਵੀ ਠੀਕ ਠੀਕ ਲਾ ਲਓ। ਅਸੀਂ ਗੋਭੀ ਲੈਣ ਗਏ ਰਿਕਸ਼ੇ ਵਾਲੇ ਨਾਲ ਭਾਅ ਕਰਨ ਲੱਗੇ। ਕੋਈ ਵੀ ਚੀਜ਼ ਖਰੀਦਣ ਲੱਗੇ ਤਾਂ ਕਹਿੰਨੇ ਆ ਕਿ ਠੀਕ ਠੀਕ ਲਾ ਲਓ ਪਰ ਇਹਦੇ ਤੇ ਨਹੀਂ। ਮੈਨੂੰ ਇਹ ਚ ਲੱਗਦਾ ਕਿ ਇਹ ਚ ਦੋ ਤਰ੍ਹਾਂ ਦੇ ਬੰਦੇ ਮੈਂ ਬਿਲਕੁਲ ਨਹੀਂ ਕਹਿੰਦਾ ਤੁਹਾਡੇ ਵਰਗੇ। ਇਹ ਕਹਿ ਲੋ ਮਾਰੇ ਤੁਸੀਂ ਤਵਾ ਹੀ ਲਾਉਣਾ। ਨਹੀਂ 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 ਮੈਂ ਇੰਨਾ ਸਪਸ਼ਟ ਤੁਹਾਡੇ ਸੰਬੰਧੀ ਕਦੇ ਨਹੀਂ ਹੋਇਆ ਪਰ ਤੁਸੀਂ ਚੰਗੀ ਤਰ੍ਹਾਂ ਸਮਝੋ ਮੈਂ ਆਹੋ। ਅੱਛਾ। ਦੋ ਤਰ੍ਹਾਂ ਦੇ ਬੰਦੇ ਪਹਿਲੀ ਅਰਜੀ ਨਹੀਂ ਦਿੰਦੇ। ਅਸੀਂ ਕਹਿੰਨੇ ਕਿ ਪੰਜਾਬੀਆਂ ਦੇ ਪਰਿਵਾਰ ਚਾਹੇ ਸਾਂਝਾ ਚਾਹੇ ਕੱਲਾ ਤੇ ਜੇ ਪਹਿਲੇ ਬੱਚੇ ਦਾ ਵਿਆਹ ਹੁਣ ਗੱਪ ਪਹਿਲੇ ਪਹਿਲਾ ਨਿਆਣਾ ਵਿਆਹਣਾ ਹੀ ਵਧੀਆ ਕਰਨਾ ਕਰਨਾ ਅਗਲੇ ਨੇ ਆ ਪੈਸੇ ਅਗਲੇ ਲਾਉਣੇ ਮੰਨ ਲਓ ਸੰਧਾਲੀਆ ਸਾਹਿਬ ਨੇ ਕਿਹਾ ਯਾਰ ਵੀ ਆਪਾਂ ਹੁਣ ਨਾ ਉਹ ਰਿਸ਼ਤਾ ਦੇਖਦੇ ਆ ਧੀ ਪੁੱਤ ਲਈ ਤਾਂ ਵਧੀਆ ਕਰਨਾ ਹੀ ਸੰਧਾਲੀਆ ਸਾਹਿਬ ਪਹਿਲਾ ਵਿਆਹ ਐਵੇਂ ਨਹੀਂ ਹੈਗਾ ਵੀ ਰਿਸ਼ਤੇਦਾਰ ਵੀ ਸਾਰੇ ਸੱਜਨੇ ਆ ਇਹ ਇਹ ਮੌਕਾ ਹੀ ਹੁੰਦੇ ਆ ਇਹ ਮਹਾਰਾਜ ਦੀ ਕਿਰਪਾ ਨਾਲ ਦੇਣਾ ਹੁੰਦੇ ਆ ਪਹਿਲਾਸ ਵੀ ਚੰਗਾ ਕਰਨਾ ਸਮੇਂ ਦੇ ਨਾਲ ਚੱਲਦਾ ਹੁੰਦਾ ਐਵੇਂ ਆਪਣੀਆਂ ਨਹੀਂ ਚੰਗੀਆਂ ਚਲਾਈਆਂ ਹੁੰਦੀਆਂ ਕੋ ਨਿਆਣੇ ਦੀ ਮੰਨੀ ਦੀ ਹੁੰਦੀ ਆ ਇਹ ਵੀ ਦੇਖਿਆ ਹੁੰਦਾ ਨਾਲ ਉਹਨੇ ਸੱਤ ਇੱਕ ਐਗਜ਼ਾਮਪਲਾਂ ਦੇਣੀਆਂ ਇਹਦੇ ਵਿਆਹ ਹੋਇਆ ਸੀ ਇਹਦੇ ਵਿਆਹ ਹੋਇਆ ਸੀ ਇਹਦੇ ਉਹ ਉਹ ਪੈਸੇ ਤਾਂ ਨਕਮਾ ਉੱਥੇ ਨਹੀਂ ਉਹ ਨਹੀਂ ਠੀਕ ਯਾਰ ਉਹ ਮੈਂ ਗਿਆ ਹੀ ਪਿੱਛੇ ਜਾ ਜੇ ਮੰਨ ਲਓ ਤਿੰਨ ਬੱਚੇ ਆ ਪਰ ਘਰ ਦੇ ਵਿੱਚ ਦੋ ਵਿਆਹ ਹੋ ਗਏ ਆਖਰੀ ਵਿਆਹ ਆ ਜੋਰ ਲਾਉਣਾ ਐ ਕਿ ਵਧੀਆ ਤਰੀਕੇ ਦੇ ਨਾਲ ਮੁੜ ਕੇ ਕਿਤੇ ਦਿਨ ਆਉਣੇ ਆ ਖੁਸ਼ੀ ਦਾ ਮੌਕਾ ਨਹੀਂ ਮੁੜ ਮੁੜ ਕੇ ਆਉਦਾ ਹੁੰਦਾ ਐਨ ਚੰਗੇ ਤਰੀਕੇ ਦੇ ਨਾਲ ਪੈਸੇ ਮਗਰ ਨਹੀਂ ਕਦੇ ਵੀ ਜਾਣਾ ਜਾਂ ਤਾਂ ਯਾਰ ਤੂੰ ਆਪ ਦੇ ਦੇ ਜੇ ਪੈਸੇ ਮਗਰ ਨਹੀਂ ਜਾਣਾ ਤੂੰ ਗਿਆ ਲੈ 10 ਲੱਖ ਰੁਪਈਆ ਚੈੱਕ ਕਰ ਭਈ ਠੋਕ ਕੇ ਵਧੀਆ ਤਰੀਕੇ ਦੇ ਨਾਲ ਹੂੰ ਰੁਪਈਆ ਮੈਂ ਕੋਲੋਂ ਲਾਉਣਾ ਨਹੀਂ ਪਕੌੜਾ ਮੈਂ ਐ ਚੱਕ ਚੱਕ ਕੇ ਦੇਖਣਾ ਕਿ ਤੇ ਕੱਚਾ ਤਾਂ ਨਹੀਂਗਾ ਤੇ ਮੈਂ ਚੱਕ ਚੱਕ ਕੇ ਵੀ ਕਾ ਤਾ ਦੇਖਣਾ ਪਲੇਟ ਭਰ ਕੇ ਉਹਦੇ ਵਿੱਚ ਦੋ ਕ ਜਾ ਕੇ ਤਾਂ ਮੁੜ ਕੇ ਪਲੇਟ ਜਿਹੜੀ ਐਂ ਕਰਕੇ ਟੇਬਲ ਦੇ ਥੱਲੇ ਬਾੜ ਦੇਣੀ ਆ ਉਹਦੇ ਵਿੱਚ ਇਸ ਕਰਕੇ ਪਹਿਲੀ ਗੱਲ ਐ ਕਿ ਇਦਾਂ ਦੇ ਬੰਦਿਆਂ ਦੇ ਕੋਲੋਂ ਬਚੋ ਤੁਸੀਂ ਆਪ ਦੀ ਵਿੱਤ ਦੇਖੋ ਕਿ ਅਸੀਂ ਕਿਉਂਕਿ ਆਖਰਕਾਰ ਵਿਆਹ ਕੀ ਐ ਦੋ ਮੁੰਡੇ ਕੁੜੀ ਨਾਲ ਰਹਿਣਾ ਦੋ ਪਰਿਵਾਰ ਐ ਤੋ ਬਾਕੀ ਤਾਂ ਫਿਰ 6 ਮਹੀਨੇ ਕਿਤੇ ਵਿਆਹ ਸ਼ਾਦੀ ਦੇ ਉੱਤੇ ਮਿਲਣ ਵਾਲੇ ਹੋਣੇ ਐ ਥੋੜੀਆਂ ਲੋੜਾਂ ਕੀ ਨੇ ਤੁਸੀਂ ਅੱਗੋਂ ਕੰਮ ਕਰ ਕੀ ਕਰਨਾ ਹੈ ਕੀ ਮੁੰਡਾ ਕੁੜੀ ਦੋਨੇ ਜਣੇ ਕੰਮ ਕਰ ਕਰਦੇ ਆ ਕੀ ਘਰ ਦੇ ਵਿੱਚ ਸਾਧਨ ਪੂਰੇ ਆ ਉਹਨਾਂ ਦੀ ਕੋਈ ਫਿਊਚਰ ਪਲੈਨਿੰਗ ਕੀ ਆ ਉਹਨਾਂ ਨੇ ਕੋਈ ਕਾਰੋਬਾਰ ਖੋਲਣਾ ਹੈ ਕਿਤੇ ਬਾਹਰ ਜਾ ਕੇ ਰਹਿਣਾ ਕਿਸੇ ਹੋਰ ਥਾਂ ਦੇ ਉੱਤੇ ਜਾ ਕੇ ਰਹਿਣਾ ਉਹ ਸਾਰੀਆਂ ਚੀਜ਼ਾਂ ਦੇਖ ਕੇ ਤੁਸੀਂ ਪਲਾਨ ਕਰੋ ਇਹ ਥੋੜੀ ਦੇਖ ਕੇ ਕਰਨਾ ਕਿ ਭੂਆ ਨੇ ਕਿਦਾਂ ਦਾ ਵਿਆਹ ਕੀਤਾ ਸੀ ਮਾਸੀ ਨੇ ਤਾਂ ਗਵਾਂਢੀ ਨੇ ਤਾਂ ਨਾਲ ਦੇ ਪਿੰਡ ਵਾਲੇ ਨੇ ਕਿਦਾਂ ਦਾ ਕੀਤਾ ਸੀ ਆ ਸਾਡਾ ਹੁਣ ਸਾਰਿਆਂ ਨੂੰ ਪਤਾ ਹੁੰਦਾ ਸੰਧਾਲੀਆ ਸਾਹਿਬ ਮੰਨ ਲਓ ਤੁਸੀਂ ਮੇਰੇ ਕੋਲੇ ਆਉਣਾ ਤੁਹਾਨੂੰ ਨਹੀਂ ਪਤਾ ਕਿ ਮੇਰੇ ਕੋਲ ਕਿੰਨੇ ਕੱਪੜੇ ਨਵੇਂ ਆ ਤੇ ਕਿੰਨਿਆਂ ਦੇ ਉੱਤੇ ਬੁਰਾਈ ਹੋ ਤੁਹਾਨੂੰ ਨਹੀਂ ਪਤਾ ਕਿ ਭਾਈ ਮੈਂ ਉੱਧਾ ਕਿੰਨੇ ਇੱਕ ਫਾਈਵ ਸਟਾਰ ਜੀਵਨ ਜਾਂਚ ਦੇ ਵਿੱਚ ਰਹਿਣਾ ਜਾਂ ਮੈਂ ਸਧਾਰਨ ਤੌਰ ਦੇ ਉੱਤੇ ਰਹਿਣਾ ਅਸੀਂ ਇੱਕ ਦਿਨ ਦੇ ਲਈ ਜੋ ਨਹੀਂ ਹੁੰਦੇ ਅਸੀਂ ਉਹ ਬਣ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਜਿਹੜੇ ਅਸੀਂ ਹੁੰਦੇ ਨਹੀਂ ਠੀਕ ਹੈ ਮੁੰਡੇ ਕੁੜੀ ਨੇ ਬਣਨਾ ਫਪਣਾ ਉਹ ਤਾਂ ਪੁਰਾਣੇ ਸਮੇਂ ਤੋਂ ਵਟਣਾ ਬੁਟਣਾ ਮਰਦੇ ਹੁੰਦੇ ਸੀ ਵੀ ਉਹਨਾਂ ਨੂੰ ਤੁਸੀਂ ਟੌਰ ਨਾਲ ਤਿਆਰ ਹੁੰਦੋ ਉਹਨਾਂ ਦੇ ਕੱਪੜੇ ਲੱਤੇ ਜੇ ਮਹਿੰਗੇ ਵੀ ਲੈ ਕੇ ਦੇਣ ਪਰ ਆਜ ਜਿਹੜਾ ਨਾਲ ਹੋ ਗਿਆ ਕਿ 35 40 ਜਣੇ ਉਦਾਂ ਹੀ ਤਿਆਰ ਹੁੰਦੇ ਆ ਕੁੜੀ ਵਾਲਿਆਂ ਲੋ ਵੀ ਤੇ ਮੁੰਡੇ ਵਾਲਿਆਂ ਲੋ ਵੀ ਤੇ ਉਹ 35 40 ਰਸਮਾ ਸੀ 57 ਤੋਂ ਵਧਾ ਕੇ ਕਰ ਲਈਆਂ ਉਹ ਕਿਤਨੇ ਕਿਤੇ ਮੈਨੂੰ ਲੱਗਦਾ ਕਿ ਪੈਸੇ ਦਾ ਖੋਆ ਉਹ ਨਸ਼ਟ ਕਰ ਰਹੇ ਅਸੀਂ ਸਾਰਾ ਕੁਝ ਮੁਰਕ ਕੇ ਦੱਸਦਾ 10 ਸਾਲ ਅਸੀਂ ਅੰਡਰ ਪ੍ਰੈਸ਼ਰ ਰਹਿੰਦੇ ਆ ਕਰਜ਼ੇ ਹੀ ਠਾਜਨੇ ਆ ਮਸੀ ਮਸੀ ਦਸਾਂ ਵੀਹ ਸਾਲਾਂ ਦੀ ਕੀਤੀ ਕਮਾਈ ਅਸੀਂ ਦੋ ਦਿਨਾਂ ਦੇ ਵਿੱਚ ਫੂਕ ਕੇ ਪਰੇ ਕਰਦੇ ਆ ਇਹ ਕਿਤਨੇ ਕਿਤੇ ਸਾਡੇ ਪੈਰ ਦੇ ਵਿੱਚ ਕੰਡਾ ਚੁਬ ਗਿਆ ਅਰੇ ਦੇਖੋ ਕੋਈ ਬੰਦਾ ਆਇਆ ਨਾ ਕਹੇ ਵੀ ਯਾਰ ਇਹ ਕਿਹੜੀਆਂ ਗੱਲਾਂ ਦੋਈ ਕਰ ਲਾ ਬੇ ਕੋ ਕਰਾਰੀ ਹੀ ਗੱਲ ਸੁਣਾਉਂ ਕਰਾਰੀਆਂ ਹੀ ਹੀਰੋਈ ਕਰਦੇ ਆ ਅੱਜ ਵੀ ਲੀਡਰਾਂ ਨੇ ਬਹੁਤ ਕੋਸ਼ਿਸ਼ ਕੀਤਾ ਪਰ ਆਪਾਂ ਉਹ ਗੱਲ ਕਰਨੀ ਨਹੀਂ ਹੈ ਇੱਕੋ ਗੱਲ ਹੈ ਆ ਵੀ ਬਾਜ਼ਾਰ ਕਿਵੇਂ ਮੈਂ ਜਦੋਂ ਆਪਾਂ ਗੱਲ ਕਰਦਾਂ ਨੇ ਬਾਜ਼ਾਰ ਸ਼ਬਦ ਅਸੀਂ ਜਦੋਂ ਵਰਦੇ ਤਾਂ ਵੱਲ ਵੇ ਹੋ ਗਿਆ ਵੀ ਜੋ ਆਸੇ-ਪਾਸੇ ਫੈਸ਼ਨ ਚੱਲਦਾ ਜਾਂ ਜਦਾਂ ਦੇ ਬੰਦੇ ਦੀ ਤੁਸੀਂ ਗੱਲ ਕੀਤੀ ਉਹ ਵੀ ਲਗਭਗ ਬਾਜ਼ਾਰ ਹੀ ਐ। ਹੋਰ ਇਧਰੋਂ ਇਧਰੋਂ ਵੇਖਸ-ਵੇਖ ਕੇ ਆਪਾਂ ਨੂੰ ਬਾਜ਼ਾਰ ਦਾ ਪ੍ਰਭਾਵ ਮਿਲਦਾ ਜਾਂ ਜਦੋਂ ਤੁਸੀਂ ਦੁਕਾਨ ਤੇ ਜਾਂਦੇ ਹੋ ਤੁਸੀਂ ਕੁਝ ਖਰੀਦਣ ਲੱਗਦੇ ਆਹਦਾ ਨਾਂ ਭੈਣ ਜੀ ਉਹ ਤੇ ਹੁਣ ਖਤਮ ਹੋ ਗਈ ਕਹਾਣੀ। ਜੀ। ਉਹ ਭਾਵੇਂ ਸਾਰਾ ਕੁਝ ਚੱਲਦਾ ਹੋਵੇ ਪਰ ਉਹਦੇ باوجود ਇਹ ਲੱਗਦਾ ਨਾਂ ਉਹ ਤਾਂ ਜੀ ਬੇਕਾਰ ਹੀ ਆ ਹੁਣ। ਪਲੱਸ ਇੱਕ ਪਤਾ ਨਹੀਂ ਕੌਣ ਸਾਡੇ ਕੰਨ 'ਚ ਫੂਕ ਮਾਰਦਾ ਵੀ ਆਪਾਂ ਉਹ ਕੰਮ ਕਰਨਾ ਜਿਹੜਾ ਕਿਸੇ ਨੇ ਕੀਤਾ ਹੋਵੇ ਕਾਸ ਕਰਕੇ ਇੱਕ ਵਿਆਹ ਨੂੰ ਕਿਹੇ ਬੰਦੇ ਨੇ ਦੁਖੜਾ ਦੱਸਿਆ ਆਪਣਾ ਉਹਨੇ ਕਿਹਾ ਜੀ ਕਿ ਉਹਨਾਂ ਦੇ ਜਿਹੜੇ ਘਰੋਂ ਨੇ ਭੇਜੀ ਹੁਣੀ ਉਹਨਾਂ ਨੇ 10 ਲੱਖ ਰੁਪਈਆ ਲਾ ਲਿਆ ਕਿਹੜੀ ਚੀਜ਼ ਤੇ ਉਹ 2-3 ਰਸਮਾਂ ਦੇ ਲਈ ਜਿਹੜੇ ਕੋਈ ਲਹਿੰਗਾ ਲੁੰਗਾ ਜਾਂ ਡਰਸਾਂ ਰਸਾਈਆਂ ਲੈਣੀਆਂ ਹੁੰਦੀਆਂ ਕੋਈ ਪਤਾ ਨਹੀਂ ਕਿ 3 ਲੱਖ ਡਰਸਾਂ ਤੁਹਾਨੂੰ ਜਦੋਂ ਬੀਬੀਆਂ ਤੁਹਾਡੇ ਮਗਰ ਪਈਆਂ ਡਰਸਾਂ ਕਹਿੰਦੇ ਹੁੰਦੇ ਸੀ ਬੀਬੀਆਂ ਦੇ ਯਾਨੀ ਕੱਪੜਿਆਂ ਨੂੰ ਇਹ ਮੈਂ ਸੰਧਾਲੀਆ ਸਾਹਿਬ ਫੇਰ ਮੈਂ ਨਹੀਂ ਇਸ ਗੱਲ ਨਾਲ ਸਹਿਮਤ ਨਾਲ ਹੀ ਇਹਨਾਂ ਦੀ ਆਪਣੀ ਗੱਲ ਹੈ ਜੀ ਇਹਨਾਂ ਨਾਲ ਗੱਲ ਕਰੋ ਸਿੱਧੀ ਤੇਰੇ ਗੱਲ ਹੀ ਨਹੀਂ ਕਰਦਾ ਨਹੀਂ 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 ਜਰੂਰ ਆ ਜਾਣਾ ਮੈਂ ਸੋਚੀ ਪੈਗਾ ਵੀ ਯਾਰ ਮਤਲਬ ਘਰ ਵੀ ਜਾਣਾ ਹੈ ਘਰ ਹਾਂ ਚਲੋ ਆ ਜਾਓ ਡ्रेसेस ਆ ਤਾਂ ਅੱਛਾ ਮੈਂ ਇਹ ਗੱਲ ਕਰਦਾ ਚਲੋ ਡ्रेसेस ਸਟੈਂਡਰਡ ਹੁਣ ਠੀਕ ਹੈ ਡ्रेसेस ਜਿਹੜੀਆਂ ਨੇ ਉਹ ਮਤਲਬ 10 ਲੱਖ ਰੁਪਇਆ ਉਹ ਕਹਿੰਦੇ ਜੀ ਲੱਗਿਆ ਕੋਈ 2-4 ਲੱਖ ਦਾ ਕੋ ਲਹਿੰਗਾ ਕੋ ਹੋਰ ਜੱਤ ਜਾ ਤੇ ਮੈਂ ਕਹਿੰਦਾ ਯਾਰ ਫਿਰ ਕੀ ਹੋਵੇ ਕਹਿੰਦਾ ਜੀ ਉਹ ਇਸ ਕਰਕੇ ਦੋਖ ਲੱਗਦਾ ਵੀ 10 ਲੱਖ ਦੀ ਚੰਗੀ ਕਾਰ ਆ ਜਾਂਦੀ ਹੂੰ ਹੂੰ ਤੇ ਉਹ ਜਿਹੜੀਆਂ ਡਰੈਸਾਂ ਕਿਉਂਕਿ ਜਿਸ ਲੈਵਲ ਦਾ ਹਿਸਾਬਤਾ ਹੋਇਆ ਇਮ ਡਰਸਾਂ ਤਾਂ ਕਿਹਾ ਵੀ ਡਰੈਸ ਤਾਂ ਉਸ ਦਿਨ ਪੈ ਗਈ ਤੇ ਡਰਸ ਤੇ ਮੁੜ ਕੇ ਅਲਮਾਰੀ ਚ ਜਾਣਾ ਮੁੜ ਕੇ ਤੇ ਪਹਿਨਣਾ ਨਹੀਂ ਕਦੇ ਇਹ ਜਿਹੜੀ ਚੀਜ਼ ਹੋਈ ਮਤਲਬ ਆਪਾਂ ਉੱਥੇ ਘੱਟੋ ਘੱਟ ਇਨਾ ਜ਼ਰੂਰ ਸੋਚੀਂ ਵੀ ਜਿਹੜੀ ਚੀਜ਼ ਤੇ ਆਪਾਂ ਖਰਚ ਕਰ ਰਹੇ ਹਾਂ ਤੇ ਜਿੰਨਾ ਖਰਚ ਕਰ ਰਹੇ ਹਾਂ ਕੀ ਸਾਡਾ ਵੇਤ ਇਜਾਜ਼ਤ ਦਿੰਦਾ ਜਾਂ ਜੇ ਜਿਸ ਲੈਵਲ ਦਾ ਖਰਚ ਆਪਾਂ ਕਰ ਰਹੇ ਹਾਂ ਕਿ ਉਸ ਲੈਵਲ ਦੇ ਖਰਚ ਨਾਲ ਜਾਂ ਉਸ ਲੈਵਲ ਤੋਂ ਘੱਟ ਖਰਚ ਕੀ ਕਰਨ ਨਾਲ ਸਾਡਾ ਕੋਈ ਨਾ ਕੋਈ ਗੁਜ਼ਾਰਾ ਹੁੰਦਾ ਕਿ ਜਾਂ ਸਾਡੀ ਬਿਲਕੁਲ ਹੀ ਵੇਲੇ ਨੇ ਚ ਬਾਏ ਪੀਸੀ ਆ ਕੰਮ ਕਰਨਾ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਪੈਲਸ ਹੋ ਗਿਆ ਰੋਟੀ ਪਾਣੀ ਹੋ ਗਿਆ ਬਾਕੀ ਟਾ ਟੱਪਾ ਹੋ ਗਿਆ ਉਹ ਤੂੰ ਕ ਲੀੜਿਆਂ ਦੇ ਵਿੱਚ ਚਲ ਜੀ ਅਗਲਾ ਕਹਿੰਦਾ ਜੀ ਮੈਂ ਪਾਜੀ ਸ਼ੇਰਵਾਨੀ ਬਣਾਉਣੇ ਅਗਲਾ ਕਹਿੰਦਾ ਬਣਾਦੇ ਆ 75 ਹਜ਼ਾਰ ਦੀ ਜੀ ਕਹਿੰਦਾ ਸਵਾ ਲੱਖ ਦੀ ਜੀ ਕਹਿੰਦਾ ਇਹ ਤਾਂ ਇਹ 2 ਲੱਖ ਤੋਂ ਘੱਟ ਬਣਨੀ ਨਹੀਂ ਬੰਦਾ ਪੁੱਛੇ ਵੀ ਭਲਿਆ ਲੋਕਾ ਜੀ ਵੈਸੇ ਤੇਰੇ ਕੋਲੇ ਉਹ ਪਜਾਮਾ ਤੇ ਉਹ ਟੀ-ਸ਼ਰਟ ਤੂੰ ਕਹਿੰਦਾ ਯਾਰ ਇਹਦੇ ਚ ਨੀਂਦ ਬੜੀ ਵਧੀਆ ਆਉਂਦੀ ਹੈ ਗੁੰਬੇ ਚੋਂ ਦੇਹੀ ਹੀ ਆ ਨਾ ਤੇ ਜੇ ਆ ਜੇ ਆਪਾਂ ਵੈਸੇ ਵੇਖੀਏ ਵੀ ਉਮਰ ਭਰ ਜਿਹੜੇ ਪਹਿਲੇ ਲੀੜੇ ਪਾਏ ਜਾਂ ਗਾਂ ਪਾਉਣੇ ਆ ਉਹ ਸ਼ੈਲ ਸਾਰਿਆਂ ਦਾ ਖਰਚ ਇਹਨਾਂ ਨਾਲ ਬਣਦਾ ਹੋਇ ਜਿੰਨਾ ਬਹੁਤ ਦਿਨ ਸ਼ਹਿਰਵਾਨੀ ਤੇ ਲਾਉਣ ਨੂੰ ਫਿਰਦੇ ਹੁੰਦੇ ਆ। ਵੀ ਕਾ ਤੋਂ ਕਰਨਾ ਉਹ ਤੋਂ ਵੀ ਇੱਕ ਸਾਦਾ ਮੇਨ ਤਾਂ ਗੱਲ ਇਹੀ ਹੈ ਨਾ ਵੀ ਬੰਦਾ ਜਿਹੜਾ ਬੰਦਾ ਹੈ ਯਾਰ ਵਿਆਹਦੜ ਮਤਲਬ ਤੁਸੀਂ ਲਾੜੇ ਬਣਨਾ ਜਾਂ ਤੁਸੀਂ ਦੁਲਹਨ ਬਣਨਾ ਤੋ ਤੁਸੀਂ ਤਾਂ ਹੀਰੋ ਹੀਰਣ ਹੈਗੇ ਹੋ। ਜੀ ਉਹ ਜਿੱਦ ਜਿਹੋ ਜਿਹਾ ਵੀ ਇੱਕ ਸਾਦਾ ਜਾਂ ਆਮ ਨਾਲੋਂ ਥੋੜਾ ਜਿਹਾ ਠੀਕ ਪਾ ਲਓਗੇ ਤਾਂ ਵੀ ਚੱਲ ਜਾਣਾ ਤੇ ਜੇ ਤੁਸੀਂ ਇਹ ਕਹੋ ਵੀ ਹਾਂ ਹਣ ਭਾਈ ਸਾਹਿਬ ਇਹਦੇ ਤੇ 3 ਲੱਖ ਦਾ ਟੈਗ ਲਗਾਉਣਾ ਚਾਹੀਦਾ ਜਾਂ ਤੇ ਫੇਰ ਬਾਹਰੋਂ ਬਲ ਲਿਖ ਕੇ ਲਾ ਲਈਏ ਪ੍ਰਾਈਸ ਵੀ ਇਹ ਲਹਿੰਗਾ 3 ਲੱਖ ਦਾ ਯਾ ਵੀਰੇ ਸ਼ਿਰਵਾਨੀ ਨੇ ਲੱਗਦੀ ਫਿਰ ਤੇ ਹੋ ਸਕਦਾ ਵੀ ਲੋਕ ਪ੍ਰਭਾਵਿਤ ਵੀ ਹੋਣ ਨਹੀਂ ਤੇ ਅਦਰਵਾਇਜ਼ ਤੇ ਕੋਈ ਫਰਕ ਪੈਂਦਾ ਹੀ ਨਹੀਂ ਨਹੀਂ ਸੰਧਾਲੀਆ ਸਭ ਮੈਂ ਹੁਣ ਹੋ ਸਕਦਾ ਕੋਈ ਬੰਦਾ ਕਹੇ ਆਪਾਂ ਦੋਏ ਇਕੱਠੇ ਇੱਕ ਵਿਆਹ ਦੇ ਵਿੱਚ ਸੀ ਤੇ ਉਥੇ ਜਦੋਂ ਆਨੰਦ ਕਾਰਜ ਹੋਣਾ ਸੀ ਤਾਂ ਉਹ ਜਿਹੜੀ ਵਿਆਹ ਵਾਲੀ ਕੁੜੀ ਸੀ ਜਿਹਦਾ ਆਨੰਦ ਕਾਰਜ ਸੀ ਕੁੜੀ ਦਾ ਉਹਨੇ ਬਹੁਤ ਸਿੰਪਲ ਪਤਾ ਨਹੀਂ ਕੁੜੀਆਂ ਦੀ ਪਾਸ਼ਾ ਚ ਕੁੜੀਆਂ ਨੂੰ ਪਤਾ ਹੋਊਗਾ ਕਿ ਉਹ ਸਿੰਪਲ ਹੈ ਕਿ ਵਧੀਆ ਹੈ ਕਿ ਮਹਿੰਗਾ ਪਰ ਮੈਨੂੰ ਲੱਗਿਆ ਕਿ ਉਹਨੇ ਸਿੰਪਲ ਸੂਟ ਪਾਇਆ ਸੀ ਹਮ ਯਾਨੀ ਉਹ ਸੋਹਣਾ ਸੀ ਸੂਟ ਉਹ ਚਮਕਦਾ ਸੀ ਪਰ ਕਈ ਵਾਰੀ ਕੀ ਹੁੰਦਾ ਕਿ ਆਪਾਂ ਇੰਨੇ ਭਾਰੇ ਭਾਰੇ ਕੱਪੜੇ ਪਾ ਲਏ ਨੇ ਕਿ ਆਨੰਦ ਕਾਰਜ ਦੇ ਉੱਤੇ ਉੱਠਣ ਲੱਗਿਆਂ ਵੀ ਸਾਨੂੰ ਦੋ ਬੰਦੇ ਠਾਉਂਦੇ ਆ ਹੂੰ ਉਹਨੂੰ ਕੱਪੜਿਆਂ ਨੂੰ ਠੀਕ ਕਰਦੇ ਆ ਫਿਰ ਬਿਠਾਉਣ ਲੱਗਿਆਂ ਵੀ ਕਿਉਂਕਿ ਉਹਨਾਂ ਨੂੰ ਦਿੱਕਤ ਆਉਂਦੀ ਹੈ ਉਹ ਕੁੜੀ ਪੜੀ ਬਧੀਆ ਆਰਾਮ ਦੇ ਨਾਲ ਆਪ ਹੀ ਮੱਥਾ ਟੇਕ ਕੇ ਬੈਠਦੀ ਸੀ ਆਪ ਹੀ ਮੱਥਾ ਟੇਕ ਕੇ ਉੱਠਦੀ ਸੀ ਤੇ ਉਹ ਬਹੁਤ ਯਾਨੀ ਚੰਗੀ ਲੱਗ ਰਹੀ ਸੀ ਫੱਬਰ ਰਹੀ ਸੀ ਜੇ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਤੇ ਮੈਨੂੰ ਲੱਗਦਾ ਉਧਰਲੇ ਪਾਸੇ ਨੂੰ ਵਧਣਾ ਚਾਹੀਦਾ ਵੈਸੇ ਵੀ ਸੰਧਾਲੀਆ ਸਾਹਿਬ ਤੁਸੀਂ ਇਹ ਦੇਖੋ ਕਿ ਜਿਹੜੇ ਤਾਂ ਕੁੜੀ ਵਾਲਿਆਂ ਨੂੰ ਇਹ ਰਿਸ਼ਤੇ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੀ ਕੁੜੀ ਕਿਹੋ ਜਿਹਾ ਵਾਤਾਵਰਣ ਚ ਰਹਿੰਦੀ ਹੈ ਕਿਹੋ ਜਿਹੀ ਲੱਗਦੀ ਹੈ ਤੇ ਜਿੱਥੇ ਉਹਨੇ ਵਿਆਹ ਹੋ ਕੇ ਜਾਣਾ ਜਾਂ ਮੁੰਡੇ ਨੇ ਮੁੰਡੇ ਤੇ ਸਹੁਰਿਆਂ ਉਹਨਾਂ ਨੂੰ 6 ਮਹੀਨੇ ਪਤਾ ਲੈਣਾ ਹੂੰ ਕਿ ਭਾਈ ਆਪਾਂ ਕਿੱਦਾਂ ਦੇ ਆ ਤੇ ਜਦੋਂ ਜਿੱਦਾਂ ਦੇ ਆਪਾਂ ਹੈਗੇ ਆ ਆਪਾਂ ਉਹਦੇ ਤੋਂ ਬਿਲਕੁਲ ਉਲਟ ਦਿਸਣ ਦੀ ਕੋਸ਼ਿਸ਼ ਵੀ ਕਿਉਂ ਕਰਨੀ ਆ ਇੱਕ ਮੇਰੇ ਮਨ ਦੇ ਵਿੱਚ ਗੱਲ ਹੋ ਰਹੀ ਹੈ ਹੂੰ ਕਿ ਯਾਦਾਂ ਸਾਬਕਾ ਰੱਖਣੀਆਂ ਚਾਹੀਦੀਆਂ ਆ ਜਿਹੜੇ ਮੋਬਾਈਲ ਫੋਨ ਜੈ ਨੇ ਇਹਦੇ ਵਿੱਚ ਆਪਣੇ ਹਜ਼ਾਰਾਂ ਫੋਟੋ ਹੁੰਦੀਆਂ ਆ ਆਪਾਂ ਥਾਂ ਥਾਂ ਦੇ ਉੱਤੇ ਕੈਪਚਰ ਕਰਦੇ ਆ ਤਸਵੀਰਾਂ ਰਖਣੀਆਂ ਚਾਹੀਦੀਆਂ ਬੜਾ ਬੜੀ ਵਧੀਆ ਚੀਜ਼ ਐ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਭਾਈ ਅਸੀਂ ਛੋਟੇ ਹੁੰਦੇ ਕਿਦਾਂ ਦੇ ਸਾਡੇ ਬੱਚੇ ਛੋਟੇ ਹੁੰਦੇ ਕਿਦਾਂ ਦੇ ਇਸ ਜਗ੍ਹਾ ਦੇ ਉੱਤੇ ਗਏ ਸੀ ਪਰ ਸਵਾਲ ਇਹ ਐ ਕਿ ਤੁਸੀਂ ਆਪਣੇ ਵਿਆਹ ਦੀ ਮੂਵੀ ਕਿੰਨੀ ਵਾਰੀ ਦੇਖੀ ਐ ਇਹ ਸਾਰਿਆਂ ਨੇ ਵੀ ਸਵਾਲ ਟਿੱਪਣੀਆਂ ਕਰਿਓ ਚਾਹੇ ਤੁਹਾਡਾ ਵਿਆਹ 20 ਸਾਲ ਪਹਿਲਾਂ ਹੋਇਆ ਚਾਹੇ 2 ਸਾਲ ਪਹਿਲਾਂ ਹੋਇਆ ਕਿੰਨੀ ਕੁ ਵਾਰ ਆਪਾਂ ਆਪਣੇ ਵਿਆਹ ਦੀ ਮੂਵੀ ਦੇਖੀ ਐ ਪਰ ਮੂਵੀ ਬਣਾਉਣੀ ਚਾਹੀਦੀ ਐ ਫੋਟੋ ਖੇਚਣੀਆਂ ਚਾਹੀਦੀਆਂ ਪਰ ਉਹਨਾਂ ਦਾ ਭਾਰ ਇੰਨਾ ਜ਼ਿਆਦਾ ਨਾ ਪੈ ਜਾਵੇ ਕਿ ਭਾਈ ਮੁੜ ਕੇ ਉਹੀ ਜਿਹੜਾ ਐਲਬਮ ਭਾਰ ਬਣ ਕੇ ਰਹਿ ਜਾਵੇ ਸਾਡੇ ਉੱਤੇ ਕਸੀ ਐਲਬਮ ਕਿੰਨੀ ਕਰ ਦੇਖਦੇ ਹਾਂ ਇੱਕ ਵਾਰੀ ਜਦੋਂ ਮਾਸੀ ਆਈ ਦੁਬਾਰਾ ਇੱਕ ਵਾਰੀ ਜਦੋਂ ਭੂਆ ਆਈ ਦੁਬਾਰਾ ਇੱਕ ਕਰੀ ਜਦੋਂ ਨਾਨਕੇ ਆਏ ਦੁਬਾਰਾ ਫਿਰ ਉਦੋਂ ਦਿਖਾਓ ਜੀ ਐਲਬਮ ਆ ਗਈ ਐ ਕਰੀ ਦੇਖਣੀ ਐ ਗੋਆਂਢੀਆਂ ਨੇ ਵੀ ਕਰੀ ਦੇਖਣੀ ਉਹਦੇ ਤੋਂ ਬਾਅਦ ਉਹਦੇ ਉੱਤੇ ਵੀ ਠੀਕ ਠਾਕ ਹੀ ਪੈਸੇ ਲਾਉਣੇ ਚਾਹੀਦੇ ਆ ਬਿਲਕੁਲ ਠੀਕ ਠਾਕ ਪੈਸੇ ਲਾਉਣੇ ਚਾਹੀਦੇ ਆ ਨਹੀਂ ਤਾਂ ਉਹ ਉਹ ਕਾਲਾ ਸਾਹਮਣ ਦਾ ਖੌ ਹੀ ਰਹਿੰਦਾ ਇਹਦੇ ਤੋਂ ਰਾਬਾ ਬਹੁਤਾ ਕੁਝ ਨਹੀਂ ਹੁੰਦਾ ਇਹ ਸਾਹਮਣ ਦਾ ਖੌ ਵੀ ਉਹਨਾਂ ਜੇ ਰਹਿੰਦਾ ਜਨ ਜਦ ਤੱਕ ਕੋਈ ਸਾਹਮਣ ਦੇ ਆ ਜੀ ਤੇ ਕਈ ਇਹਨਾਂ ਦੇ ਮੰਨ ਲਓ ਕਿਤੇ ਵੀ ਹੋਰ ਕੁਝ ਹੋਵੇ ਨਾ ਹੋਵੇ ਮੰਨ ਲਓ ਅਲਮ ਵਿਆਹ ਚ ਐਲਬਮ ਚ ਫੋਟੋਆਂ ਚ ਵੀ ਰੰਗ ਕੋਈ ਹੋ ਰਹੀ ਹੁੰਦਾ ਸੋ ਇਹ ਇਹ ਅਸੀਂ ਤਾਂ ਗੱਲ ਕਰਦੇ ਆ ਇਹ ਇਹ ਗੱਲ ਕਿੱਥੋਂ ਛਿੜੀ ਇੱਥੋਂ ਛਿੜੀ ਵੀ ਅਸੀਂ ਜਦੋਂ ਦੇਖਿਆ ਸਾਰਾ ਕੁਝ ਤਾਂ ਸਾਨੂੰ ਲੱਗਿਆ ਵੀ ਯਾਰ ਇਹ ਸਿਰਫ ਵਨ ਟਾਈਮ ਸ਼ੋ ਆ ਵੀ ਇੱਕ ਦਿਨ ਦੇ ਲਈ ਇਕੱਠ ਕਰਨਾ ਇੱਕ ਦਿਨ ਦੇ ਲਈ ਉਹ ਵਿਆਹ ਕਰਨਾ ਇੱਕ ਦਿਨ ਦੇ ਲਈ ਉਹ ਸਾਰੇ ਬੰਦਿਆਂ ਨੇ ਇਕੱਠੇ ਹੋਣਾ ਉਹ ਕੱਪੜਿਆਂ ਤੇ ਉਹ ਕਿੱਥੇ ਬਹਿਣਗੇ ਕਿਹੋ ਜੀ ਪਲੇਟ ਚ ਖਾਣਗੇ ਕਿਦਾਂ ਦੀ ਮੰਨ ਲਓ ਫੋਟੋਗ੍ਰਾਫੀ ਦਾ ਪਜਾ ਕੋਈ ਵੀ ਗੁੱਸਾ ਨਾ ਕਰੇ ਵੀ ਯਾਰ ਤੁਸੀਂ ਸਾਡੀ ਰੋਟੀ ਤੇ ਲਾਤ ਮਾਰਦੇ ਰੋਟੀ ਤੇ ਲਾਤ ਨਹੀਂ ਮਾਰਦੇ ਆਪਾਂ ਨੇ ਜੀ ਵੀ ਪਹਿਲਾਂ ਪ੍ਰੀ ਵੈਡਿੰਗ ਹੋਏਗੀ। ਆਹ ਉਹ ਤੋਂ ਬਾਅਦ ਫਿਰ ਆਪਾਂ ਵਧੀਆ ਵਧੀਆ ਜੇ ਗਾਣੇ ਕੱਢਦੇ ਆਂ ਫਿਰ ਉਸ ਤੋਂ ਬਾਅਦ ਉਹ ਚੰਗੇ ਚੰਗੇ ਜੇ ਅੱਜ ਕੱਲ ਕੋਈ ਬਥੇਰੇ ਬੰਦ ਨੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਕੁਝ ਨਹੀਂ ਕਰਨਾ ਜਿਵੇਂ ਜਿਵੇਂ ਅਸੀਂ ਕਹੀ ਜੇ ਉਦਾਂ ਉਦਾਂ ਤੁਸੀਂ ਕਰੀ ਜਾਣਾ ਬਾਕੀ ਕੰਮ ਸਾਡਾ। ਉਹ ਫਿਰ ਜਦੋਂ ਸਕਰੀਨ ਦੇ ਉੱਪਰ ਫਿਰ ਦਿਖਾਇਆ ਜਾਂਦਾ ਹੈ ਨਾ ਬਈ ਬੱਲੇ ਬੱਲੇ ਵੀ ਮੁੰਡਾ ਤਾਂ ਜਿਹ ਹੀਰੋ ਲੱਗੀ ਜਾਂਦਾ। ਉਹਨਾਂ ਮੈਂ ਹਨਾ ਗੁੱਡੀ ਸਾਡੀ ਤੇ ਹੀਰੋਇਨ ਲੱਗੀ ਜਾਂਦੀ। ਸਵਾਲ ਇਹ ਆ ਪਿਓ ਹੀਰੋ ਹੀਰੋ ਨਾਲ ਆਪਾਂ ਉਹ ਵੀਡੀਓ ਹੋ ਸਕਦਾ ਜਿਹੜੀ ਉੱਥੇ ਕੋਈ ਵੇਖੀ ਵਿਖਾਈ ਜਾਂਦੀ ਹੋਵੇ 1 ਇਹ ਤੁਸੀਂ ਸਾਰੇ ਹੀ ਬਣਾ ਲਓਗੇ ਸਾਰੇ ਵਿਆਹ ਦੀ ਤੇ ਬੱਡੀ ਇਹ ਦੇ 1 ਘੰਟੇ ਦੀ ਬਣਾ ਦੇਣਗੇ ਹੋਰ ਕਿਤੇ ਕਿੰਨੀ ਬਣਾ ਦੇਣਗੇ ਉਹ ਉਹਦੇ ਤੇ ਆਪਾਂ ਜਿਹੜਾ ਉਹ ਲੱਖਾਂ ਰੁਪਇਆ ਲਾਉਣ ਲੱਗੇ ਕੀ ਉਹ ਵਰਤ ਹੈਗਾ ਕਿਉਂਕਿ ਜੇ ਤੇ ਆਪਾਂ ਯਾਦਾਂ ਹੀ ਸਾਮ ਕੇ ਰੱਖਣੀਆਂ ਤੇ ਉਹ ਫੋਟੋਆਂ ਤਸਵੀਰਾਂ ਜਾਂ ਇੱਕ ਸਾਦੀ ਵੀਡੀਓ ਦੇ ਰੂਪ ਚ ਹੋ ਸਦਾ ਨੈਚੁਰਲ ਰੂਪ ਦੇ ਵਿੱਚ ਤੇ ਜੇ ਆਪਾਂ ਉਹਦੇ ਪਿੱਛੇ ਗਾਣੇ ਲਾਓ ਉਹ ਪ੍ਰੀ ਵੈਡਿੰਗ ਕਰ ਉਹ ਪੋਸਟ ਵੈਡਿੰਗ ਕਰ ਉਹ ਇਹਦੇ ਤੇ ਕਰ ਉਹਦੇ ਤੇ ਕਰ ਉਹ ਸਾਰਾ ਕੁਝ ਦੀ ਕੀ ਲੋੜ ਹੈਗੀ ਆਪਾਂ ਅੰਦਰੇ ਅੰਦਰ ਪੁੱਛੀਏ ਜਰੂਰ ਆਪਣੇ ਆਪ ਨੂੰ ਕੋਈ ਬੰਦਾ ਹੋ ਸਕਦਾ ਕਵੇ ਓ ਯਾਰ ਕਿੱਦਾਂ ਦੀਆਂ ਬਲਛਣੀਆਂ ਗੱਲਾਂ ਕਰਨ ਦਾ ਯਾਰ ਕੋ ਹੋਰ ਗੱਲ ਕਰ ਲੋ ਤੇ ਪੁੱਤ ਵਿਆਉਣਾ ਹੁ ਜੇ ਇੱਥੇ ਖਰਚ ਨਹੀਂ ਕਰਨਾ ਫਿਰ ਕਿੱਥੇ ਕਰਨਾ ਜੀ ਹੈ ਨਾ ਉਹ ਬੰਦਾ ਕਰੇ ਜਿਹਦੇ ਕੋਲੇ ਜ਼ਿਆਦਾ ਆਪਾਂ ਉਹ ਅੱਗੇ ਇੱਕ ਦਿਨ ਗੱਲ ਕਰਦੇ ਸੀ ਨਾ ਉਹੜਾ ਬੰਦਾ ਜਿਹਦੇ ਕੋਲ ਪਾਣੀ 200 ਕੇ 300 ਕਰੋੜ ਅਲਮਾਰੀਆਂ ਜੀ ਫੜਿਆਗਾ ਉਹ ਉੱਥੋਂ ਕੱਢ ਕੇ ਲਾ ਦਵੇ ਹੈ ਪੈਸੇ ਨੂੰ ਆਜੇ ਯਾਰ ਕੀ ਫਰਕ ਪੈਂਦਾ ਕੋਈ ਠੀਕ ਪਰ ਜਿਹੜਾ ਬੰਦਾ ਅੱਗੇ ਹੈ ਹੈਂਡ ਟੂ ਮਾਊਥ ਆ ਯਾਰ ਆਪਾਂ ਨੂੰ ਪਤਾ ਵੀ ਗੁਜਾਰਾ ਮਸਾ ਹੁੰਦਾ ਅੱਗੇ ਕੋਈ ਕੋ ਲਿਮਟ ਵੀ ਦੇਣ ਵਾਲੀ ਆ ਕੋ ਬੈਂਕ ਦੇ ਵੀ ਲੋਨ ਵਾਲੇ ਆ ਜਾਂ ਇਧਰੋਂ ਉਧਰੋਂ ਜਿਹੜੇ ਫੜੇ ਸੀ ਉਹ ਵੀ ਅਜੇ ਮੋੜਨ ਵਾਲੇ ਆ ਉਤੋਂ ਆਪਾਂ ਹੋਰ ਫੜ ਕੇ ਤੇ ਫਾ ਲੈਂਦੇ ਕੀ ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਸਵਾਲ ਏ ਹੈ ਵਿਆਹਾਂ ਦੇ ਵਿੱਚ ਸੰਧਾਲੀਆ ਸਭ ਮਹਿਮਾਨਾਂ ਦੀ ਗਿਣਤੀ ਘਟਣੀ ਬਹੁਤ ਜ਼ਰੂਰੀ ਹੈ ਦੇਖੋ ਵਿਆਹ ਦੇ ਵਿੱਚ ਹੁਣ ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਕਿ ਡੀਜੇ ਅੱਗੇ ਗੱਲ ਗੁੱਲ ਨਹੀਂ ਕਿਸੇ ਦੀ ਸੁਣਦੀ ਨਹੀਂ ਨਹੀਂ ਉਹ ਗੱਲ ਸੁਣਣ ਨਹੀਂ ਦਿੰਦੇ ਹਾਂ ਸੁਣਣ ਨਹੀਂ ਦਿੰਦੇ ਉਹ ਜੇ ਜਾਪੇ ਨਾ ਵੀ ਉਹਨਾਂ ਨੇ ਇੱਕ ਬੰਦਾ ਰੱਖਿਆ ਉਹ ਆਵਾਜ਼ ਨਾ ਕਰਨੀ ਪਹਿਲਾਂ ਨਾ ਹੋਵੇ ਤੂੰ ਕਾਕਾ ਵੇਖਿਆ ਜਿਉ ਉਹਨਾਂ ਨੇ ਆਖਿਆ ਨਾ ਉਹਨਾਂ ਨਾਲ ਹੀ ਹੋਲੀ ਚੱਕ ਦੇਣੀ ਹਾਂ ਵੀ ਉਸ ਮੇਜ ਵਾਲਾ ਵੀ ਗੱਲ ਨਾ ਕਰੇ ਤੇ ਤੁਹਾਨੂੰ ਤੁਸੀਂ ਜਿੰਨੀ ਵਾਰੀ ਮਰਜ਼ੀ ਜਾ ਕੇ ਉਹਨਾਂ ਨੂੰ ਕਹਿ ਦਿਓ ਆਵਾਜ਼ ਉਹਨਾਂ ਨੇ ਉੱਥੇ ਕਰੱਖਣੀ ਆ ਤੇ ਗੀਤ ਪਤਾ ਨਹੀਂ ਉਹਨਾਂ ਦੀ ਰਫਤਾਰ ਤੇਜ਼ ਕੇ ਦਹ ਹੋ ਜਾਂਦੀ ਅਸੀਂ ਆਮ ਉਹ ਗੀਤ ਸੁਣਦੇ ਹਾਂ ਤੇ ਬੜਾ ਵਧੀਆ ਚੱਲਦਾ ਹੁੰਦਾ ਉੱਥੇ ਉਸ ਗੀਤ ਦੀ ਰਫਤਾਰ ਤੇਜ਼ ਹੋ ਜਾਂਦੀ ਹੈ ਚਲੋ ਉਹਨਾਂ ਦਾ ਇੱਕ ਆਪਣਾ ਢੰਗ ਤਰੀਕਾ ਹੋਏਗਾ ਪਰ ਮਹਿਮਾਨ ਥੋੜੇ ਹੋਣ ਕੋਈ ਥੋੜੇ ਨਾਲ ਗੁੱਸੇ ਨਹੀਂ ਹੋਣ ਲੱਗਾ ਪਹਿਲੀ ਗੱਲ ਜਿਹੜਾ ਬੰਦਾ ਇਹ ਕਹਿੰਦਾ ਨਾ ਸਾਡੀਆਂ ਆਮ ਤੌਰ ਤੇ ਬੀਬੀਆਂ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਹੁੰਦਾ ਨਹੀਂ ਜੀ ਅਸੀਂ ਸ਼ਗਨ ਦਿੱਤੇ ਆ ਸਾਰਿਆਂ ਨੂੰ ਹੁਣ ਸਾਰਿਆਂ ਨੂੰ ਸੱਦਣਾ ਨਹੀਂ ਅਸੀਂ ਜਾਂਦੇ ਰਹੇ ਆ ਉਹਨਾਂ ਦੇ ਠੀਕ ਹੈ ਬੀਬੀ ਜੀ ਤੁਸੀਂ ਜਾਂਦੇ ਰਹੇ ਹੋ ਅਸੀਂ ਕਿਹੜਾ ਇਨਕਾਰ ਕਰਦੇ ਆ ਪਰ ਉਹਨਾਂ ਨੇ ਤੁਹਾਨੂੰ ਸੱਦਿਆ ਨਾ ਤੇ ਜਿਹੜਾ ਵੀ ਰਿਸ਼ਤੇਦਾਰ ਜਾਂ ਜਿਹੜਾ ਵੀ ਤੁਹਾਡਾ ਮਿੱਤਰ ਜਾਂ ਜਿਹੜਾ ਵੀ ਤੁਹਾਡਾ ਜਾਣਕਾਰ ਇਸ ਗੱਲ ਕਰਕੇ ਤੁਹਾਡੇ ਨਾਲ ਬੋਲਣੋਂ ਹਟ ਜੂਗਾ ਜਾਂ ਤੁਹਾਨੂੰ ਬਾਜ਼ਾਰ ਦੇ ਵਿੱਚ ਜਾਂਦੇ ਹਾਂ ਔਲਾੰਬਾ ਦਊਗਾ ਭੈਣ ਜੀ ਤੁਸੀਂ ਫੇਸਦਿਆ ਹੀ ਨਾ ਸੁਣਿਆ ਮੁੰਡਾ ਵਿਆਹ ਲਿਆ ਸੁਣਿਆ ਕੁੜੀ ਦਾ ਵਿਆਹ ਵਿਆਹ ਕਰ ਦਿੱਤਾ ਤੇ ਤੁਸੀਂ ਫੇਸਦਿਆ ਇਹਨਾਂ ਸਾਡਾ ਤੁਸੀਂ ਚੇਤਾ ਹੀ ਭਲਾਤਾ ਸਪਸ਼ਟ ਕਹੋ ਨਹੀਂ ਜੀ ਅਸੀਂ ਸੀਮਤ ਰੱਖਿਆ ਸੀ ਅਸੀਂ ਥੋੜ੍ਹਾ ਜਣੇ ਨੇ ਕੀਤਾ ਸੀ ਹੋ ਸਕਦਾ ਕਿ ਉਹ ਦੂਜੀ ਗੱਲ ਨਹੀਂ ਫਿਰ ਸਾਡੇ ਗਵਾਂਡੀਆਂ ਨੂੰ ਤਾਂ ਸੱਦ ਲਿਆ ਸੀ ਤੁਸੀਂ ਕੋਈ ਗੱਲ ਨਹੀਂ ਕਿਤੇ ਨਹੀਂ ਤੁਹਾਡੀ ਲੱਤ ਪੰਨਣ ਲੱਗੇ ਮੈਨੂੰ ਨਹੀਂ ਲੱਗਦਾ ਕਿ 5 700 ਬੰਦਾ ਵਿਆਹ ਦੇ ਵਿੱਚ 500 600 ਬੰਦੇ ਨਾਲ ਤੁਸੀਂ ਕਦੇ ਵਿਹਾਰ ਨਹੀਂ ਕਰਦੇ 5 700 ਬੰਦੇ ਨਾਲ ਤੁਸੀਂ ਆਪਣੀ ਲਾਈਫ ਦੇ ਵਿੱਚ ਕਦੇ ਵੀ ਇਦਾਂ ਨਹੀਂ ਹੁੰਦਾ ਕਿ ਤੁਸੀਂ ਉਹਨਾਂ ਨੂੰ ਰੋਜ਼ਾਨਾ ਮਿਲਦੇ ਹੋ ਜਾਂ ਮਹੀਨੇ ਚੱਕਰ ਹੀ ਮਿਲਦੇ ਹੋ ਜੋ ਤੁਹਾਡਾ ਉਹਨਾਂ ਨਾਲ ਵਾਹ ਪੈਂਦਾ ਬਹੁਤੀ ਵਾਰੀ ਤਾਂ ਤੁਸੀਂ ਵੱਧੇ ਰੁੱਧੇ ਘਾੜ ਦਿੰਨੇ ਹੋ ਤੇ ਬਹੁਤੀ ਵਾਰੀ ਅਗਲੇ ਵੱਧੇ ਰੁੱਧੇ ਆਉਂਦੇ ਆ ਤੇ ਉਹ ਵੱਧੇ ਰੁੱਧੇ ਦੇ ਵਿੱਚ ਕਿੰਨਾ ਕੁਛ ਵੱਧਿਆਂ ਰੁੱਧਿਆਂ ਹੋ ਜਾਂਦਾ ਉਹ ਤੁਸੀਂ ਆਪਣੇ ਆਪ ਦੇ ਹਿਸਾਬ ਨਾਲ ਲਾ ਲਓ ਠੀਕ ਹੈ ਜਿਹੜੇ ਬੰਦੇ ਦੇ ਕੋਲੇ ਪੈਸੇ ਹੈਗੇ ਆ ਜਿਹੜੇ ਬੰਦੇ ਨੇ ਕਮਾ ਲਏ ਆ ਤੁਸੀਂ ਠੀਕ ਹੈ ਤੁਸੀਂ ਸਾਡੇ ਕੋਲ 10 ਫੰਕਸ਼ਨ ਰੱਖ ਲਓ ਦਸਾਂ ਦੇ ਵਿੱਚ ਵੱਖਰੇ ਵੱਖਰੇ ਬੰਦੇ ਸਾਧ ਲਓ ਤੁਹਾਡਾ ਸਰਕਲ ਹੈ ਜੇ ਤੁਹਾਡੇ ਚ ਸਮਰੱਥਾ ਹੈਗੀ ਆ ਪਰ ਇਹ ਮਜਬੂਰੀ ਨਹੀਂ ਹੋਣੀ ਚਾਹੀਦੀ ਸਾਡੀ ਪੰਜਾਬੀਆਂ ਦੀ ਆਦਤ ਹੈ ਅੱਜ ਸੰਧਾਲੀਆ ਸਾਹਿਬ ਨੇ ਇਹ ਕੁਰਤੀ ਪਾ ਲਈ ਹੈ ਇਹ ਕੁਰਤੀ ਪਾ ਕੇ ਇੱਕ ਵਿਆਹ ਦੇ ਵਿੱਚ ਜਾਇਆ ਇਹ ਅਗਲੇ ਵਿਆਹ ਦੇ ਵਿੱਚ ਜੇ ਸੰਧਾਲੀਆ ਸਾਹਿਬ ਦੀ ਕੁਰਤੀ ਨਾ ਹੋਈ ਇਕੱਲਾ ਝੱਗਾ ਹੋਇਆ ਜੇ ਖੁੰਝੇ ਲਾ ਕੇ ਖੜੇ ਨੇ ਯਾਰ ਅੱਜ ਮੈਂ ਕੁਰਤੀ ਨਹੀਂ ਪਾਈ ਅੱਜ ਥੋੜੋ ਮੈਂ ਚੰਗਾ ਲੱਗਦਾ ਹੁਣ ਅੱਜ ਹੁਣ ਮੈਂ ਵਿਆਹ ਦੇ ਵਿੱਚ ਕਿੱਦਾਂ ਜਾਵਾਂ ਤੇ ਇਹ ਫਿਰ ਉਸੇ ਪਹਿਲਾਂ ਕਹਿੰਦੇ ਯਾਰ ਵਿਆਹ ਤੇ ਬਾਅਦ ਚ ਜਾਣਾ ਪਹਿਲਾਂ ਹਾਂ ਮੈਂ ਤੇ ਨਹੀਂ ਅਰ ਦੀ ਕੁਰਤੀ ਲੈ ਕੇ ਆਉਣੀ ਹੈ ਫੇਰ ਸੰਧਾਲੀਆ ਸਾ ਥੋੜਾ ਕੰਮ ਨਿਬੜ ਗਿਆ ਹੀ ਜੀ ਮੈਂ ਇਦਾਂ ਕਰਦਾ ਤੁਹਾਨੂੰ ਪਤਾ ਹੀ ਕਿਉਂਕਿ ਮੈਨੂੰ ਫਰਕ ਨਹੀਂ ਪੈਂਦਾਗਾ ਤੁਸੀਂ ਇੱਕ ਦਿਨ ਪਹਿਲਾਂ ਹੀ ਲੈ ਗਰ ਰਹਦੇ ਹੋ ਨਾ 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 ਮੈਨੂੰ ਇਹ ਹੁੰਦਾ ਵੀ ਵੀਰ ਮੇਰੇ ਲੀੜੇ ਤੁਸੀਂ ਆਪਣੇ ਆਪ ਲਈ ਪੋਣੇ ਕੇ ਲਈ ਥੋੜਾ ਪੋਣੇ ਨਹੀਂ ਨਾਲੇ ਜੇ ਕਿਸੇ ਨੂੰ ਉਤਰਾਜ ਹੈ ਨਾ ਲੈ ਦਵੇ ਆ ਉਹਦੇ ਝਰਜ ਵੀ ਕੀ ਆ ਹਾਂ ਵੀ ਲੈ ਦਵੇ ਨਹੀਂ ਦੇਖੋ ਇਹ ਇਹ ਗੱਲ ਜਿਹੜੀ ਅਸੀਂ ਕਰ ਰਹੇ ਹਾਂ ਇਹ ਵਿਆਹਾਂ ਤੋਂ ਚੱਲੀ ਪਰ ਕੋਈ ਇਹ ਨਹੀਂ ਸਮਝੇ ਪਈ ਇਹ ਨਾ ਪੂਰਾ ਵਿਆਹਾਂ ਦੇ ਰਹਿਣਾ ਆਪਾਂ ਗੱਲ ਕਰ ਰਹੇ ਆ ਵੀ ਕੁੱਲ ਮਿਲਾ ਕੇ ਖਰਚ ਜਿਹੜਾ ਕਿ ਪੰਜਾਬੀਆਂ ਵਧਾ ਲਿਆ ਇਥੇ ਮੈਂ ਇਹ ਵੀ ਗੱਲ ਐਡ ਕਰ ਦਿਆਂ ਵੀ ਨਰੇਪੁਰੇ ਇਸ ਭਾਰਤ ਦੇਸ਼ ਮਹਾਨ ਚ ਭਾਰਤੀ ਕਮਿਊਨਿਟੀ ਦੇ ਵਿੱਚ ਕੱਲੇ ਪੰਜਾਬੀ ਮਹਿੰਗੇ ਵਿਆਹ ਨਹੀਂ ਕਰਦੇ ਪੰਜਾਬੀਆਂ ਤੋਂ ਵੀ ਮਹਿੰਗਾ ਵਿਆਹ ਕਰਨ ਵਾਲੀਆਂ ਕਮਿਊਨਟੀਆਂ ਹੈਗੀਆਂ। ਇਹਦਾ ਮਤਲਬ ਇਹ ਹੋ ਗਿਆ ਵੀ ਜਾੜਾ ਕਰਨ ਵਾਲੇ ਅਸੀਂ ਕੱਲੇ ਨਹੀਂ ਜਾੜਾ ਕਰਨ ਵਾਲੇ ਹੋਰ ਵੀ ਹੈਗੇ। ਪਰ ਯਾਰ ਜੇ ਦੁਨੀਆ ਮੰਨ ਲੋ ਖੂਚ ਡਿਗਦੀ ਹੈ ਤੇ ਆਪਣਾ ਡਿਗਣਾ ਕੋ ਜ਼ਰੂਰੀ ਹੈ। ਸਵਾਲ ਇਹ ਕੀ ਹੈ? ਦੂਜੀ ਗੱਲ ਹੁਣ ਆਪਾਂ ਚਲੋ ਇਸ ਪਾਸੇ ਜੇ ਤੁਰੀ ਆ। ਇੱਕ ਆਪਣੇ ਰਵਾਜ ਬਣ ਗਿਆ ਵੀ ਯਾਰ ਕੂਠੀ ਚਾਹੀਦੀ ਆ ਘਰ ਚਾਹੀਦਾ ਬਹੁਤ ਹੀ ਵੱਡਾ। ਅਲੀ ਸ਼ਾਨekra ਪਤਾ ਲੱਗੇ ਮੈਨਾਂ ਸ਼ਰੀਕਾਂ ਦੇ ਟੱਸ ਬੰਣਨੇ ਹੈ ਕਿ ਨਾ ਪਤਾ ਲੱਗੇ ਫੁਲਾਨਾ ਹੋਣਾ ਭਾਈ ਸਾਹਿਬ ਕੋਠੀ ਪਾਈ ਕਿਤੇ ਓਏ ਹੋਏ ਹੋਏ ਇੱਕ ਤੇ ਜੇ ਕਿਸ ਨੇ ਪਹਿਲਾਂ ਪਾਈ ਉਹਦੇ ਕਿਤੇ ਲਾਗੇ ਬੰਨੇਗਾ ਛੱਤ ਦਿੱਤੀ ਆ ਤੇ ਆਖਣਾ ਵੀ ਇਹ ਨਹੀਂ ਦੇਣੀ ਚਾਹੀਦੀ ਹੁਣ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੀ ਜਿਹੜੇ ਜਿਹੜੇ ਕੋਠ ਅਸੀਂ ਪਾਉਨੇ ਆ ਕੋਠੀ ਨੂੰ ਤਾਂ ਕੋਠ ਹੀ ਪਾਉਨੇ ਮਹਿਲ ਬਣਾਉਨੇ ਕੀ ਉਹਨਾਂ ਦੀ ਵਾਕੇ ਸਾਨੂੰ ਲੋੜ ਹੁੰਦੀ ਆ ਜਾਂ ਫਿਰ ਸਾਨੂੰ ਇਹ ਲੱਗਦਾ ਹੁੰਦਾ ਵੀ ਯਾਰ ਜੇ ਹੁਣ ਪਾਉਣ ਹੀ ਲੱਗੇ ਤਾਂ ਆਪੇ ਏਟੀ ਵੱਡੀ ਪਾਉਣੀ ਪਾਉਣੀ ਉਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਤੇ ਮੋਸਟਲੀ 80% ਤੋਂ ਵੱਧ ਨੂੰ ਲੱਗਦਾ 90% ਤੋਂ ਵੱਧ ਹੀ ਹੋਣਾ। ਇਹ ਅਸੀਂ ਉਸ ਸਹਿੇੜ ਲੈਨੇ ਆ। ਜੀ ਜਿਹੜੇ ਵੀ ਆਪਾਂ ਕਿਸੇ ਵੀ ਆਰਕੀਟੈਕਟ ਕੋਲ ਜਾ ਕੇ ਬੈਠਦੇ ਆ ਉਹਨੇ ਆਪਣੀ ਜੇ ਪਹਿਲਾਂ ਥੋੜਾ ਵੇਖਣੀ ਉਹਨੇ ਤੇ ਫੀਸ ਲੈਣੀ। ਤੇ ਜਦੋਂ ਅਗਲੇ ਦੀ ਫੀਸ ਪਰ ਸਕੁਅਰ ਫੁੱਟ ਦੇ ਹਿਸਾਬ ਨਾਲ ਤੇ ਅਗਲਾ ਬੰਦਾ ਸਕੁਅਰ ਫੁੱਟ ਫੇ ਵਧਾਊਗਾ। ਉਹ ਕਦੇ ਨਹੀਂ ਤੁਹਾਨੂੰ ਕਹੂਗਾ ਭਾਈ ਥੋੜਾ ਘਟਾ ਲਓ। ਉਹ ਜਦੋਂ ਇੱਕਾ ਉੱਥੇ ਆਪਾਂ ਨੂੰ ਐਲੀਵੇਸ਼ਨ ਬਣਾ ਬਣੂ ਕੇ ਦਿੰਦੇ ਆ ਤੇ ਉਸ ਤੋਂ ਬਾਅਦ ਉਹਦੇ ਚ ਇੱਕ ਕੰਪਿਊਟਰ ਨਾਲ ਗੱਡੀ ਖੜੀ ਕਰਕੇ ਥੋੜਾ ਜਿਹਾ ਘਾ ਲਾ ਕੇ ਥੋੜੇ ਬੂਟੇ ਪਾ ਕੇ ਫਿਰ ਵਾਂਸਵਨੀਆਂ ਬੱ ਉਹ ਦਿਖਾਉਂਦੇ ਆਪਾਂ ਜ्यादा ਯਾਰ ਬਣਾਉਣੀ ਤੇ ਹੋਈ ਬਣਾਉਣੀ ਉਹ ਜਿਹੜਾ ਆਪਾਂ ਕੰਮ ਸ਼ੁਰੂ ਕਰ ਲੇਨੇ ਆ ਉਸ ਤੋਂ ਬਾਅਦ ਤੁਸੀਂ ਇਹ ਦੱਸੋ ਵੀ 90% ਜਾਂ 80% ਜੇ ਮੈਂ ਗੱਲ ਕਰਨ ਲੱਗਾ ਹੀ ਕੀ ਉਹ ਉਮੀਦੀ ਕੋਠੀ ਬਣਦੀ ਹੈ ਤੇ ਜੇ ਉਹ ਬਣ ਜਾਂਦੀ ਆ ਤੇ ਜਿਹੋ ਜਿਉਂ ਅੰਦਰੋਂ ਉਹਨਾਂ ਨੇ ਦਿਖਾਈ ਹੁੰਦੀ ਕੀ ਅਸੀਂ ਉਹ ਜੀ ਬਣਾ ਸਕਦੇ ਹੁਣ ਕਿਉਂਕਿ ਆਪਣੇ ਘਰੇ ਤੋਂ ਉਹੋ ਹੀ ਕੰਮ ਨਾਲ ਰਵਾ ਹੁਣ ਕੀ ਗੱਲ ਅਸੀਂ ਬਾਪੂ ਬੇਬੇ ਘਰੋਂ ਕੱਢਦੇ ਜਿਹਨੂੰ ਜਿਹਨੇ ਬਹਿਣਾ ਹੀ ਮੰਜੇ ਤੇ ਜਾਂ ਫਿਰ ਜਿਹੜੇ ਆਲਰੇਡੀ ਵਾਣ ਦੇ ਮੰਜੇ ਸਾਡੇ ਘਰੇ ਪਹਿ ਕੀ ਗੱਲ ਅਸੀਂ ਡੋਣੋ ੜ ਜਾਗੇ ਜਾਂ ਫਿਰ ਜੇ ਸਾਡਾ ਪੰਗਾ ਤਰੀਕਾ ਜਿਹੜਾ ਉਹ ਕੰਮ ਕਰਨ ਦਾ ਇਹੋ ਹੀ ਆ ਵੀ ਮਾਲ ਕੋਠੀਆਂ ਹੀ ਪਾ ਲਈਏ ਨਾਲ ਸਾਡੀ ਹਵੇਲੀ ਹੁਣ ਡੰਗਰ ਚੋਕੇ ਜਦੋਂ ਆਪਾਂ ਆਉਣਾ ਤੇ ਕੀ ਗੱਲ ਮੱਝ ਨੂੰ ਕਹਦਾਂਗੇ ਵੀ ਹੁਣ ਤੂੰ ਗੋਆ ਨਹੀਂ ਕਰਨਾ ਹੀ ਕੋਠੀ ਪਾ ਲਈ ਕਿਉਂਕਿ ਮੈਂ ਅੰਦਰ ਜਾਣਾ ਹੁੰਦਾ ਉਹ ਜੋ ਕੁਝ ਵੀ ਜਿੱਥੇ ਜਿੱਥੇ ਵੀ ਜਾਂਦਾ ਜਦੋਂ ਸਾਡਾ ਰਹਿਣ ਸਹਿਣ ਉਹ ਹੋ ਗਿਆ ਤੇ ਆਪਾਂ ਨੂੰ ਲੱਗਦਾ ਹੁੰਦਾ ਵੀ ਯਾਰ ਜਿਹੜੇ ਪਹਿਲੇ ਘਰ ਚ ਰਹਿੰਨੇ ਹ ਉਹਦੇ ਸਗੋਂ ਬੜਾ ਈਜ਼ੀ ਸੀ ਸਾਰਾ ਕੁਝ ਤੇ ਜਦੋਂ ਦਾ ਕੋਠਾ ਵਾਲਾ ਪੰਗਾ ਲੈ ਲੈ ਕੋਠੀ ਵਾਲਾ ਪੰਗਾ ਲੈ ਲੈ ਪੈਸੇ ਵੀ ਲਾ ਲੈ ਲਿਮਟਾਂ ਵੀ ਚੜ ਗੀਆਂ ਕਰਜ਼ਾ ਵੀ ਚੜ ਗਿਆ ਇੱਕ ਕੰਫਰਟੇਬਲ ਫੇਰ ਕੁਛ ਨਹੀਂ ਹੈਗਾ ਸੰਧਾਲੀਆ ਸਾਹਿਬ ਇਹ ਬਹੁਤ ਜ਼ਰੂਰੀ ਹੈ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਵੈਸੇ ਤਾਂ ਸਾਰਿਆਂ ਨੂੰ ਮੁਬਾਰਕਾਂ ਜਿਹੜੇ ਘਰ ਬਣਾ ਰਹੇ ਐ ਜਿਨ੍ਹਾਂ ਨੇ ਆਉਣ ਵਾਲੇ ਦਿਨਾਂ ਛੱਟ ਕਰਨੀਆਂ ਜਿਨ੍ਹਾਂ ਦਾ ਘਰ ਤਕਰੀਬਨ ਮੁਕੰਮਲ ਹੋ ਚੁੱਕਿਆ ਤੇ ਉਹ ਹੁਣ ਚਾਹੁੰਦੇ ਆ ਕਿ ਭਾਈ ਅਸੀਂ ਉਹਨਾਂ ਕਮਰਿਆਂ ਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਸ਼ਿਫਟ ਹੋ ਜਾਈਏ ਰੰਗ ਹੋ ਰਿਹਾ ਕਿਸੇ ਦੇ ਬਹੁਤ ਮੁਬਾਰਕਾਂ ਤੁਹਾਨੂੰ ਅਸੀਂ ਇਹ ਨਹੀਂ ਕਿੰਨੇ ਕਿ ਤੁਸੀਂ ਵੱਡੇ ਘਰ ਨਾ ਬਣਾਓ ਕਿ ਵੱਡੇ ਘਰ ਬਣਾਓ ਮਿਸਤਰੀ ਨੂੰ ਕੰਮ ਮਿਲਦਾ ਮਜ਼ਦੂਰ ਨੂੰ ਕੰਮ ਮਿਲਦਾ ਪੱਥਰ ਵਾਲੇ ਨੂੰ ਕੰਮ ਮਿਲਦਾ ਰੰਗ ਵਾਲੇ ਨੂੰ ਕੰਮ ਮਿਲਦਾ ਸੈਨੀਟਰੀ ਵਾਲੇ ਨੂੰ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਤੁਸੀਂ ਘਰ ਬਣਾਉਨੇ ਹੋ ਤੇ ਬਣਨੇ ਚਾਹੀਦੇ ਆ ਅਸੀਂ ਇਤਰਾਜ਼ ਨਹੀਂ ਕਰਦੇ ਪਰ ਨਹੀਂ ਘਰ ਸ਼ਮ ਤੁਸੀਂ ਜਿੰਨੀ ਆ ਰਾਂ ਬੋਲਿਆ ਘਰ ਬੋਲਿਆ ਮੈਂ ਜਿੰਨੀ ਆ ਰਾਂ ਬੋਲਿਆ ਕੋਠ ਤੇ ਕੋਠੀ ਕੋਠ ਤੇ ਕੋਠੀ ਹੁਣ ਮੈਂ ਨਾ ਮੈਂ ਕਹਿੰਦਾ ਕਿਤੇ ਜਿਹੜੇ ਬੰਦੇ ਹੁਣ ਕਹਿਣ ਲੱਗੇ ਉਹ ਇਹ ਨਾ ਸੋਚਣ ਯਾਰ ਕਿਉਂ ਬਣਾ ਲਿਆ ਬਣਾਉਣਾ ਚਾਹੀਦਾ ਪਰ ਰੌਲਾ ਸਿਰਫ ਇਹ ਵੀ ਸਾਨੂੰ ਕੀ ਚਾਹੀਦਾ ਰੌਲਾ ਇਸ ਗੱਲ ਤੇ ਨਹੀਂ ਕਿ ਸਾਨੂੰ ਕੌਣ ਦੱਸ ਰਿਹਾ ਕਿ ਤੁਹਾਨੂੰ ਕੀ ਚਾਹੀਦਾ ਉਹਨਾਂ ਨੂੰ ਕੀ ਪਤਾ ਕਿ ਭਾਈ ਅਸੀਂ ਵਾਸ਼ਰੂਮ ਦੇ ਵਿੱਚ ਅੱਡੀਆਂ ਕਿਦਾਂ ਖੂਚਦੇ ਆ ਮੈਂ ਤਾਂ ਬਹੁਤੀ ਵਾਰੀ ਮੇਰੇ ਚਾਵਾ ਯਾਰ ਚਾਵਾ ਨਹੀਂ ਗਾਇਤੀ ਵੈਸੇ ਗੱਲ ਦੱਸਦਾ ਤੁਹਾਨੂੰ ਯਾਨੀ ਚਾਵਾ ਸਾਨੂੰ ਜ਼ਰੂਰ ਚਾਹੀਦਾ ਕਿਉਂਕਿ ਅਸੀਂ ਬਾਹਰ ਦਾ ਇਤੁਰੇ ਫਿਰਨਾ ਖੇਤਾਂ ਚ ਬਾਹਰ ਤਾਂ ਸਾਡੀਆਂ ਾਟੀਆਂ ਜਿਹੜੀਆਂ ਕੁਛਣ ਵਾਲੀਆਂ ਹੁੰਦੀਆਂ ਹੂੰ ਦੂਸਰੀ ਗੱਲ ਕਿ ਜਦੋਂ ਅਸੀਂ ਇਹ ਸਾਰਾ ਕੁਝ ਬਣਾ ਲੈਨੇ ਆ ਮੈਨੂੰ ਸਭ ਤੋਂ ਵੱਧ ਤਰਸ ਨਿਆਣਿਆਂ ਤੇ ਆਉਂਦਾ ਸੰਧ ਵਾਲੀਆ ਸਭ ਅੱਗੇ ਮੈਂ ਨਹੀਂ ਕਹਿੰਦਾ ਕਿ ਕੱਚੇ ਰੱਖੋ ਕੁਛ ਵੀ ਵੈਸੇ ਹੀ ਗੱਲ ਕਰਦਾ ਕਿ ਤਬਦੀਲੀ ਦੇ ਨਾਲ ਸਾਡੇ ਬੱਚਿਆਂ ਦਾ ਕੀ ਨੁਕਸਾਨ ਹੈ ਅੱਗੇ ਨਿਆਣੇ ਨੇ ਕਿਤੇ ਪਾਣੀ ਡੋਲਤਾ ਕੱਚਾ ਹੁੰਦਾ ਸੀ ਉਹ ਕਈ ਵਾਰੀ ਬਹੁਤੀ ਵਾਰੀ ਪਤਾ ਹੀ ਨਹੀਂ ਲੱਗਾ ਪੰਡੋਲੇ ਨੇ ਹੂੰ ਉੱਥੇ ਰਚਮਚ ਗਿਆ ਬਹੁਤੇ ਨਿਕਣਾਂ ਵਾਲੇ ਇੱਕ ਦੋ ਵਾਰੀ ਜੇ ਵਾਸ਼ਰੂਮ ਵੀ ਕਰ ਕਰ ਦਿੰਦਾ ਉਹ ਵੀ ਨਹੀਂ ਪਤਾ ਲੱਗਾ ਨਿਕਨ ਨੁਕਰ ਵੀ ਉਹੀ ਸੋਕੇ ਜਾਣੀ ਤੇ ਉਹ ਵੀ ਨਹੀਂ ਪਤਾ ਲੱਗਣਾ ਕੱਚੇ ਥਾਂ ਦੇ ਉੱਤੇ ਹੁਣ ਪਹਿਲੀ ਗੱਲ ਹੈ ਕਿ ਪਾਣੀ ਜੇ ਡੁੱਲ ਗਿਆ ਤਾਂ ਸਾਰਾ ਟੱਬਰ ਟੁੱਟ ਕੇ ਪੈ ਜਾਂਦਾ ਪਾਣੀ ਡੋਲਦਾ ਐ ਨਹੀਂ ਕਿਉਂਕਿ ਮੁੜ ਕੇ ਤਿਲਕਣ ਹੋ ਜਾਂਦੀ ਹੈ ਹੂੰ ਤਿਲਕਣ ਹੁੰਦੀ ਨਿਆਣਾ ਡਿਗੂ ਜਿਹਾ ਨਿਆਣਾ ਡਿਗੂਗਾ ਦੂਸਰੀ ਗੱਲ ਹੈ ਕਿ ਅੱਗੇ ਨਿਆਣੇ ਨੇ ਭੱਜੇ ਫਿਰਨਾ ਕੱਚੇ ਥਾਂ ਦੇ ਉੱਤੇ ਮਾੜਾ ਮੋਟਾ ਕਦੇ ਐ ਨੂੰ ਟੇਢਾ ਹੋ ਗਿਆ ਕਦੇ ਉਹ ਹੁਣ ਤਾਂ ਪੱਥਰ ਵਾਲਾ ਥਾਂ ਆ ਜੇ ਟਾਈਲਾਂ ਲੱਗੀਆਂ ਚਿਪਸ ਲੱਗੀ ਐ ਨਿਆਣਾ ਡੇਗਾ ਨਹੀਂ ਤਾਂ ਰੋੜ ਪਿਆ ਨਹੀਂ ਫੇਰ ਅਸੀਂ ਲਿਆ ਕੇ ਰੱਖ ਦਿੱਤਾ ਫਰਨੀਚਰ ਫਰਨੀਚਰ ਲਿਆ ਕੇ ਰੱਖ ਦਿੱਤਾ ਤੇ ਉਥੇ ਅੱਗੇ ਸਗਾ ਇੱਕ ਮੰਜਾ ਰਾਤ ਨੂੰ ਡਾਹ ਲਿਆ ਦੇਨੇ ਖੜਾ ਕਰ ਲਿਆ ਇੱਕ ਤਾਂ ਰਹਿਣ ਦਿੱਤਾ ਬਾਕੀ ਖੜੇ ਹੋ ਗਏ ਮੰਜੇ ਨਿਆਣੇ ਲਈ ਥਾਂ ਖੋਲਾ ਭੱਜਾ ਫੇਰ ਇਧਰ ਨੂੰ ਤੇ ਭੱਜੀ ਫੇਰ ਉਧਰ ਨੂੰ ਹੁਣ ਕੀ ਹੋ ਗਿਆ ਗੜੀਰ ਨਾਲਿਆ ਦੇਣਾ ਉਹਨੂੰ ਤੇ ਨੜਾਂ ਵਾਲਾ ਉਹਨੇ ਭਈ ਫਿਰਨਾ ਹੁਣ ਕੀ ਹੋ ਗਿਆ ਕਿ ਅਸੀਂ ਇੱਕ ਲਿਆ ਕੇ ਰੱਖ ਦਿੱਤਾ ਸੋਫਾ ਉਹਦੇ ਵਿਚਾਲੇ ਲਿਆ ਕੇ ਰੱਖ ਦਿੱਤਾ ਟੇਬਲ ਸਾਡੀ ਲੋੜਿਆ ਮੈਂ ਨਹੀਂ ਕਿਹ ਨਾਲ ਲੋੜਨੀ ਉਹਦੇ ਉੱਤੇ ਕੱਚ ਦਾ ਜਿਹੜਾ ਜਿਹੜਾ ਕਬਰ ਦਾ ਸ਼ੀਸ਼ਾ ਰੱਖ ਦਿੱਤਾ ਉਹਦੀ ਐ ਤਕਉਣ ਬਣੀ ਆ ਤੇ ਮਾੜਾ ਜਾਂ ਨਿਆਣਾ ਐ ਹੁੰਦਾ ਨਹੀਂ ਸਾਰਾ ਦਵਰ ਉਹਦੇ ਇੱਕ ਦਿਖ ਦੇ ਦੇ ਤਾਂ ਸਾਡਾ ਨਾ ਲੱਗੇ ਯਾਰ ਨਿਆਣੇ ਨੇ ਕਿਸੇ ਪਾਸੇ ਤੁਰਨਾ ਕਿ ਨਹੀਂ ਤੁਰਨਾ ਹੁਣ ਜਾਂ ਤਾਂ ਨਿਆਣੇ ਨੂੰ ਬੰਨ ਕੇ ਰੱਖ ਲਓ ਤੁਸੀਂ ਸੋਫੇ ਦੇ ਉੱਤੇ ਤੁਸੀਂ ਮੰਜੇ ਦੇ ਉੱਤੇ ਬੈੱਡ ਦੇ ਉੱਤੇ ਬੰਨ ਕੇ ਰੱਖ ਲਓ ਨਿਆਣਾ ਤੁਰੇ ਉਹਨੂੰ ਤਾਂ ਖਤਰਾ ਨਿਆਣਾ ਡਿੱਗੇ ਉਹਨੂੰ ਤਾਂ ਖਤਰਾ ਜਣੀ ਨਿਆਣਾ ਜਾਵੇ ਤਾਂ ਕਿਧਰਲੇ ਪਾਸੇ ਨੂੰ ਜਾਵੇ ਜਾਂ ਤਾਂ ਤੁਸੀਂ ਕਰੋ ਇੱਕ ਅੱਧਾ ਕਮਰਾ ਉਹਦੇ ਲਈ ਖੁੱਲਾ ਰੱਖ ਲਓ ਉਹ ਤੇ ਮੈਂ ਕਹਿੰਨਾ ਕਿ ਜਿਹੜਾ ਸੋਫਿਆਂ ਵਾਲਾ ਕਮਰਾ ਜੇ ਤੁਹਾਡੇ ਘਰ ਦੇ ਵਿੱਚ ਸਾਲ 2 ਸਾਲ 3 ਚ 4 5 ਸਾਲ ਤੱਕ ਦਾ ਵੀ ਬੱਚਾ ਤੁਸੀਂ ਸੋਫਿਆਂ ਵਾਲਾ ਕਮਰਾ ਸੋਫੇ ਨਾਲ ਟੇਢੇ ਕਰ ਦਿਓ ਜਾ ਕੇ ਉੱਥੋਂ ਟੇਬਲ ਵੀ ਚਾ ਕੇ ਕੰਧ ਨਾਲ ਲਾ ਦਿਓ ਉੱਥੇ ਤਲਾਈਆਂ ਵਿਛਾ ਦਿਓ ਬੇਬੇ ਦੀ ਪੇਟੀ ਦੇ ਵਿੱਚੋਂ ਕੱਢ ਕੇ ਬੱਚੇ ਨੂੰ ਘਮ ਤੂੰ ਇੱਥੇ ਕੋਈ ਗੱਲ ਨਹੀਂ ਬੱਚੇ ਦੇ ਖਡਾਉਣੇ ਉੱਥੇ ਕਲੇਰ ਰਹਿਣ ਦਿਓ ਅਸੀਂ ਤਾਂ ਬੱਚੇ ਦੇ ਲਈ ਇੱਕ ਨਵੇਂ ਘਰ ਦੇ ਵਿੱਚ ਸਪੇਸ ਹੀ ਖਤਮ ਕਰ ਦਿੱਤੀ ਜਿਹੜੇ ਪ੍ਰਾਣੇ ਨੇ ਪਤਾ ਨਹੀਂ 6 ਮਹੀਨੇ ਚੱਕਰ ਹੀ ਆਉਣਾ ਕਿ ਨਹੀਂ ਆਉਣਾ ਉਹਦੇ ਲਈ ਸਭ ਤੋਂ ਵੱਡਾ ਕਮਰਾ ਕਾਟ ਮਾਰ ਦਿੱਤਾ ਆ ਤੇ ਜਿਹੜਾ ਨਿਆਣਾ ਰੋਹ ਖੇਡਣ ਆਲਾ ਹੁੰਦਾ ਉਹਦੇ ਮਗਰ ਮਗਰ ਹੀ ਕਲਰ ਬਣੇ ਰਹੇਗਾ ਹੈਨਾ ਇਹ ਦੇਖੋ ਦੇਖੋ ਗੱਲ ਇਹ ਆ ਵੀ ਹੋ ਸਕਦਾ ਕਿ ਉਹਨੂੰ ਲੱਗਦਾ ਵੀ ਯਾਰ ਇਹ ਕਿਹੜੀਆਂ ਗੱਲਾਂ ਸ਼ੋਅ ਕਰ ਬੈਗੀ ਇਹ ਗੱਲਾਂ ਆਪਾਂ ਨਹੀਂ ਕਰਾਂਗੇ ਤੇ ਆਪਾਂ ਡਿਸਕਸ ਕਦੋਂ ਕਰਾਂਗੇ ਕਿਉਂਕਿ ਅੱਗੋਂ ਪਿੱਛੋਂ ਤੇ ਆਪਣੇ ਕੋਲੇ ਵਕਤ ਹੈ ਨਹੀਂ ਕਿਉਂਕਿ ਜਿਹੜੀ ਦੌੜ ਚ ਆਪਾਂ ਪੈ ਗਿਆ ਆਪਾਂ ਤੇ ਇਹੋ ਵੇਖਦੇ ਆ ਨੇ ਵੀ ਫਲਾਣੇ ਨੇ ਬਣਾ ਲਈ ਮੈਂ ਬਣਾਉਣੀ ਇਹ ਤਾਂ ਵਟਸਐਪ ਨੇ ਕਿਹਾ ਮੈਂ ਵੀ ਕਹਿ ਦਿਆਂ ਵੀ ਉਹਨਾਂ ਨੂੰ ਵਧਾਈ ਜਿਹੜਾ ਬਣਾ ਸਕਦਾ ਜੀ ਸੜਕੇ ਬਣਾਵੇ ਜਿਹਦੇ ਤੇ ਪਹੁੰਚ ਆ ਬਹੁਤ ਜ਼ਰੂਰੀ ਹੈ ਪਰ ਇਹ ਸਾਰੇ ਕੁਸ਼ ਜਿਹੜੀ ਇੱਕ ਸਮਝ ਆਪਾਂ ਨੂੰ ਰੱਖਣ ਦੀ ਲੋ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਛਾਪ ਲੈਨੇ ਕਹਾਣੀ ਆਪਾਂ ਲੋੜਾਂ ਨਹੀਂ ਦੇਖਦੇ ਤੁਸੀਂ ਨੋਟਿਸ ਕਰਿਓ ਜਿਹੜੇ ਬੰਦਿਆਂ ਨੇ ਪਹਿਲਾਂ ਕੋਠੀਆਂ ਬਣਾ ਲੀਆਂ ਜਾਂ ਹੁਣ ਬਣਾ ਲੀਆਂ ਜਾਂ ਥੋੜੇ ਜਿੜਤੂਲ 'ਚ ਰਹਿ ਰਹੇ ਨੇ ਤੁਹਾਨੂੰ ਉਹਦੇ 'ਚ ਰਹਿਣ ਤੋਂ ਬਾਅਦ ਪਤਾ ਲੱਗਦਾ ਵੀ ਯਾਰ ਵਰਤੋਂ ਦੇ ਵਿੱਚ ਤੇ ਆਹ ਦੋ ਕਮਰੇ ਆਉਂਦੇ ਆ ਆਹ ਰਸੋਈ ਆਉਂਦੀ ਆ ਅਸੀਂ ਬਾਥਰੂਮ ਵਰਤਦੇ ਆ ਆਹ ਲੌਬੀ ਸੋਫੇ 'ਤੇ ਵੀ ਬਹਿ ਬੂਜਾਈਦਾ ਨਹੀਂ ਤੇ ਬਾਹਰ ਇਥੇ ਸ਼ਾਮੇ ਬਹੁਤ ਵਧੀਆ ਵੇੜੇ ਦੀ ਫਿਰ ਫੇਰ ਕੋਮ ਫਿਰ ਕੇ ਆ ਬੇੜੇ ਦੀ ਜਾਨੇ ਆਪਾਂ ਜੀ ਤੇ ਜੇ ਕਿਤੇ ਉੱਥੇ ਮੰਨ ਲਓ ਕਿ ਰੋਖ ਰਖ ਰਹਿ ਗਿਆ ਹੋਵੇ ਵੇੜੇ ਜਿਹਾ ਇਸੇ ਕਿਸ਼ਾਂਸ਼ ਹੋਵੇ ਤੇ ਹੌਲੀ ਫਿਰ ਉਹੀ ਕੋਠੀ ਜਿਹੜੀ ਵੀ ਆਪਾਂ ਬਣਾਈ ਹੁੰਦੀ ਹੈ। 6 ਇੱਕ ਮਹੀਨੇ ਬਾਅਦ ਆਪਾਂ ਲੱਭਦੇ ਆਂ ਵੀ ਇਹਦੀ ਕਿਹੜੀ ਕੰਧ ਥੋੜੀ ਜਿਹੀ ਤੋੜ ਕੇ ਤੇ ਉਧਰਲੇ ਪਾਸੇ ਬਾਹਰ ਨੂੰ ਇੱਕ ਕੱਚਾ ਚੁੱਲਾ ਬਣਾ ਲਈਏ। ਥੋੜਾ ਜਿਹਾ ਚੌਂਕਾ ਜਿਹਾ ਬਣਾ ਲਈਏ। ਉੱਥੇ ਫਿਰ ਰੋਟੀ ਰੱਟ ਲਾ ਲਈ ਦੀ ਕੋ ਤੰਦੂਰ ਵੀ ਬਣਾ ਲਾਂਗੇ ਕੋਈ ਸਬਜ਼ੀ ਸਬਜ਼ੀ ਸਾਗ ਸੂਕ ਉੱਥੇ ਤੌੜੇ ਚ ਧਰਨਾ ਉੱਥੇ ਵਧੀਆ ਅੰਦਰ ਵਾਲੀ ਕਿਚਨ 'ਚ ਨਹੀਂ ਗੱਲ ਬਣਦੀ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੋ ਜਿਹੇ ਸਾਡਾ ਰਹਿਣਾ ਸਹਿਣਾ, ਜਿਹੋ ਜਿਹੇ ਸਾਡਾ ਖਾਣਾ ਪੀਣਾ ਜਾਂ ਜਿੱਥੇ ਕਿ ਸਾਨੂੰ ਜ਼ਿਆਦਾ ਮਜ਼ਾ ਆਉਂਦਾ ਉਹ ਕੁਝ ਹੋ ਰਿਹਾ। ਸੂਦ ਨਾਲੋਂ ਚੰਗਾ ਇਹ ਨਹੀਂ ਹੈ ਵੀ ਜੇ ਆਪਾਂ ਘਰ ਬਣਾਉਣਾ ਮੈਂ ਹੁਣ ਘਰ ਤੇ ਆ ਗਿਆ ਕੂਠੀ ਤੇ ਨਹੀਂ ਆਇਆ ਕਰ ਜੀ ਸਦਕੇ ਵਧੀਆ ਬਣਾਈਏ ਸੋਹਣਾ ਬਣਾਈਏ ਉਹਦੇ ਚ ਸਹੂਲਤਾਂ ਬਣਾਈਏ ਪਰ ਉਹ ਸੋਹਣਾ ਸਹੂਲਤਾਂ ਵਾਲਾ ਵਧੀਆ ਘਰ ਆਪਣੇ ਰਹਿਣ ਸਹਿਣ ਦੇ ਅਨਸਾਰ ਹੋਵੇ ਜੀ ਵੀ ਯਾਰ ਉਹਦੀ ਰਸੋਈ ਕਿਹੋ ਜੀ ਹੋਵੇ ਰਸੋਈ ਦੇ ਨਾਲ ਜੇ ਚੌਂਕੇ ਦੀ ਲੋੜਾ ਤਾਂ ਉਹ ਕਿੱਥੇ ਹੋਵੇ ਜੇ ਉਹਦੇ ਨਾਲ ਆਪਾਂ ਨੂੰ ਲੱਗਦਾ ਵੀ ਆਹ ਦੋ ਕਮਰੇ ਐਸੇ ਹਿਸਾਬ ਨਾਲ ਵਰਤੋਂ ਵਾਲੇ ਉਹਦੇ ਨਾਲ ਕੋਈ ਛਾਂ ਹੋਵੇ ਵਿਹੜਾ ਹੋਵੇ ਕੱਚਾ ਹੋਵੇ ਪੱਕਾ ਹੋਵੇ ਜਿਵੇਂ ਵੀ ਹੈਗਾ ਤੇ ਉਹਦੇ ਚ ਆਪਾਂ ਇਹ ਦੇਖੀਏ ਵੀ ਯਾਰ ਜੀ ਸਾਡੀ ਇੰਨੀ ਕੀ ਲੋੜ ਹੈ ਤੇ ਹੋਰ ਇਥੋਂ ਲੈ ਕੇ ਤੇ ਉਹ ਪਤਾ ਨਹੀਂ ਕਿਧਰ ਤੱਕ ਬੱਤੀਆਂ ਦਾ ਤੇ ਗਾਂ ਉੱਤੇ ਫਿਰ ਚਵਾਰਾ ਤੇ ਚਵਾਰੇ ਤੇ ਮਮਟੀ ਤੇ ਮੌਂਟੀ ਤੇ ਟੈਂਕੀ ਤੇ ਉੱਥੋਂ ਤੱਕ ਉਹ ਬਲਬ ਲੱਗੇ ਹੁੰਦੇ ਕਿ ਯਾਰਾਂ ਤੇ ਬਾਅਦ 'ਚ ਬੰਦਾ ਨਾ ਜਦੋਂ ਕਿਤੇ ਕਦੀ ਇੱਕ ਦਾਈ ਦੀਵਾਲੀ ਨੂੰ ਸਫਾਈ ਸੁਈ ਕਰਦਾ ਉੱਤੇ ਚੜਦਾ ਤੇ ਫਿਰ ਆਪ ਤੇ ਕੀ ਨਾ ਚੜਨ ਜਾਂਦਾ ਤੇ ਜਿਹੜਾ ਵੀ ਕੋਈ ਨਾਲ ਦਾ ਸਾਥੀ ਵਿਚੇਰਾ ਕੰਮ ਵਾਲਾ ਚੜਿਆ ਹੁੰਦਾ ਜਾਂ ਬੀਬੀ ਕੋਈ ਕੰਮ ਵਾਲੀ ਹੁੰਦੀ ਐ ਉਹਨਾਂ ਨੇ ਵੇਖਾਂ ਕੁੜੇ ਜਗਾ ਕੇ ਆ ਬਲਬ ਕਿੱਥੋਂ ਜਗਦਾ ਮੈਂ ਤਾਂ ਸੋਚੋ ਵੀ ਨਹੀਂ ਪਤਾ ਇਹਦਾ ਹਾਂ ਪਤਾ ਨਹੀਂ ਪਿਛਲੇ ਸਾਲ ਜਗਾਇਆ ਸੀ ਦੀਵਾਲੀ ਤੇ ਇੱਕ ਉਹ ਕਾਨੂੰ ਕਰਨਾ ਸੰਧਾਲੀਆ ਸਭ ਇੱਕ ਮਿੰਟ ਇਹ ਜ਼ਰੂਰ ਕਹਿਣਾ ਕਿ ਜਦੋਂ ਆਪਾਂ ਘਰ ਬਣਾਉਨੇ ਉਹਦੇ ਵਿੱਚੋਂ ਇਹ ਜ਼ਰੂਰ ਦੇਖੋ ਦੇਖੋ ਸੋਨਾ ਲੱਗਣਾ ਚਾਹੀਦਾ ਤੁਹਾਡਾ ਘਰ ਆਪਾਂ ਨੂੰ ਮਾਣ ਹੁੰਦਾ ਹੈ ਜਦੋਂ ਅਸੀਂ ਕਿਸੇ ਨੂੰ ਆਪਣੇ ਨਵੇਂ ਘਰ ਦੇ ਵਿੱਚ ਸਾਦੇ ਆ ਕਿ ਦੇਖੋ ਜੀ ਆ ਬਣਾਇਆ ਸੀ ਪਰ ਉਹਦੇ ਵਿੱਚੋਂ ਤੁਹਾਡੇ ਸੋਨ ਵਾਲਾ ਕਮਰਾ ਤੁਹਾਡਾ ਬੈਠਣ ਵਾਲਾ ਕਮਰਾ ਤੁਹਾਡੀ ਰਸੋਈ ਤੁਹਾਡਾ ਵਾਸ਼ਰੂਮ ਉਹ ਤੁਹਾਡੇ ਵਰਤੋਂ 'ਚ ਨੇ ਉਹਦੇ ਉੱਤੇ ਪੈਸੇ ਲਾਏ ਕਿਸੇ ਨੂੰ ਦੁੱਖਣਗੇ ਨਹੀਂ ਪਰ ਘਰ ਦੇ ਵਿੱਚ ਉੱਪਰਲੇ ਪਾਸੇ ਲੋਕਾਂ ਨੂੰ ਦਿਖਾਉਣ ਦੇ ਲਈ ਕਿੰਨੇ ਲੱਖ ਰੁਪਏ ਆਪਾਂ ਉਦਾਂ ਹੀ ਥਾਪਿਆ ਉਹਦਾ ਜਿਹੜਾ ਕੈਲਕੂਲੇਟ ਕਰਿਓ ਪਹਿਲਾਂ ਕਿ ਮਮਟੀ ਜੀ ਬਣਾਉਣੀ ਹੈ ਜੋ ਬਾਹਰਲੇ ਪਾਸੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੁੰਦੀ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਛੱਤ ਦੇ ਉੱਤੇ ਉਹ ਸ਼ੀਸ਼ੇ ਲਵਾਉਣ ਲੱਗ ਪਏ ਮਾੜਾ ਨਹੀਂ ਮੈਂ ਕਹਿੰਦਾ ਪਰ ਜਦੋਂ ਕਣਕ ਵੱਢ ਹੁੰਦੀ ਹੈ ਜਦੋਂ ਝੋਨਾ ਵੱਢ ਹੁੰਦਾ ਹੈ ਜਦੋਂ ਹਨੇਰੀਆਂ ਚੱਲਦੀਆਂ ਤਾਂ ਉਹ ਸ਼ੀਸ਼ਿਆਂ ਦੇ ਵਿੱਚੋਂ ਮਿੱਟੀ ਕੌਣ ਕੱਢਦਾ ਹਮ ਕਿੱਦਾਂ ਨਿਕਲਦੀ ਹੈ ਮਿੱਟੀ ਫਿਰ ਉਹ ਬੜੀ ਅਜੀਬ ਚੀਜ਼ ਹੁੰਦੀ ਹੈ ਤੁਸੀਂ ਵਾਸ਼ਵੈਸਨ ਲਵਾਉਣੇ ਆ ਤੁਸੀਂ ਟੂਟੀਆਂ ਲਵਾਉਣੇ ਹੋ ਤੁਸੀਂ ਵਾਸ਼ ਉਹ ਸਾਰੀਆਂ ਚੀਜ਼ਾਂ ਉਹ ਤੁਹਾਨੂੰ ਮਹਿੰਗਾ ਲੱਗ ਦਿੰਦੇ ਐ ਆਲਾ ਸ਼ੀਸ਼ਾ ਜੀ ਇਹ ਵਾਸ਼ ਵੇਸਨ ਦਰੜ ਫਰੜਿਆ ਕੀਤਾ ਆ ਉਹਦੇ ਵਿੱਚੋਂ ਫੇਨਾ ਕੱਪੜਾ ਸਾਫ ਸਾਫ ਆ ਕੇ ਜਦੋਂ ਬੀਬੀਆਂ ਫੇ ਉਹਦੇ ਵਿੱਚ ਮੈਲ ਜੀ ਕਰਦੀਆਂ ਨਾਲ ਇਹ ਆ ਤਾਂ ਅੱਗ ਲੱਗਣਾ ਸਾਫ ਹੀ ਨਹੀਂ ਹੁੰਦਾ ਪਲੇਨ ਲਓ ਸਧਾਰਨ ਲਓ ਭਾਈ ਜੇ ਤੇ ਇੱਕ ਰਹੀ ਐ ਕੱਪੜਾ ਮਾਰੋ ਤਾਂ ਤੁਸੀਂ ਅਗਲਾ ਸਾਫ ਹੋ ਜਬੇ ਸ਼ੀਸ਼ਾ ਵੀ ਉਦਾਂ ਦਾ ਹੀ ਲਓ ਜਿੱਦਾਂ ਦਾ ਤੁਹਾਡੀ ਲੋੜ ਆ ਇਹ ਮਤ ਦੇਖੋ ਕਿ ਸ਼ੀਸ਼ਾ ਚਾਹੀਦਾ ਕਿਦਾਂ ਦਾ ਤੇ ਦੂਸਰਾ ਸਾਡੇ ਘਰਾਂ ਦੇ ਵਿੱਚ ਬਜ਼ੁਰਗਾਂ ਨੇ ਵੀ ਰਹਿਣਾ ਸੰਧਾਲਿਆ ਸਭ ਬਜ਼ੁਰਗਾਂ ਨੂੰ ਘੰਗ ਵੀ ਹੋਣੀ ਐ ਬਜ਼ੁਰਗਾਂ ਨੇ ਰਾਤ ਨੂੰ ਉੱਠ ਕੇ ਵਾਸ਼ਰੂਮ ਵੀ ਜਾਣਾ ਐ ਉਹਨਾਂ ਦੇ ਲਈ ਉਹਨਾਂ ਦੇ ਮੁਤਾਬਕ ਸਾਨੂੰ ਇਹ ਨਾ ਕਿਤੇ ਲੱਗੇ ਕਿ ਪਾਈ ਹੁਣ ਬਜ਼ੁਰਗ ਜੜੇ ਆ ਅਖਰੇ ਗੰਦੇ ਹੀ ਪਾਈ ਜਾਂਦੇ ਆ ਹਾਂ ਬਜ਼ੁਰਗ ਵੀ ਧਿਆਨ ਰੱਖਣ ਸਮੇਂ ਦੇ ਨਾਲ ਉਹ ਵੀ ਬਹੁਤ ਬਦਲੇ ਨੇ ਬਜ਼ੁਰਗ ਬੜਾ ਬਦਲੇ ਨੇ ਬਜ਼ੁਰਗ ਮੋਬਾਈਲ ਚਲਾ ਲੈਂਦੇ ਹੁਣ ਹਮ ਬਜ਼ੁਰਗ ਸੋਸ਼ਲ ਮੀਡੀਆ ਵੀ ਚਲਾ ਲੈਂਦੇ ਆ ਹੁਣ ਤੇ ਬਜ਼ੁਰਗਾਂ ਨੂੰ ਵੀ ਪਤਾ ਹੈ ਕਿ ਪਾਈ ਅਸੀਂ ਕਿ ਕਿਹੜੇ ਤਰੀਕੇ ਕਿੰਨਾ ਕੁ ਖਲੜਾ ਪਾਉਣਾ ਪਰ ਬਜ਼ੁਰਗ ਨੇ ਕੁਝ ਆਦਤਾਂ ਉਹਨਾਂ ਦੀਆਂ ਨਾਲ ਲੈਣੀਆਂ ਤੇ ਅਸੀਂ ਉਹਨਾਂ ਨੂੰ ਅਕਸੈਪਟ ਕਰਨਾ ਹੈ ਇਹ ਮਤ ਕਰੀਏ ਕਿ ਘਰਨਾਮਾ ਬਣਾ ਲਿਆ ਸਾਨੂੰ ਬਜ਼ੁਰਗ ਪੁਰਾਣੇ ਲੱਗਣ ਲੱਗ ਪਣ ਏਦਾਂ ਵੀ ਨਹੀਂ ਚਾਹੀਦਾ ਉਹਨਾਂ ਦੇ ਕੰਫ ਹੋ ਸਕਦਾ ਕਿਸੇ ਨੂੰ ਬੁਰਾ ਲੱਗੇ ਬਹੁਤ ਸਾਰੇ ਲੋਕ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਆ ਮੈਨੂੰ ਯਾਦ ਹੈ 25 30 ਸਾਲ ਪਹਿਲਾਂ ਵੀ ਕਹਿੰਦੇ ਸਾਡੇ ਇਹ ਫਿਰ ਮੁੰਡੇ ਦਾ ਕਮਰਾ ਅੱਡਾ ਹੈ ਗੁੱਡੀ ਦਾ ਕਮਰਾ ਅੱਡਾ ਹੈ ਬੱਚੇ ਬੱਚਿਆਂ ਦੇ ਵੀ ਹੂੰ ਠੀਕ ਹੈ ਭਾਈ ਸਾਨੂੰ ਤੇ ਏਡੀ ਸੋਝੀ ਨਹੀਂ ਹੈ ਸਮਝ ਨਹੀਂ ਹੈ ਪਰ ਅੱਜ ਜਿਹੜੇ ਹਾਲਾਤ ਸੰਧਾਲੀਆ ਸਭ ਹੋ ਗਏ ਜਿਸ ਤਰੀਕੇ ਦੇ ਨਾਲ ਆਹ ਜਿਹੜੀ ਚੀਜ਼ ਹੈ ਇੱਕ ਤਰ੍ਹਾਂ ਦੇ ਨਾਲ ਬੰਬ ਬਣ ਕੇ ਸੀ ਜੇਬਾਂ ਚ ਪਾਈ ਆ ਮੋਬਾਈਲ ਸੋਸ਼ਲ ਮੀਡੀਆ ਚੱਲਦਾ ਹੈ ਇਹਦੇ ਵਿੱਚ ਚੰਗੀ ਤੋਂ ਚੰਗੀ ਚੀਜ਼ ਹੈ ਤੇ ਸਿਰੇ ਦੀ ਮੰਦੀ ਤੋਂ ਮੰਦੀ ਚੀਜ਼ ਵੀ ਹੈ ਅੱਗੇ ਤੁਹਾਨੂੰ ਦੱਸ ਸੀ ਨਾ ਕਿ ਨਿਆਣਾ ਕਿਹਦੇ ਨਾਲ ਬੈੰਦਾ ਉੱਠਦਾ ਕੌਣ ਉਹਦਾ ਮਿੱਤਰ ਕੌਣ ਉਹਦੀ ਸਹੇਲੀ ਕੁੜੀ ਦੀ ਉਹਦੇ ਤੋਂ ਪਤਾ ਲੱਗ ਜਾਓ ਜੈਸੀ ਸੰਗਤ ਤੇ ਐਸੀ ਰੰਗਤ ਕਹਿੰਦੇ ਹੁੰਦੇ ਸੀ ਕਿ ਜਿਦਾਂ ਦੀ ਸੰਗਤ ਹੁਣ ਤਾਂ ਸੰਗਤ ਅਸੀਂ ਇਹੋ ਜਿਹਾ ਬਾਗੇ ਤੁਰੇ ਫਿਰਦੇ ਆ ਸਾਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਘਰ ਦੇ ਵਿੱਚ ਸਾਡੇ ਕਮਰੇ ਦੀ ਕੰਧ ਦੇ ਪਰਲੇ ਪਾਸੇ ਜਿਹੜਾ ਬੱਚੇ ਦਾ ਕਮਰਾ ਹੈ ਉਹ ਕੀ ਵੇਖ ਰਿਹਾ ਕੀ ਕਰ ਰਿਹਾ ਕੀ ਸੁਣ ਰਿਹਾ ਕੀ ਸਮਝ ਰਿਹਾ ਕਿਹਦੀ ਸੰਗਤ ਦੇ ਵਿੱਚ ਹੈ ਸਾਨੂੰ ਕੁਝ ਨਹੀਂ ਪਤਾ ਅਸੀਂ ਕਮਰੇ ਤਾਂ ਅੱਡੋ ਅੱਡ ਕਰਨੇ ਸ਼ੁਰੂ ਕਰਤੇ ਅੱਗੇ ਘਰਾਂ ਦੇ ਵਿੱਚ ਮੰਜੇ ਐਂ ਡਾਏ ਹੁੰਦੇ ਸੀ ਹਾਂ ਲੰਮੇ ਦਾ ਸਾਰਿਆਂ ਦੇ ਉੱਥੇ ਹੀ ਬਜ਼ੁਰਗ ਉੱਥੇ ਹੀ ਜਵਾਨ ਉੱਥੇ ਹੀ ਬੱਚੇ ਤੇ ਬਜ਼ੁਰਗਾਂ ਨੇ ਇੱਕ ਬੰਦੇ ਨੂੰ ਜੇ ਖੰਗ ਆਣੀ ਦਾ ਬਜ਼ੁਰਗਾਂ ਨੇ ਇਹਨੂੰ ਨਾ ਮੜਾ ਜਾ ਖੰਡ ਤੇ ਕਿਉ ਇਹਨੂੰ ਮੜ ਜਾ ਭੁੰਨ ਕੇ ਇਹਨੂੰ ਦਿਓ ਜੇ ਖੰਗ ਛਿੜੀ ਜਾਣੀ ਉੱਥੂ ਜਾ ਛਿੜੀ ਜਾਣਾ ਮੈਂ ਤਾਂ ਜਸਟ ਇੱਕ ਐਗਜ਼ਾਮਪਲ ਦਿੱਤੀ ਆ ਛੋਟੀ ਜਿਹੀ ਉਦਾਹਰਣ ਸਾਨੂੰ ਪੁਰਾਣੇ ਕਨਸੈਪਟ ਵੱਲ ਆਉਣਾ ਪੈਣਾ ਸਾਨੂੰ ਪਤਾ ਹੀ ਉਹਦੇ ਲੈ ਬੱਚਾ ਆਤਿਸ਼ਵਾਜਿਆਂ ਨੂੰ ਸਾਡੇ ਘਰੋਂ ਉੱਡ ਜਾਂਦਾ ਸਾਨੂੰ ਪਤਾ ਹੀ ਫਿਰ ਲੱਗਦਾ ਕਿ ਪਾਈ ਉਹ ਕਿਹੜੀਆਂ ਗਲਤ ਆਦਤਾਂ ਦੇ ਵਿੱਚ ਪੈ ਗਿਆ ਕਮਰੇ ਤੁਸੀਂ ਸਾਰਿਆਂ ਦੇ ਐਡਡ ਕਰਨੇ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਨਹੀਂ ਕਹਿੰਦਾ ਕਿ ਸਾਡੇ ਕੋਲੇ ਕੋਈ ਤਾਂ ਸਹੀ ਕਨਸੈਪਟ ਹੈਗਾ ਪਰ ਸਾਡੇ ਉਹ ਦਾਇਰੇ ਦੇ ਵਿੱਚ ਹੋਣੇ ਚਾਹੀਦੇ ਆ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਬੱਚਾ ਕੀ ਕਰਦਾ ਹੈ ਸਾਡੇ ਕੋਲੇ ਉਹਦੇ ਕਮਰੇ ਦੇ ਵਿੱਚ ਜਾਣ ਦੀ ਸਾਡੇ ਕੋਲੇ ਫਲੈਕਸੀਬਿਲਟੀ ਹੋਣੀ ਚਾਹੀਦੀ ਇਹ ਨਾ ਵੇ ਕਿ ਨਿਆਣਾ 7 ਵਜੇ ਸ਼ਾਮ ਨੂੰ ਕੁੰਡੀ ਲਾ ਲਵੇ ਤੇ ਸਵੇਰ ਨੂੰ 7 ਵਜੇ ਖੁੱਲੇ 12 ਘੰਟੇ ਦੀ ਨੀਂਦ ਨਹੀਂ ਹੁੰਦੀ ਨਿਆਣੇ ਦੀ ਹੂੰ ਇਸ ਕਰਕੇ ਉਸ ਤਰ੍ਹਾਂ ਦਾ ਮਾਹੌਲ ਨਾ ਕਿਤੇ ਆਪਾਂ ਨਵੇਂ ਘਰ ਬਣਾ ਕੇ ਘਰ ਨਵਾਂ ਹੋ ਜਵੇ ਘਰ ਵੱਡਾ ਹੋ ਜਵੇ ਤੇ ਸਾਡੇ ਦਾਇਰੇ ਛੋਟੇ ਹੋ ਜਾਣਾ ਓਹੜਾ ਜ਼ਰੂਰੀ ਹੈ ਤੁਸੀਂ ਮੋਬਾਈਲ ਦੀ ਗੱਲ ਕੀਤੀ ਮੈਨੂੰ ਲੱਗਦਾ ਹੁੰਦਾ ਵੀ ਇਹ ਵੀ ਅੱਗ ਲੱਗਣਾ ਐਡਾ ਖਰਚਿਆ ਵੀ ਜੇ ਇਹਦਾ ਕੋਈ ਹਿਸਾਬ ਲਾਵੇ ਨਾ ਵੀ ਇੱਕ ਬੰਦਾ ਹੁਣ ਜਦੋਂ ਹੁਣ ਤਾਂ ਇਹ ਹੋ ਗਿਆ ਨਾ ਵੀ ਜੰਮਦੇ ਨੇ ਆਣ ਤੋਂ ਮੋਬਾਈਲਾਂ ਵਾਲਾ ਕੰਮ ਚੱਲ ਪਿਆ ਜੀ ਵੀ ਜਦ ਤੱਕ ਬੰਦੇ ਦੀ ਉਮਰ ਪੂਰੀ ਹੋਣੀ ਆ ਉਹ ਮੈਨੂੰ ਲੱਗਦਾ ਹੁੰਦਾ ਵੀ ਹੋਰ ਕੁਝ ਹੋਵੇ ਨਾ ਹੋਵੇ ਮੋਬਾਈਲ ਦਾ ਕਰਜ਼ਾਈ ਉਹਨੇ ਸਾਰੀ ਉਮਰ ਹੀ ਰਹਿਣਾ ਬਾਹਲੇ ਮੁਰਕਾਂ ਦੇ ਹਿਸਾਬ ਨਾਲ ਕਹਿੰਦੇ ਵੀ ਆ ਬਸ ਨਵਾਂ ਫੋਨ ਲੈ ਜਾਓ ਭਾਜੀ ਇੰਨੇ ਕੁ ਪੈਸੇ ਕਿਸ਼ਤ ਦੇ ਰੂਪ ਵਿੱਚ ਸਾਡੇ ਬੇਲੇ ਚ ਪਾ ਲਿਆ ਕਰਾਂਗੇ ਜੇ ਭਾ ਪਾ ਇਧਰ ਵੇਖਦੇ ਆਂ ਇੰਡੀਆ ਦੇ ਹਿਸਾਬ ਨਾਲ ਤੇ ਉਹ ਕਹਿੰਦੇ ਭਾਜੀ ਕੋਈ ਗੱਲ ਨਹੀਂ 0% ਦੇ ਮਾ ਨਾ ਘਰ ਲੈ ਆਏ 0% ਦੇ ਉਹ ਜਿੰਨੇ ਕਿ ਤਰ੍ਹਾਂ 0% ਦੇ ਹਿਸਾਬ ਨਾਲ ਪਹਿਲੇ ਫੋਨ ਮੋਬਾਈਲ ਦੇ ਪੈਸੇ ਪੂਰੇ ਹੁੰਦੇ ਆ ਜਾਂ ਤੇ ਮੋਬਾਈਲ ਸਾਹ ਸਾਥ ਛੱਡ ਜਾਂਦਾ ਜਾਂ ਕੋਈ ਨਾ ਕੋਈ ਆਪਾਂ ਉਪਾਂ ਬਦਲ ਜਾਂਦੇ ਆ ਜਾਂ ਨੈਟਵਰਕ ਬਦਲ ਜਾਂਦਾ ਨਹੀਂ ਤੇ ਮਾਡਲ ਕੋਈ ਨਾ ਕੋਈ ਨਵਾਂ ਆ ਜਾਂਦਾ ਫਿਰ ਕਹਿੰਦਾ ਯਾਰ ਇਹ ਹੁਣ ਪੁਰਾਣਾ ਹੋ ਗਿਆ ਨਵਾਂ ਲੈ ਲਈ ਮੈਂ ਸੋਚਦਾ ਯਾਰ ਮੋਬਾਈਲ ਤੇ ਤੇ ਕਰਨੀ ਤੇ ਗੱਲ ਬਾਤ ਹੀ ਹੈ ਕਿ ਕੁਝ ਹੋਰ ਵੀ ਕਰਨਾ ਹੁੰਦਾ ਪਰ ਪਤਾ ਨਹੀਂ ਕਿਉਂ ਆਪਾਂ ਨੂੰ ਇਹ ਵੀ ਇੱਕ ਸਟੇਟਸ ਸਿੰਬਲ ਲੱਗਣ ਲੱਗ ਪਿਆ ਵੀ ਯਾਰ ਜਦ ਤੱਕ ਫਲਾਣਾ ਮੋਬਾਈਲ ਨਾ ਨਾ ਹੋਇਆ ਉਹਨੇ ਦਿਨ ਤੱਕ ਗੱਡੀ ਚਲਣੀ ਇਹ ਸੰਦਾਲੀਆ ਸਭ ਸੱਚੀ ਗੱਲ ਹੈ ਕਿ ਬਹੁਤ ਵੱਡੀ ਸਮੱਸਿਆ ਹੈ ਹੁਣ ਮੈਨੂੰ ਮੋਬਾਈਲ ਤੇ ਕੀ ਕੰਮ ਹੈ ਮੈਂ ਆਪਦਾ ਦੱਸਦਾ ਮੈਂ ਫੋਨ ਸੁਣਨਾ ਮੈਂ ਫੋਨ ਕਰਨਾ ਮੈਂ ਮੋਬਾਈਲ ਤੇ ਫੋਟੋ ਵੀ ਖਿੱਚਣੀ ਹੈ ਮੈਂ ਤਾਂ ਫੋਟੋ ਹਲਕੀ ਜਿਹੀ ਆਪਾਂ ਜਿਸ ਕੰਮ ਦੇ ਵਿੱਚ ਆ ਵੀਡੀਓ ਵੀ ਬਣਾ ਲਈਦੀ ਹੈ ਉਹ ਵਰਤ ਵੀ ਲਈਦੀ ਆਪਾਂ ਟੀਵੀ ਦੇ ਉੱਤੇ ਕਿ ਭਾਈ ਇਹ ਚਲਾ ਦਿਓ ਮੋਬਾਈਲ ਦੇ ਉੱਤੇ ਆਪਾਂ ਨੰਬਰ ਸੇਵ ਕਰਨੇ ਆ WhatsApp ਚਲਾਉਣਾ ਆ ਜਾਂ ਸੋਸ਼ਲ ਮੀਡੀਆ ਦੀਆਂ ਇੱਕ ਦੋ ਵਨਗੀਆਂ ਚਲਾਉਣੀਆਂ ਤੇ ਮੈਨੂੰ ਲੱਗਦਾ ਹੁੰਦਾ ਕਿ ਮੇਰੇ ਲਈ ਪਾਰਟ ਦੇ ਵਿੱਚ 5-6000 ਦਾ ਫੋਨ ਵੀ ਕਾਫੀ ਹੈ। ਹੂੰ। ਵੱਧਦੀ ਲੋੜ ਨਹੀਂ ਮੈਂ ਕੋਈ ਐਸਾ ਇਹਨੂੰ ਗੁਣੀਆਂ ਚ ਕਰਕੇ ਨਹੀਂ ਚਲਾਉਣਾ ਕਿ ਮੈਨੂੰ 1 ਲੱਖ ਰੁਪਏ ਦੇ ਫੋਨ ਚਾਹੀਦਾ। ਮੈਂ ਹੈਰਾਨ ਹੁਣਾ ਕਿ ਕਈ ਵਾਰੀ ਇੱਕ ਪਰਿਵਾਰ ਦੇ ਵਿੱਚ ਜੇ 4 ਜੀ ਹੈ। ਉਹਨਾਂ ਦੇ ਕੋਲੇ ਦੋ ਮੈਂ ਘੱਟੋ ਘੱਟ ਟਰੱਕ ਮਲਾ ਰਿਆਂ 2 ਲੱਖ ਰੁਪਏ ਦੇ ਟੈਲੀਫੋਨ ਹੁੰਦੇ ਆ। 2 ਲੱਖ ਰੁਪਏ ਦੇ 50000 ਔਸਤ ਲਾਉਣਾ ਮੈਂ। ਕਾਦਰੀ ਕਈ ਵਾਰੀ ਤਾਂ ਇੱਕ ਬੰਦੇ ਕੋਲ ਸਵਾ ਸਵਾ ਲੱਖ ਰੁਪਏ ਦਾ ਫੋਨ ਹੁੰਦਾ। ਉਹਨੇ ਉਹਦੇ ਉੱਤੇ ਕਰਨਾ ਕਿ ਹਾਂ ਦਿਖਾ ਜ਼ਰੂਰ ਸਕਦਾ ਆ ਫਿਰ ਨਵਾਂ ਲੈ ਲਿਆ ਇਹ ਨਵਾਂ ਇਹ ਹਜੇ ਮਹੀਨਾ ਹੀ ਹੋਇਆ। ਇਹ ਆਪਣੇ ਪੰਜਾਬ ਦੇ ਵਿੱਚ ਜੇ 60 ਕੀ ਫੋਨ ਆਇਆ ਆ ਆਪਾਂ ਫੇ ਭਰਾ ਤੁਹਾਡੇ ਕੋਲ 60ਾਂ ਦੇ ਵਿੱਚੋਂ ਇੱਕ ਹੈ ਭਰਾ ਤਾਂ ਫਿਰ ਉਹੀ ਹੈ ਸਾਨੂੰ ਪਤਾ ਭਰਾ ਕੀ ਹੈ ਸਾਨੂੰ ਭਰਾ ਦਾ ਬਹੁਤ ਚੰਗੇ ਤਰੀਕੇ ਪਤਾ ਕਿ ਭਰਾ ਨੇ ਬਤਵਤ ਕਿੱਡੀ ਕਸ਼ਾਲ ਮਾਰਨੀ ਹੈ ਜਾਨੀ ਕੋਈ ਵੀ ਚੀਜ਼ ਆ ਮਸ਼ੀਨਰੀ ਆ ਇਹ ਇੱਕ ਇਹ ਸਾਡੇ ਕਾਬੂ ਚ ਆ ਸਮੈ ਨੂੰ ਲੱਗਦਾ ਕਿ ਮੈਂ ਮੋਬਾਈਲ ਅੱਛ ਫੜਿਆ ਨਾ ਇੰਨੇ ਮੈਨੂੰ ਫੜਿਆ ਹੂੰ ਇਹ ਮੇਰੀ ਸਮੱਸਿਆ ਹੈ ਕਿ ਮੈਨੂੰ ਐ ਲੱਗਦਾ ਕਿ ਜੇ ਸੰਧਾਲੀਆ ਸਾਹਿਬ ਦੇ ਕੋਲੇ ਫੋਨ ਬਹੁਤ ਸ਼ਾਨਦਾਰ ਹੈ ਤਾਂ ਮੈਂ ਆਪਣਾ ਫੋਨ ਜੇ ਥੋੜੀ ਬਾਦ ਨਾਲ ਮੈਨੂੰ ਇਹ ਸੁਣਦਾ ਅਜ ਵੀ ਮੈਨੂੰ ਇੱਥੇ ਸੰਧਾਲਿਆ ਸਾਹਿਬ ਮੈਨੂੰ ਫੋਨ ਕਰਨ ਮੈਨੂੰ ਇੱਕ ਵੀ ਸ਼ਬਦ ਘੱਟ ਨਹੀਂ ਸੁਣਦਾ ਜਿੰਨਾ ਤੁਸੀਂ ਬੋਲਦੇ ਹੋ ਤੇ ਜੇ ਤੁਹਾਡੇ ਕੋਲ 2 ਲੱਖ ਦਾ ਫੋਨ ਹੈ ਤਾਂ ਮੈਂ ਜਿੰਨੇ ਸ਼ਬਦ ਬੋਲਦਾ ਤੁਹਾਨੂੰ ਇੱਕ ਵੀ ਸ਼ਬਦ ਵੱਧ ਨਹੀਂ ਸੁਣਦਾ ਜਦੋਂ 2 ਲੱਖ ਲਾ ਵਟਾਉਣਾ ਮੇਰੇ ਨਾਲ ਨਹੀਂ ਅੱਜ ਨਹੀਂ ਬਤਾਉਣਾ ਫਿਰ ਸੇ ਕਿਤੇ ਨਹੀਂ ਵੇ ਗੱਲ ਕਰ ਰਹੇ ਆ ਨਹੀਂ ਮੈਂ ਵੀ ਗੱਲ ਕਰਦਾ ਦੇਖੋ ਕਾਰਨ ਹੋ ਜਾਦਾ ਕੇਬਦਨ ਲੱਗੇ ਚਲੋ ਅੱਜ ਮੈਂ ਇੱਕ ਰਾਸ ਖੋਲਦਾ ਇਹ ਫੋਨ ਕੈਨੇਡਾ ਜਾਣ ਤੋਂ ਪਹਿਲਾਂ ਦਾ ਮੇਰੇ ਕੋਲ ਇੱਥੇ ਮੈਂ ਰਹਿੰਦਾ ਸੀ ਸੈਮਸੰਗ ਦਾ ਫੋਨ ਹੈ ਇੱਕ ਸਾਦਾ ਇਹ ਫੋਨ ਤੁਸੀਂ ਦੇਖੋ ਵੀ 3 ਸਾਲ ਹੋ ਗਏ ਇਹਨੂੰ ਇਹਨਾਂ ਤੋਂ ਵੱਧ ਹੋ ਗਏ ਤੇ ਉਥੋਂ ਜਾਣ ਕੇ ਮੁੜਨ ਤੱਕ ਵੀ ਅਜੇ ਤੱਕ ਵੀ ਇਹ ਚੱਲ ਜ ਜਾਂਦਾ ਤੇ ਮੈਂ ਇਹਨੂੰ ਚਲਾਈ ਜਾਂਦਾ ਮਤਲਬ ਇਹ ਜਿਹੜੀ ਗੱਲ ਤੁਸੀਂ ਕੀਤੀ ਵੀ ਇਹ ਫੋਟੋ ਵੀ ਖਿੱਚ ਲੈਂਦਾ ਇਹ ਫੋਨ ਵੀ ਸੁਣ ਲੈਂਦਾ ਤੇ ਕੋਈ ਇੰਟਰਨੈਟ ਵੇਖਣਾ ਤੇ ਉਹ ਵੀ ਵੇ ਲੈ ਲੈਂਦੇ ਆ ਜੇ ਕੋਈ ਇਧਰ ਉਧਰ ਕੋਈ ਹੋਰ ਤਾਂ ਲੱਗਦਾ ਵੀ ਕੁਝ ਕੰਮ ਦੇਖਣ ਵਾਲਾ ਕਰਨ ਵਾਲਾ ਉਹ ਵੀ ਹੋ ਜਾਂਦਾ ਮਤਲਬ ਇਹ ਪੀਆਰ ਜਿਹੜੀ ਚੀਜ਼ ਸਾਡੀ ਲੋਡ ਪੂਰੀ ਕਰਦੀ ਉਹ ਲੋਡ ਤੱਕ ਰੱਖੀ ਆ ਆਪਾਂ ਉਹਦੇ ਨਾਲ ਕੁਝ ਹੋਰ ਜਿਹੜਾ ਇੱਕ ਇਹ ਹੁੰਦਾ ਨਾ ਵੀ ਭਾਈ ਸਾਹਿਬ ਇਹਦੇ ਨਾਲ ਮੇਰਾ ਸਟੇਟਸ ਬਣਦਾ ਸਟੇਟਸ ਕਦੀ ਚੀਜ਼ਾਂ ਥੋੜਾ ਬਣਾਉਂਦੀਆਂ ਸਟੇਟਸ ਤੇ ਬੰਦੇ ਦਾ ਹੁੰਦਾ ਯਾਰ ਹੁਣ ਜੇ ਆਪਾਂ ਗੱਲ ਕਰ ਇਹ ਤਾਂ ਜਰੂਰ ਹੇਗਾ ਹੀ ਹੈਗਾ ਕਰਜ਼ੇ ਵਾਲਾ ਕੰਮ ਖਰਚੇ ਵਾਲਾ ਕੰਮ ਗੱਡੀਆਂ ਦਾ ਕਿਤੇ ਘਾਟਿਆ ਗੱਡੇ ਭਾਜੀ ਉਹ ਨਣੇ ਜਿਹੜੇ ਕਿਸੇ ਕੋਲ ਹੋਵੇ ਨਾ ਕੰਪਨੀ ਵਾਲੇ ਵੀ ਉਹਨਾਂ ਨੂੰ ਪਤਾ ਹੁੰਦਾ ਵੀ ਅਹੀਂ ਅਜੇ ਮਹੀਨੇ ਨੂੰ ਗੱਡੀ ਲਾਂਚ ਕਰਨੀ ਉਦੋਂ ਪਹਿਲਾਂ ਮਸ਼ਹੂਰੀਆਂ ਮਸ਼ਹਾਰੀਆਂ ਕੋਈ ਬੰਦਾ ਵਧੀਆ ਹੀਰੋ ਫੜ ਕੇ ਹੀਰੋਇਨ ਫੜ ਕੇ ਉਹਨਾਂ ਦੀਆਂ ਮਸ਼ਹੂਰੀਆਂ ਦਿਖਾਉਣਗੇ ਵੀ ਇਹ ਗੱਡੀ ਆ ਰਹੀ ਹੈ ਹੁਣ ਇਹ ਇੰਨੇ ਲੱਖ ਦੀ ਹੈ ਇਹ ਬੰਦਾ ਸੋਚਦਾ ਵੀ ਅੱਛਾ ਯਾਰ ਇਹ ਤੋਂ ਬਿਨਾ ਤੇ ਮੇਰਾ ਅੱਗ ਯਾਰਾ ਹੀ ਨਹੀਂ ਮੇਰਾ ਤੇ ਉਤੋਂ ਫੇਰ ਬਿਆਰ ਨੇ ਚੀਜ਼ਾਂ ਵੀ ਉਹ ਜਿਹੀਆਂ ਬਣਾ ਲਈਆਂ ਵੀ ਬੈਂਕ ਵਾਲਿਆਂ ਨੇ ਵੀ ਉਸੇ ਹਿਸਾਬ ਨਾਲ ਡੀਲ ਬਣਾ ਲਈ ਐਨੇ ਤੂੰ ਦੇਣੇ ਆ ਬਾਕੀ ਤੈਨੂੰ ਕਰਜ਼ਾ ਦੇ ਦੇਣਾ ਆਪਾਂ ਦਾ ਜੇ ਨਹੀਂ ਲਾਉਂਦੇ ਯਾਰ ਵੀ ਕੀ ਸਾਨੂੰ ਲੋੜ ਹੈ ਇਹਦੀ ਚਾਹੀਦੇ ਤੇ ਚਾਰ ਟਾਇਰ ਹੀ ਆ ਨਾ ਤੇ ਵਿੱਚ ਪੰਜ ਸੀਟਾਂ ਵੀ ਯਾਰ ਬਹਿ ਕੇ ਕਿਤੇ ਜਾਣਾ ਵੀ ਉਦੋਂ ਬਾਅਦ ਮੀਂਹ ਤੋਂ ਧੁੱਪ ਤੋਂ ਜਾਂ ਜੇ ਕਿਤੇ ਦੂਰ ਨੇੜੇ ਪਹੁੰਚਣਾ ਨੇਰੇ ਸਵੇਰੇ ਤੋਂ ਬੰਦਾ ਚਲੇ ਜੇ ਜੇ ਉਹ ਚੀਜ਼ ਵੈਸੇ ਕਾਮ ਸਾਦੀ ਸੁਧਾਰਨ ਗੱਡੀ ਸਾਡੀ ਪੂਰੀਆਂ ਕਰਦੀ ਚੀਜ਼ਾਂ ਤੇ ਫਿਰ ਬਹੁਤਾ ਵੱਡਾ ਜਦੋਂ ਮੈਂ ਕੋਠੀ ਕਿਹਾ ਸੀ ਕੋਠ ਉਹਦਾ ਗੱਡੀ ਤੋਂ ਗੱਡ ਲੈਣ ਦੀ ਕੀ ਲੋੜ ਹੈ ਸੰਦਾਲੀਆ ਸਾਹਿਬ ਜਿਹੜੇ ਬੰਦੇ ਨੇ ਰੋਜ਼ ਗੱਡੀ ਚਲਾਉਣੀ ਆ ਤੇ ਦੂਰ ਤੱਕ ਚਲਾਉਣੀ ਆ ਮੰਨ ਲਓ ਕਿ ਉਹ 1.200 ਕਿਲੋਮੀਟਰ ਕੱਢੀ ਰੋ ਚਲਾਉਂਦਾ ਮੰਨ ਲਓ ਕਿ ਯਾਰੀ ਹੋ ਸਕਦਾ ਕੰਮ ਤੰਦਾ ਇਦਾਂ ਦਾ ਹੋਵੇ ਉਹ ਗੱਡੀ ਵੱਡੀ ਲੈ ਲਵੇ ਵੱਡੇ ਡੇਰਾਂ ਵਾਲੀ ਲੈ ਲਵੇ ਥੋੜੀ ਜਿਹੀ ਕੰਫਰਟੇਬਲ ਲੈ ਲਵੇ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਪਰਿਵਾਰ ਏਦਾਂ ਦੇ ਜਿਨ੍ਹਾਂ ਦੀ ਗੱਡੀ ਮੈਨੂੰ ਲੱਗਦਾ ਕਿ ਮਹੀਨੇ ਦੇ ਵਿੱਚ 5 ਦਿਨ ਵੀ ਸ਼ਾਇਦ ਸਟਾਰਟ ਨਹੀਂ ਹੁੰਦੀ ਹਾਂ ਜਿਆਦਾ ਹੀ ਕਹਦੇ ਤੇ ਮੈਂ ਫਿਰ ਵੀ ਐਵਰੇਜ ਹੀ ਹਫਤੇ ਦੀ ਲਾਤੀ ਨਾ ਹਫਤੇ 'ਚ ਕਿਸੇ ਹਫਤੇ ਦੋ ਵਾਰੀ ਵਿਆਹ ਤੇ ਭੋਗੇ ਕਰਤੇ ਆ ਗੱਠੇ ਜਿਹੜੀ ਗੱਡੀ 5 ਵਰੀ ਹਫ਼ਤੇ ਚ ਸਟਾਰਟ ਹੁੰਦੀ ਆ ਤੇ ਉਹਨੇ ਉਹ ਦਿਨ ਵੀ 40 ਕਿਲੋਮੀਟਰ ਗਿਆ ਤੇ 40 ਕਿਲੋਮੀਟਰ ਸਿੱਧੇ ਵਾਪਸ ਆ ਗਈ। ਜੇ ਉਹਦੇ ਵਿੱਚ ਸੀਟਾਂ 5 ਹੀ ਨੇ ਤੇ ਉਹ 3 ਲੱਖ ਦੀ ਆ ਮੰਨ ਲਓ ਸੈਕੰਡ ਹੈਂਡ ਤੇ ਉਹਨੂੰ 15 ਲੱਖ ਵਾਲੀ ਗੱਡੀ ਲੈਣ ਦੀ ਲੋੜ ਨਹੀਂ। ਹੂੰ ਬਿਲਕੁਲ ਨਹੀਂ ਲੋੜ। ਉਹਨੂੰ ਵੱਡੇ ਡਰ ਵਾਲੀ ਗੱਡੀ ਲੈਣ ਦੀ ਲੋੜ ਨਹੀਂ। ਸਗੋਂ ਜੇ ਛੋਟੀ ਗੱਡੀ ਹੋਊਗੀ ਨਾ ਤੁਹਾਡੇ ਜੀਵਨ ਦੀਆਂ ਕਈ ਤੰਗੀਆਂ ਜਿਹੜੀਆਂ ਉਹ ਖਤਮ ਹੋ ਜਾਣਗੀਆਂ। ਮੈਨੂੰ ਸੰਧਾਲੀਆ ਸਾਹਿਬ ਇਹ ਨਹੀਂ ਸਮਝ ਆਉਂਦੀ ਹੁੰਦੀ ਕਈ ਬੰਦੇ ਮੈਂ ਦੇਖਿਆ ਗੱਡੀ ਨਵੀਂ ਲਈ ਆ। ਉਹ ਫਿਰ ਗੱਡੀ ਘੱਟ ਚਲਾਉਂਦੇ ਆ ਡਰਦੇ ਜ਼ਿਆਦਾ ਯਾਰ ਇਹਨੂੰ ਛਰੀਟ ਨਾ ਲੱਗ ਜਵੇ ਔਰ ਰਿਕਸ਼ੇ ਵਾਲਿਆ ਪਰੇ ਰੱਖ ਯਾਰ ਪਰੇ ਰੱਖ ਨਾ ਛਰੀਟ ਨਾ ਮਾਰ ਦੇ ਨਵੀਂ ਗੱਡੀ ਆ ਕਿਤੇ ਖਰਾਬ ਨਾ ਹੋ ਜਵੇ ਤੇ ਜਿਹਦੇ ਕੋਲੇ ਸੈਕੰਡ ਹੈਂਡ ਗੱਡੀ ਆ ਥੋੜੀ ਜੀ ਸਸਤੀ ਗੱਡੀ ਆ ਕਿਉਂਕਿ ਭਾਰਤ ਦੇ ਵਿੱਚ ਜਿੰਦਾ ਦਾ ਟ੍ਰੈਫਿਕ ਸਿਸਟਮ ਹੈ ਜਿਸ ਤਰੀਕੇ ਸਾਨੂੰ ਟ੍ਰੈਫਿਕ ਦੀ ਬਹੁਤੀ ਸੋਝੀ ਨਹੀਂ ਤੇ ਜਾਂ ਐ ਕਹ ਲਈਏ ਕਿ ਸਾਡੀਆਂ ਸੀਮਾਵਾਂ ਇਦਾਂ ਦੀਆਂ ਕਿ ਉਹ ਸੂਤ ਹੀ ਨਹੀਂ ਆਉਂਦਾ ਸਾਡੇ ਕੋਲੋਂ ਕੰਮ ਉਹਦੇ ਵਿੱਚ ਕਿੰਨੀਆਂ ਕੁ ਵੱਡੀਆਂ ਗੜੀਆਂ ਖੜ੍ਹੀਆਂ ਕਰਨ ਨੂੰ ਸਾਡੇ ਕੋਲ ਬਾਜ਼ਾਰ ਦੇ ਵਿੱਚ ਥਾਂ ਹੁੰਦੀ ਹੈ ਕਿੰਨੀ ਵੱਡੀ ਗੱਡੀ ਖੜੀ ਕਰਨ ਚੋਗੀ ਸਾਡੇ ਕੋਲੇ ਪਿੰਡਾਂ ਦੇ ਵਿੱਚ ਜਦੋਂ ਅਸੀਂ ਕਿਤੇ ਜਾਈਏ ਥਾਂ ਦੀ ਛੋਟੀ ਗੱਡੀ ਹੋਵੇ ਤੁਸੀਂ ਸਾਬਣ ਦੀ ਸਾਬਣ ਦਾ ਨਹੀਂ ਆਂਗੋਇਆ ਕੱਢਦੇ ਜਦਦਰ ਦੀ ਮਰਜੀ ਆਹ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ WhatsApp ਸਾਬਣਦਾਨੀ ਵਾਲੀ ਇਹੋ ਤੇ ਜੇ ਨਹੀਂ ਦਿੰਦੀ ਹੁਣ ਦੇਖੋ ਗੱਲ ਪਤਾ ਕੀ ਬੰਦਾ ਚੰਗਾ ਬਲਾ ਮਤਲਬ ਠੀਕ ਠਾਕ ਗੱਡੀ ਚ ਜਾ ਰਿਹਾ ਹੁੰਦਾ ਉਹਨਾਂ ਵਾਲਾ ਯਾਰ ਤੂੰ ਕੀ ਸਾਬਣਦਾਨੀ ਰੱਖੀ ਫਿਰਦਾ ਵੱਡੀ ਗੱਡੀ ਲੈ ਉਹ ਸਾਬਣਦਾਨੀ ਉਹਨੂੰ ਮਾਰ ਜਾਂਦੀ ਹੁਣ ਮੈਂ ਕੈਲਕੂਲੇਸ਼ਨ ਦੀ ਗੱਲ ਕਰਦਾ ਹੁਣ ਦੇਖੋ ਕਿਸੇ ਬੰਦੇ ਨੂੰ ਇਹ ਲੱਗਦਾ ਹੋਵੇ ਨਾ ਵੀ ਯਾਰ ਇਹ ਗੱਡੀ ਆ ਯਾਰ ਇਹ ਜੇ ਸੈਂਕਲ ਤੋਂ ਮੈਂ ਦੱਸਣ ਲੱਗਾ ਉਹ ਤਾਂ ਥੋੜੀ ਜਿਹੀ ਕੈਲਕੂਲੇਸ਼ਨ ਕਰਕੇ ਦੇਖੋ ਵੀ ਮੰਨ ਲਓ ਤੁਸੀਂ 15 ਲੱਖ ਦੀ ਗੱਡੀ ਲੈ ਲਈ ਹੁਣ 15 ਲੱਖ ਰੁਪਇਆ ਜੇ ਤੁਹਾਡੇ ਕੋਲੇ ਵੈਸੇ ਹੋਵੇ ਵੀ ਪਰਮਵੀਰ ਸਿੰਘ ਕੋਲੇ 15 ਲੱਖ ਰੁਪਇਆ ਪਿਆ ਨਗਦ ਜੇਬ ਚ ਪਾ ਲਿਆ ਹੁਣ ਤੁਸੀਂ ਤੁਰ ਪਏ ਤੇ ਤੁਹਾਨੂੰ ਮੈਂ ਇਹ ਕਹਾਂ ਵੀ ਪਰਮਵੀਰ ਸਿੰਘ ਸ਼ਾਮ ਤੱਕ ਇਹ ਚੋ 500 ਡੇਗ ਪਣਾਈ ਇਹ ਨਾ ਐਵੇਂ ਡੇਗ ਪਣਾ ਐ ਬੰਦਾ ਦੋਰੇ ਤੇਰੇ ਇਕੱਠਾਇਆ ਕਰਕੇ ਰੱਖਦਾ ਸ਼ਾਮ ਨੂੰ ਆਵੇ ਹੋ ਸਕਦਾ ਵੀ ਇਧਰ ਉਧਰ ਨਾਲ ਬੰਦੇ 4 ਲੱਖ ਗਿਣਾਵੇ ਆਹ ਵੇ ਪੂਰੇ ਆ 500 ਕਿਤੇ ਡੇਗ ਪਿਆ ਵੀ ਮੈਂ ਕਹਾਂ ਵੀ ਅੱਜ ਵੀ ਡਿੱਗ ਪਏ ਕੱਲ ਨੂੰ ਫੇਰ 500 ਡਿੱਗਣਾ ਹੈ ਪਰਸੋਂ ਫੇਰ ਡਿੱਗਣਾ ਹੈ ਫੇਰ ਚੌਥ ਫੇਰ ਡਿੱਗਣਾ ਹੈ ਇਹ ਮੈਂ ਤਾਂ ਕਹਿ ਰਿਹਾ ਜੇ ਜਦੋਂ ਤੁਸੀਂ ਨਵੀਂ ਗੱਡੀ ਉਥੋਂ ਕਢਾ ਕੇ ਲੈ ਕੇ ਆਉਨੇ ਹੋ ਠੀਕ 1 ਸਾਲ ਬਾਅਦ ਉਹਦੀ ਡੈਪ੍ਰੀਸੀਏਸ਼ਨ ਦੇਖੋ ਕਿ ਉਹ ਕਿੰਨੇ ਲੱਖ ਰੁਪਏ ਘਟਦੀ ਹੈ ਕਸਾਈ ਕਸਾਈ ਵੀ ਹਾਂਜੀ ਪਲੱਸ ਉਹਦਾ ਰੇਟ ਵੀ ਡੇਗਦਾ ਮੰਨ ਲਓ 15 ਲੱਖ ਦੀ ਅੱਜ ਤੁਸੀਂ ਏਜੰਸੀ 'ਚੋਂ ਕੱਢ ਲਈ ਅਗਲੇ ਦਿਨ ਤੁਸੀਂ ਏਜੰਸੀ ਵਾਲੇ ਨੂੰ ਆਖੋ ਯਾਰ 15 ਲੱਖ ਰੁਪਏ ਮੇਰਾ ਮੋੜ ਦੋ ਗੱਡੀ ਲੈ ਲਓ ਉਹ ਵੀ ਨਹੀਂ 15 ਲੱਖ ਦੀ ਰੱਖ ਦੇ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਇੱਕ ਐਸਾ ਐਸਟ ਹੈ ਜਿਹੜਾ ਨੂੰ ਵੈਸੇ ਕੋ ਸੱਚੀ ਮੁੱਚੀ ਆਖੇ ਵੀ ਤੇਰੀ ਜੇਬ ਚ ਪੈਸੇ ਆ ਤੇ ਰੋਜ਼ ਦੇ ਹੀ ਨੇ ਇਹਨੇ ਡਿੱਗਣੇ ਕਿਉਂਕਿ ਉਹਨੇ ਤੇਲ ਵੀ ਖਾਣਾ ਉਹਨੇ ਉਹਦੇ ਉਹਦੀ ਕਸਾਈ ਵੀ ਹੋਣੀ ਆ ਉਹਦੇ ਤੇ ਹੋਰ ਵੀ ਰੈਂਟੀਅਰ ਦਾ ਖਰਚਾ ਵੀ ਆਉਣਾ ਪਲੱਸ ਉਹਨੇ ਵੈਸੇ ਵੀ ਉਹਦਾ ਮੁੱਲ ਘਟਣਾ ਕੀ ਆਪਾਂ ਜਿੰਨਾ ਪੈਸਾ ਜਿੰਨਾ ਉਹਦੇ ਤੇ ਖਰਚ ਰਹੇ ਜਾਂ ਜਿੰਨਾ ਲਾ ਰਹੇ ਆ ਉਹਨੇ ਦਾ ਕੰਮ ਲੈ ਰਹੇ ਆ ਜਾਂ ਫਿਰ ਮਹੀਨੇ ਚ ਚਾਰ ਵਾਰਾਂ ਜਦੋਂ ਤੁਸੀਂ ਕਿਹਾ ਆਪ ਵੀ ਜਾਂਚ ਦਰਸ਼ਨ ਕਰਨ ਜਾਣਾ ਜਾਂ ਫਿਰ ਅੱਜ ਕਿਸੇ ਵਿਆਹ ਤੇ ਜਾਣਾ ਜਾਂ ਫਿਰ ਵੈਸੇ ਬਾਜ਼ਾਰ ਚੱਲੇ ਆ ਤੇ ਜੇ ਇੰਨੇ ਕੁ ਕੰਮ ਆਪਣੇ ਉਹ ਚੀਜ਼ ਆਉਣੀ ਆ ਤੇ ਕੀ ਵਾਕਈ ਉਹ ਫਿਰ 15 ਲੱਖ ਵਾਲੀ ਚਾਹੀਦੀ ਜਾਂ ਫਿਰ 4-5 ਲੱਖ ਵਾਲੀ ਨਾ ਵੀ ਸਰਦਾ ਜ਼ਰੂਰੀ ਹੈ ਸੋਚਣ ਵਾਲੀ ਗੱਲ ਇੱਕ ਸੰਧਾਲੀਆ ਸਭ ਕਾਰ ਦੇ ਮਾਮਲੇ ਦੇ ਵਿੱਚ ਨਾ ਮੈਨੂੰ ਇਹ ਵੀ ਲੱਗਦਾ ਕਿ ਸਾਨੂੰ ਥੋੜਾ ਜਿਹਾ ਠੀਕ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਪੰਜਾਬੀਆਂ ਦੀ ਇੱਕ ਬਹੁਤ ਮਾੜੀ ਆਦਤ ਹੈ ਕਿ ਅਸੀਂ ਦੂਜਿਆਂ ਨੂੰ ਟੌਂਟ ਬਹੁਤ ਮਾਰਦੇ ਹਾਂ ਤੁਹਾਨੂੰ ਵੀ ਮਿਲੇ ਹੋਣਗੇ ਸਾਨੂੰ ਤਾਂ ਮਿਲ ਪੈਂਦੇ ਆ ਬੰਦੇ ਹਰ ਪਿੰਡ ਦੇ ਵਿੱਚ ਹੁੰਦੇ ਆ ਹਰ ਸ਼ਹਿਰ ਦੇ ਵਿੱਚ ਹੁੰਦੇ ਆ ਹਰ ਮੁਹੱਲੇ 'ਚ ਹੁੰਦੇ ਆ ਯਾਰ ਅਜੇ ਵੀ ਆਹੀ ਰੱਖੀ ਫਿਰਦਾ ਯਾਰ ਹੁਣ ਤਾਂ ਗੱਡੀ ਨਾ ਵੀ ਲੈ ਹੁਣ ਤਾਂ ਪਿੰਡ 'ਚ ਕਿਸੇ ਕੋਈ ਵੀ ਨਹੀਂ ਕਵਾੜਜਾ ਵੇਚਣਾ ਕਦੋਂ ਹੋਰ ਦੇਖੋ ਕਦੋਂ ਵੇਚਣਾ ਕਵਾੜਜਾ ਇਹ ਇੱਕ ਹੋਰ ਬੜੀ ਐ ਚਾ ਯਾਰ ਉਹਨੂੰ ਪੱਠੇ ਵੀ ਨਹੀਂ ਲਿਆਉਂਦਾ ਇਹ ਤਾਂ ਯਾਰ ਉਹਨਾਂ ਸਬਜ਼ੀ ਵਾਲੇ ਰੱਖੀਆਂ ਹੂੰ ਵਾ ਯਾਰ ਇਹ ਤਾਂ ਪ੍ਰਵਾਸੀ ਪੰਜਾਬੀ ਜਿਹੜੇ ਇੱਥੇ ਮਜ਼ਦੂਰ ਆਉਂਦੇ ਉਹਨਾਂ ਨੇ ਰੱਖੀਆਂ ਤੂੰ ਅਜੇ ਵੀ ਇਹਦੇ ਵੀ ਤੁਰੇ ਫਿਰਦਾ ਯਾਰ ਤੈਨੂੰ ਕੀ ਤੇਰੇ ਪੱਥਰੀ ਹੁੰਦੀ ਹੈ ਹੂੰ ਤੇਰਾ ਢਿੱਡ ਦੁਖਦਾ ਤੇਰੇ ਗੋਡਿਆਂ ਦੀ ਗਰੀਸ ਮੁੱਕਦੀ ਹੈ ਉਹ ਵੀ ਤੁਹਾਨੂੰ ਕੱਢੀ ਗਈ ਹੈ ਬੰਦੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਣ ਦਾ ਸਾਧਨ ਸੜਕਾਂ ਦੇ ਉੱਤੇ ਸਪੀਡ ਸਾਡੀ ਫਿਕਸ ਹੈ ਹੂੰ ਯਾਨੀ ਕਈ ਗੱਡੀਆਂ ਹੁੰਦੀਆਂ 240 ਦੀ ਸਪੀਡ ਤੇ ਚੱਲ ਸਕਦੀਆਂ ਪਰ ਪੰਜਾਬ ਦੇ ਵਿੱਚ ਕਿਹੜੀ ਸੜਕ ਹੈ ਜਿੱਥੇ 240 ਦੀ ਸਪੀਡ ਤੇ ਚਲਾਉਣੀ ਹੈ 180 ਦੀ ਸਪੀਡ ਤੇ ਚਲਾਉਣੀ ਹੈ 150 ਦੀ ਸਪੀਡ ਤੇ ਚੱਲਣ ਵਾਲੀ ਸੜਕ ਦਿਖਾਓ ਮੈਨੂੰ ਪੰਜਾਬ 'ਚ ਉੱਥੇ ਹੀ ਚਲਣੀ ਹੈ ਸਪੀਡ ਤਾਂ ਮੈਨੂੰ ਲੱਗਦਾ 80 ਤੋਂ 100 ਦੇ ਵਿਚਾਲੇ ਹੀ ਹੈ ਇੰਨੀ ਕੀ ਇੰਨੀ ਕੀ ਹੈ ਕਿ ਜੇ ਤੁਸੀਂ ਜੇ ਤੁਸੀਂ ਘਰ ਨੂੰ ਮੁੜਨਾ ਤਾਂ ਜੇ ਤੁਸੀਂ ਨਹੀਂ ਮੁੜਨਾ ਭਾਵੇਂ 180 ਤੇ ਲੈ ਜਾਓ ਸਾਨੂੰ ਕੋਈ ਤਰਾਜ ਨਹੀਂ ਹਾਂ ਨਾਲ ਕਿਸੇ ਨੂੰ ਨਾ ਰੇਟ ਦਿਓ ਹੋਰ ਇਸ ਗੱਲ ਦਾ ਖਿਆਲ ਜਿਹੜਾ ਉਹ ਤੁਸੀਂ ਰੱਖਣਾ ਤੇ ਹਰ ਇੱਕ ਗੱਡੀ ਇੰਨੀ ਤੇਜ਼ ਚੱਲ ਜਾਂਦੀ ਹੈ ਤੁਸੀਂ ਉਹਦੀ ਸਰਵਿਸ ਸਮੇਂ ਸਿਰ ਕਰਾ ਲਓ ਤੁਸੀਂ ਉਹਦੀ ਮੇਨਟੇਨੈਂਸ ਜਿਹੜੀ ਆ ਉਹ ਕਰਾ ਕੇ ਰੱਖੋ ਚੰਗੇ ਤਰੀਕੇ ਤਾਂ ਜੇ ਤੁਹਾਡੀ ਗੱਡੀ ਤਾਂ ਤੁਹਾਡੇ ਤੋਂ 25 ਲੱਖ ਮਹੀ ਕੀ ਗੱਡੀ ਦੇ ਵਿੱਚ ਸਵਾਰੀਆਂ ਹੁੰਨੀਆਂ ਵੈਂਦੀਆਂ ਤਾਂ ਫਿਰ ਵੀ ਇਹ ਤੁਸੀਂ 25 ਲੱਖ ਵੱਧ ਖਰਚਦੇ ਹੋ ਤਾਂ ਫਿਰ ਥੋੜਾ ਜਿਹਾ ਗੁੱਸਾ ਕੋਈ ਨਾ ਕਰੇ ਪਰ ਸਾਨੂੰ ਅਕਲ ਨੂੰ ਹੱਥ ਮਾਰਨਾ ਪਊਗਾ ਕਿ ਅਸੀਂ ਖਲੋਤੇ ਕਿੱਥੇ ਕਹੇ ਇਹ ਕਿਸੰਧਾਲੀਆ ਸਾਹਿਬ ਉਹਨਾਂ ਲੋਕਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਅਸੀਂ ਘਰ ਦੇ ਵਿੱਚ ਗੱਲਾਂ ਕੀ ਕਰਦੇ ਨਹੀਂ ਨਿਆਣੇ ਨਹੀਂ ਮੰਨਦੇ ਸੀ ਅਸੀਂ ਸਾਨੂੰ ਤਾਂ ਕੋਈ ਨਹੀਂ ਆ ਨਿਆਣੇ ਕਹਿੰਦੇ ਸੀ ਘਰ ਇਦਾਂ ਦਾ ਬਣਾਉਣਾ ਨਿਆਣੇ ਕਹਿੰਦੇ ਸੀ ਗੱਡੀ ਇਦਾਂ ਦੀ ਲੈਣੀ ਆ ਨਿਆਣੇ ਕਹਿੰਦੇ ਸੀ ਟੀਵੀ ਹੁਣ ਉਹ ਚਾਹੀਦਾ ਨਿਆਣੇ ਕਹਿੰਦੇ ਸੀ ਮੋਬਾਈਲ ਹੁਣ ਇਦਾਂ ਦਾ ਲੈ ਕੇ ਦੋ ਬਿਲਕੁਲ ਠੀਕ ਹੈ ਸਾਨੂੰ ਪਤਾ ਹੈ ਕਿ ਪ੍ਰੈਸ਼ਰ ਹੁੰਦਾ ਨੇ ਆਣਿਆਂ ਦਾ ਪਰ ਸਾਨੂੰ ਇਹ ਵੀ ਪਤਾ ਹੈ ਕਿ ਬੱਚਿਆਂ ਦੇ ਉੱਤੇ ਸਭ ਤੋਂ ਵੱਧ ਅਸਰ ਇਸ ਗੱਲ ਦਾ ਪੈਂਦਾ ਕਿ ਅਸੀਂ ਘਰ ਦੇ ਵਿੱਚ ਬੈਠ ਕੇ ਜਦਾਂ ਦੀਆਂ ਗੱਲਾਂ ਕਰਦੇ ਹਾਂ ਹਮ ਅੱਛਾ ਛੋਟਾ ਹੁੰਦਾ ਬੱਚੇ ਨੂੰ ਨਹੀਂ ਪਤਾ ਹੁੰਦਾ ਠੰਡੇ ਦਾ ਕੋਲ ਡਰਿੰਕ ਦਾ ਬੱਚੇ ਨੂੰ ਨਹੀਂ ਪਤਾ ਹੁੰਦਾ ਕਿ ਭਾਈ ਕੋਈ ਚਾਕਲੇਟ ਕੋਈ ਕੈਂਡੀ ਜਾਂ ਟੌਫੀ ਆਪਾਂ ਕਹਿੰਨੇ ਕੋਈ ਆਈਸਕ੍ਰੀਮ ਜਾਂ ਆ ਜਿਹੜੇ ਫਾਸਟ ਫੂਡ ਜਿਹਾ ਉਹ ਕੀ ਹੈ ਜਾਂ ਬੱਚਾ ਸਾਡੇ ਤੋਂ ਸੁਣਦਾ ਜਾਂ ਬੱਚਾ ਤੁਹਾਡੇ ਟੀਵੀ 'ਚ ਦੇਖਦਾ ਜਾਂ ਮੋਬਾਈਲ 'ਚ ਦੇਖਦਾ ਹੈ ਉਹਦੇ ਕੋਲ ਤਿੰਨ ਹੀ ਚੀਜ਼ਾਂ ਨੇ ਚੌਥੀ ਚੀਜ਼ ਕੋਈ ਨਹੀਂ ਹੈ ਜਦੋਂ ਤੱਕ ਕੋ ਬਾਹਰਲੀ ਦੁਨੀਆ ਦੇ ਨਾਲ ਇਨ ਟੱਚ ਨਹੀਂ ਹੁੰਦਾ ਤੇ ਅਸੀਂ ਕੀ ਕਹਿੰਨੇ ਅਸੀਂ ਖੁਸ਼ ਬੜੇ ਹੁੰਨੇ ਆ ਇਹ ਦੇਖੋ ਜੀ ਇਹ ਜਿਹ ਦੋਹਾਂ ਨਹੀਂ ਨੂਡਲ ਬੜੇ ਖੁਸ਼ ਹੋਖਾਂਦਾ ਇਹ ਜੀ ਨਾ ਦੇਖੋ ਜੀ ਪੌਣੇ ਇੱਕ ਦੋ ਸਾਲਾਂ ਦੀ ਐ ਇਹ ਹੁਣੇ ਕਹਿੰਦੀ ਐ ਕਿ ਮੈਂ ਦੁੱਧ ਦੇ ਵਿੱਚ ਆਹੀ ਚੀਜ਼ ਮੈਂ ਕਿਸੇ ਕੰਪਨੀ ਦਾ ਨਾਲ ਨਹੀਂ ਇਹੀ ਪਾ ਕੇ ਪੀਣੀ ਹੂੰ ਉਹਨੂੰ ਕਿਹਨੇ ਦੱਸ ਦਿੱਤੀ ਬਈ ਉਹ ਪੜੂ ਕੋ ਕੋ ਦੇ ਕੋ ਡਿਗਰੀ ਐ ਉਹਨੇ ਕਿਸੇ ਯੂਨੀਵਰਸਿਟੀ ਤੋਂ ਡਿਪਲੋਮਾ ਕੀਤਾ ਅਸੀਂ ਘਰ ਚ ਗੱਲਾਂ ਕਰਦੇ ਆਂ ਫੁਲਾਨੇ ਨੇ ਕੋਠੀ ਬੜੀ ਵਧੀਆ ਪਾਈ ਅਸੀਂ ਘਰ ਦੇ ਵਿੱਚ ਕਿਸੇ ਵਿਆਹ ਤੋਂ ਬਾਅਦ ਆ ਗੱਲਾਂ ਕਰਦੇ ਆਂ ਦੇਖਿਆ ਜੀ ਉੱਥੇ ਤਾਂ 25 26 ਗੱਡੀਆਂ ਇੱਕੋ ਜੀਆਂ ਸੀ ਜਿਹਨਾਂ ਨੂੰ ਫੁੱਲ ਲਾਏ ਸੀ ਦੇਖਿਆ ਜੀ ਉਹਨੇ ਨਾ ਕਿਤੇ ਸੂਟ ਪਾਇਆ ਸੀ ਬੜਾ ਮਹਿੰਗਾ ਕਹਿੰਦੇ ਮੈਂ ਇਸ ਗੱਲੋਂ ਵੀ ਹੈਰਾਨ ਹੁੰਨਾ ਮੈਂ ਆਦਤਾਂ ਦੀ ਗੱਲ ਕਰਦਾ ਕਿ ਅਸੀਂ ਇੱਕ ਦੂਸਰੇ ਦੇ ਉੱਤੇ ਬਿਨਾਂ ਕੁਝ ਸੋਚਿਆਂ ਸਮਝਿਆਂ ਬਰਡਨ ਪਾ ਦਿੰਨੇ ਹਾਂ ਮੈਂ ਬਹੁਤ ਵਾਰ ਦੇਖਿਆ ਬੁੜੀਆਂ ਖੜੀਆਂ ਹੋਣਗੀਆਂ ਤਿੰਨ ਚਾਰ ਵੀ ਸੌਰੀ ਬੁੜੀਆਂ ਸ਼ਬਦ ਕਹਾਂ ਤਾਂ ਬੀਬੀਆਂ ਸਤਿਕਾਰਯੋਗ ਮੁਟਿਆਰਾਂ ਔਰਤਾਂ ਪੰਜਾਬਣਾਂ ਨੇ ਮੈਂ ਤਾਂ ਹੁਣ ਗੱਲ ਥੱਕੀ ਨਹੀਂ ਡਰਸਾ ਡਰਸਾ ਵਾਲੀ ਗੱਲ ਇਹ ਦੇ ਕਰਕੇ ਲੁਕਣੀ ਨਹੀਂ ਜਿਹੜੀ ਡਰਸਾ ਤੁਸੀਂ ਕਹੀਆਂ ਹੈ ਨਾ ਡਰਸਾ ਤੇ ਚਲੋ ਫੇਰ ਹੁਣ ਮੇਰਾ ਮੇਰੇ ਪਾਪ ਕੱਟੇ ਗਏ ਇਹ ਹੁਣ ਤੁਸੀਂ ਜਵਾਬ ਦੇਣਾ ਹੈ ਮੈਂ ਤਾਂ ਕਹਿੰਨਾ ਯਾਰ ਇਹ ਯਾਰ ਬੁੜੀਆਂ ਕਹਿਦਾ ਹਾਂ ਹਾਂ ਮੈਂ ਬਜ਼ੁਰਗ ਬੀਬੀਆਂ ਨੂੰ ਕਿਹਾ ਸੀ ਉਹਨਾਂ ਨੂੰ ਮਾਈਆਂ ਨੂੰ ਸਾਡਾ ਪਤਾ ਆ ਸੁਣ ਲਿਆ ਹੀ ਨੋਟ ਕਰ ਜਾ ਕੋਈ ਕਈ ਵਾਰੀ ਇਹ ਨਹੀਂ ਉਹੀ ਸੂਟ ਨਹੀਂ ਹੈ ਜਿਹੜਾ ਉਹਨਾਂ ਦੇ ਵਿਆਹ ਤੇ ਪਾਇਆ ਸੀ ਫੇਰ ਉਹ ਘਸ ਗਿਆ ਉਹ ਦੂਜੀ ਵਾਰੀ ਸੂਟ ਪਾਉਣ ਦੇ ਉੱਤੇ ਬੈਨ ਲੱਗਾ ਜਾਣੀ ਜੇ ਕੋਈ ਕੱਲ ਨੂੰ ਉਹਨੂੰ ਗੱਲ ਦੱਸ ਦੇਵੇ ਅਗਲੀ ਵਾਰੀ ਕਿਸੇ ਵਿਆਹ ਦੇ ਵਿੱਚ ਉਹ ਬੀਬੀ ਦੁਬਾਰਾ ਉਹ ਸੂਟ ਪਾ ਕੇ ਨਹੀਂ ਆਉ। ਜਾਣੀ ਸੂਟ ਇਹ ਨਹੀਂ ਪਾਉਂਦੀਆਂ ਭਰਾਵਾ। ਉਹ ਨਹੀਂ ਨਹੀਂ ਜੇ ਦੇਖੋ ਤੁਹਾਨੂੰ ਕਿਹਦਾ ਪਤਾ? ਮੈਨੂੰ ਪਤਾ ਪਤਾ ਤੁਹਾਨੂੰ ਹੀ ਹੈ। ਜੇ ਉਹ ਕਹਿੰਨੇ ਨਹੀਂ ਮਰਦਾ। ਆ ਜਿਹੜੇ ਤਰੀਕੇ ਤੁਸੀਂ ਬੜੇ ਵਧੀਆ ਬੰਦੇ ਹੋ ਮੇਰੀ ਗੱਲ ਸੁਣ ਲਓ। ਤੁਸੀਂ ਹਰ ਗੱਲ ਐ ਹੁਣੀ ਚਾਹੀਦੀ ਐ ਹੁਣੀ ਚਾਹੀਦੀ। ਉਹ ਵਹੀ ਨਹੀਂ ਪਉਂਦੀ ਭਰਾਵਾ ਤੂੰ ਹੀ ਨਾ ਹਾਰੇ ਘੁੜੀ ਕਰਤੇ ਨਹੀਂ ਤੇ ਹੈ ਹੀ ਅਦਾ ਇੱਥੇ ਬੰਦੇ ਡਿਪਣੀਆਂ ਕਰਦੇ ਮੈਂ ਉਹੀ ਕਹਿ ਰਿਹਾ ਵੀ ਦੇਖੋ ਜਿਹੜੀ ਗੱਲ ਤੇ ਬੰਦੇ ਦੇ ਹੱਤਵਾਂ ਸੈੱਟ ਉਹਦੇ ਤੇ ਤੇ ਬ੍ਰੇਕ ਲਾ ਲਓ ਕਿਹੜੀ ਨਹੀਂ ਤੁਹਾਡੇ ਹੱਤਵਾਂ ਹੁਣ ਉੱਤੇ ਤੇ ਜਾੜਾ ਹੈਗਾ ਜੀ ਉਹਦਾ ਮੈਂ ਕਰ ਕੁਝ ਨਹੀਂ ਸਕਦਾ ਅੱਛਾ ਅਗਲੀ ਗੱਲ ਕਰਾਂ ਆਪਾਂ ਆਪਣੇ ਕੋ 5-6 ਮਿੰਟ ਰਹਿ ਗਏ ਮੈਂ ਇਹ ਗੱਲ ਕਰਦਾ ਸੀ ਵੀ ਇਹ ਉਹ ਚੀਜ਼ ਆ ਜਿੱਥੇ ਆਪਾਂ ਖਰਚ ਕਰਦੇ ਤੇ ਉਹ ਜਿਹੜਾ ਖਰਚ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਜੜੇ ਵਾਲੇ ਪਾਸੇ ਤੁਰਦੇ ਹੂੰ ਮੈਨੂੰ ਆਇਆ ਵੀ ਯਾਰ ਆਪਾਂ ਕਦੀ ਕਿਤੇ ਬਹਿ ਕੇ ਕੋਈ ਇਕਨੋਮਿਕਸ ਦੀ ਗੱਲ ਕੋਈ ਕਾਰੋਬਾਰ ਦੀ ਗੱਲ ਕੋਈ ਫਾਈਨੈਂਸ ਦੀ ਗੱਲ ਕੋ ਪੈਸਾ ਕਈ ਵਾਰ ਆਪਾਂ ਨੂੰ ਕਹਿੰਦੇ ਵੀ ਯਾਰ ਅਸੀਂ ਪਿੰਡਾਂ ਥਾਂ ਤੇ ਰਹਿਣ ਨਾਲ ਸਾਨੂੰ ਪੈਸੇ ਦਾ ਬਹੁਤਾ ਹਿਸਾਬ ਤਾਂ ਨਹੀਂ ਸ਼ਹਿਰੀ ਬੰਦੇ ਨੂੰ ਆਉਂਦਾ ਵੀ ਪਿੰਡ ਵਾਲੇ ਬੰਦੇ ਕੋਲੇ ਪਤਾ ਨਹੀਂ ਕਿੰਨਾ ਕਿ ਥਾਂ ਵੈਸੇ ਹੀ ਅਪੜ ਪਿਆ ਹੁੰਦਾ ਉਹ ਕਹਿੰਦਾ ਯਾਰ ਇੰਨੇ ਥਾਂ ਹੁੰਦਾ ਹੀ ਕੁਝ ਨਹੀਂ ਕਿਈ ਜਿਹੜਾ ਸ਼ਹਿਰ ਚ ਅਗਲੇ ਬੰਦੇ ਕੋਲੇ ਪੂਰੀ ਦੁਕਾਨ ਉਹਨੇ ਹੁੰਦੀ ਐਵੇਂ ਨਿਗਾ ਜਾ ਖੋਖਾ ਹੁੰਦਾ ਉੱਚੀ ਉਹ ਚੰਗੀ ਰੋਟੀ ਖਾਈ ਜਾਂਦਾ ਇਹ ਤਾਂ ਮਤਲਬ ਇਹ ਵੀ ਕਿਤੇ ਨਾ ਕਿਤੇ ਕਾਰੋਬਾਰ ਦੀ ਸਮਝ ਪੈਸੀ ਨੂੰ ਕਿਵੇਂ ਵਰਤਣਾ ਉਹਦੀ ਇਹ ਸਾਡੇ ਚ ਸਮਝ ਐ ਨਹੀਂ ਉਹਦੇ باوجود ਵੀ ਆਪਾਂ ਆਪਣੇ ਆਪ ਨੂੰ ਇਹ ਆਖੀਏ ਵੀ ਯਾਰ ਸਾਡੇ ਨਾਲ ਤਾਂ ਤੇ ਬੰਦਾ ਹੀ ਕੋਈ ਨਹੀਂ ਕਿਤੇ ਇਦਾਂ ਤੇ ਨਹੀਂ ਵੀ ਆਪਾਂ ਕਿਸੇ ਗਲਤਫਹਿਮੀ ਚ ਜੀ ਰਹੇ ਆ ਆਪਾਂ ਨੂੰ ਜੇ ਨਹੀਂ ਪਤਾ ਤੇ ਗਾਂ ਆਪ ਨਹੀਂ ਤਾਂ ਗਾਂ ਨਿਆਣਿਆਂ ਨੂੰ ਉਸ ਪਾਸੇ ਕਿਤੇ ਨਾ ਕਿਤੇ ਸਮਝਾ ਦਿਓ ਕਿ ਆ ਪੈਸਾ ਆ ਇਹਨੂੰ ਕਮਾਉਣ ਦਾ ਤਰੀਕਾ ਆ ਆ ਇਹਨੂੰ ਸਾਂਭਣ ਦਾ ਤਰੀਕਾ ਆ ਤੇ ਆ ਇਹਦੇ ਨਾਲ ਗਾਂ ਜ਼ਿੰਦਗੀ ਜੀਉਣ ਦਾ ਤਰੀਕਾ ਮੈਨੂੰ ਲੱਗਦਾ ਹੁੰਦਾ ਵੀ ਜੇ ਉਹ ਵਾਲੀ ਐਜੂਕੇਸ਼ਨ ਆਪਾਂ ਦੇ ਦਈਏ ਜਾਂ ਆਪਣੇ ਨਿਆਣਿਆਂ ਨੂੰ ਦੇ ਦਈਏ ਜਾਂ ਆਪ ਕਿਤੇ ਨਾ ਕਿਤੇ ਉਹ ਗ੍ਰਹਿਣ ਕਰ ਲਈਏ ਉਦੇ ਨਾਲ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਫਰਕ ਪੈਜੂ ਮੈਂ ਕਿਹਾ ਸ਼ਬਦ ਬਰ ਇੱਕ ਵਰਤੇ ਹੈ ਨਾ ਡੈਪਰੀਸ਼ੀਏਟਿੰਗ ਐਸੈਟ ਤੇ ਐਪਰੀਸ਼ੀਏਟਿੰਗ ਐਸੈਟਸ ਉਹਨੂੰ ਮੈਂ ਦੇਸੀ ਸਮਝ ਭਾਸ਼ਾ ਵਿੱਚ ਸਮਝਾਵਾਂ ਆਪਾਂ ਵੇਹ ਤੁਰਦੇ ਫਿਰਦੇ ਜਰੂਰ ਸੋਚ ਲੈਂਦੇ ਆ ਵੀ ਯਾਰ ਪਲਾਟ ਲੈ ਲਓ ਵੱਧ ਜਾਂਦਾ ਇਹਦਾ ਮਤਲਬ ਰੀਅਲ ਏਸਟੇਟ ਆ ਉਹ ਐਪਰੀਸ਼ੀਏਟ ਹੋਣ ਵਾਲਾ ਐਸੈਟ ਆ ਤੇ ਆਪਾਂ ਨੂੰ ਕੋਈ ਵੀ ਨਹੀਂ ਸਮਝਾਉਂਦਾ ਵੀ ਗੱਡੀ ਘਟ ਜਾਂਦੀ ਯਾਰ ਉਹ ਡੈਪਰੀਸ਼ੀਏਟਿੰਗ ਐਸੈਟ ਆ ਆਪਾਂ ਨਾ ਖਰਚਾ ਕਰੀਏ ਉੱਤੇ ਇਹ ਇੱਕ ਕਨਸੈਪਟ ਆ ਜੇ ਕਿਤੇ ਪਰਿਵਾਰ ਚ ਬਹਿ ਕੇ ਇਹਨਾਂ ਚੀਜ਼ਾਂ ਦੇ ਉੱਪਰ ਗੱਲਬਾਤ ਹੋਣ ਲੱਗ ਪੇ ਇਹ ਮਹਮੁਲੀ ਗੱਲਾਂ ਨਹੀਂ ਸਾਨੂੰ ਸਮਝ ਆਉਂਦੀਆਂ ਨਹੀਂ ਸਮਝਣੀਆਂ ਬਹੁਤ ਜ਼ਰੂਰੀ ਆ ਸੰਧਾਲੀਆਂ ਸਭ ਜੇ ਨਾ ਸਮਝੀਆਂ ਤਾਂ ਅਸੀਂ ਔਖੇ ਹੋ ਜਾਾਂਗੇ ਸਾਡੇ ਬਹੁਤੇ ਖਰਚ ਘਟਾਉਣ ਯੋਗ ਨਹੀਂ ਪੰਜਾਬੀਆਂ ਦੀਆਂ ਬਹੁਤੀਆਂ ਸਮੱਸਿਆਵਾਂ ਹਨ ਟੱਬਰਾਂ 'ਚ ਲੜਾਈਆਂ ਕਾਦੀਆਂ ਪੈਸੇ ਦੇ ਘਾਟ ਦੀਆਂ ਲੜਾਈਆਂ ਹੁੰਦੀਆਂ ਕਿ ਤੁਹਾਨੂੰ ਚੀਜ਼ਾਂ ਨਹੀਂ ਪੂਰੀਆਂ ਮਿਲੀਆਂ ਤੁਹਾਡੇ ਤੇ ਪ੍ਰੈਸ਼ਰ ਰਹਿ ਤੁਹਾਨੂੰ ਕੰਮ ਵੱਧ ਕਰਨਾ ਪੈਂਦਾ ਇਹ ਚੀਜ਼ਾਂ ਹੁੰਦੀਆਂ ਤੁਹਾਡੇ ਸਿਰ ਕਿਸ਼ਤਾ ਚੜੀਆਂ ਤੁਹਾਡੇ ਸਿਰ ਕਰਜ਼ਾ ਚੜਿਆ ਕਿਉਂਕਿ ਅਸੀਂ ਬਣੌਟੀ ਚੀਜ਼ਾਂ ਦੇ ਉੱਤੇ ਪੈਸਾ ਖਰਚਣ ਲੱਗ ਪਏ ਜਿਹੜਾ ਦੂਸਰੇ ਨੂੰ ਦਿਖਾਉਣਾ ਛੱਡੀ ਆਪਦੀ ਖੁਸ਼ਲੀ ਤੇ ਤੁਹਾਡੀ ਆਪਦੀ ਖੁਸ਼ੀ ਦੇ ਉੱਤੇ ਤੁਸੀਂ ਆਪਣਾ ਖਰਚ ਕਰੋ ਨਾ ਤੁਸੀਂ ਇਸ ਦੁਨੀਆ ਦੇ ਸਭ ਤੋਂ ਵੱਧ ਸੰਤੁਸ਼ਟ ਬੰਦੇ ਹੋਵੋਗੇ ਅਸੀਂ ਬਹੁਤ ਕੁਝ ਆਪਣੇ ਆਪ ਵੀ ਠੀਕ ਕਰ ਸਕਦੇ ਹਾਂ ਜਦਾਂ ਡਾਕਟਰ ਪੈਰਲ ਗਾਰਗੋ ਕਹਿੰਦੇ ਨੇ ਕਿ ਸਾਡਾ ਇਹ ਸਰੀਰ ਆਨੇ ਮਸ਼ੀਨ ਨਹੀਂ ਹੈ ਆਮ ਤੌਰ ਤੇ ਬੰਦਾ ਕਹਿੰਦਾ ਬੰਦੇ ਦਾ ਸਰੀਰ ਮਸ਼ੀਨ ਵਰਗਾ ਜੀ ਇੰਜਣਾਂ ਨੂੰ ਕੰਮ ਕਰਦਾ ਕੋਈ ਕਹਿੰਦੇ ਨਹੀਂ ਉਹ ਕਹਿੰਦੇ ਜੀ ਇੰਜਣ ਦੇ ਵਿੱਚ ਕੋਈ ਵੀ ਪੁਰਜਾ ਖਰਾਬ ਹੋ ਜਵੇ ਨਾ ਉਹ ਪੁਰਜਾ ਸਾਨੂੰ ਬਾਹਰੋਂ ਲਿਆ ਕੇ ਵਿੱਚ ਫਿੱਟ ਕਰਨਾ ਪੈਂਦਾ ਫੇਰ ਠੀਕ ਹੁੰਦਾ ਤੇ ਜਿਹੜੀ ਸਾਡੀ ਬਾਡੀ ਹੈ ਇਹ ਬਹੁਤੀਆਂ ਚੀਜ਼ਾਂ ਆਪਣੇ ਆਪ ਠੀਕ ਕਰ ਦਿੰਦੀ ਹੈ ਕਿ ਤੁਹਾਡੇ ਮੰਨ ਲਓ ਕਿਤੇ ਟਾਂਕੇ ਲਾਉਣੇ ਪਏ। ਮਾਸ ਜਿਹੜਾ ਅੱਡੋ ਅੱਡ ਹੋ ਗਿਆ ਉਹ ਕਹਿੰਦੇ ਜੀ ਟਾਂਕੇ ਲਾਉਣ ਦਾ ਮਤਲਬ ਹੈ ਮਾਸ ਨੂੰ ਨੇੜੇ ਕਰਨਾ। ਜੋੜਦਾ ਹੀ ਤੁਹਾਡੀ ਬਾਡੀ ਉਹਨੂੰ ਆਪਣੇ ਆਪ ਜੋੜਦੀ ਹੈ। ਉਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਰਿਕਵਰੀ ਸਿਸਟਮ ਹੈ। ਮੈਨੂੰ ਲੱਗਦਾ ਕਿ ਪੰਜਾਬੀਆਂ ਦਾ ਵੀ ਰਿਕਵਰੀ ਸਿਸਟਮ ਉਹਨਾਂ ਦੇ ਕੋਲ ਹੈ। ਉਹਦੀ ਚਾਬੀ ਉਹਨਾਂ ਦੇ ਕੋਲ ਹੈ। ਸਾਨੂੰ ਬਾਹਰੋਂ ਕੋਈ ਡਾਕਟਰ ਸੱਦਣ ਦੀ ਲੋੜ ਨਹੀਂ। ਜੇ ਅਸੀਂ ਘਰਾਂ ਤੇ ਕਾਰਾਂ ਤੇ ਮੋਬਾਈਲ ਤੇ ਕੱਪੜੇ ਤੇ ਵਿਆਹ ਸ਼ਾਦੀ ਤੇ ਮਰਨੇ ਪਰਨੇ ਤੇ ਫਜ਼ੂਲ ਦੇ ਖਰਚੇ ਮੈਂ ਕਹਿੰਨਾ ਫਜ਼ੂਲ ਦੇ ਉਹ ਖਰਚੇ ਘਟਾ ਲਿਏ ਇਹਨੂੰ ਆਪਣਾ ਨੱਕ ਉੱਚਾ ਰੱਖਣ ਦੇ ਨਾਲ ਨਾ ਜੋੜੀਏ ਇਹਨੂੰ ਆਪਣੀ ਇੱਜ਼ਤ ਦੇ ਨਾਲ ਨਾ ਜੋੜੀਏ ਜੇ ਆਪਾਂ ਫੋਕੀ ਸ਼ੌਹਰਤ ਤੋਂ ਬਾਜੀ ਇਹ ਨਾ ਸੰਧਾਲੀਆ ਸਾਹਿਬ ਮੈਂ ਤੁਹਾਨੂੰ ਦੱਸ ਦਿੰਦਾ ਖੁਦਗੁਸ਼ੀਆਂ ਘਟ ਜਾਣ ਅੱਧਾ ਡਿਪਰੈਸ਼ਨ ਘਟ ਜਵੇ ਸਾਡੇ ਕੋਲੇ 4 ਪੈਸੇ ਵੀ ਹੋਣ ਅਸੀਂ ਉਹ ਜਿਹੜੇ ਬੱਚੇ ਵਿਆਹ ਸ਼ਾਦੀ ਤੋਂ ਬਾਅਦ ਉਹਨਾਂ ਨੂੰ ਅਸੀਂ ਕਾਰੋਬਾਰ ਵੀ ਖੋਲ ਕੇ ਦੇ ਸਕਦੇ ਹਾਂ ਅਸੀਂ ਸਾਲ ਦੇ ਵਿੱਚ ਕਿਤੇ ਨਾ ਕਿਤੇ ਘੁੰਮਣ ਵੀ ਜਾ ਸਕਦੇ ਹਾਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਲਈ ਕੱਲ੍ਹ ਨੂੰ ਵੀ ਸਾਡੇ ਕੋਲੇ 4 ਸ਼ਿਲਰ ਜਿਹੜੇ ਉਹ ਬੱਚੇ ਹੋ ਸਕਦੇ ਆ ਲੋਕ ਕਦੇ ਖੁਸ਼ ਨਹੀਂ ਹੁੰਦੇ ਤੁਸੀਂ ਇਹ ਦੇਖੋ ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਰੋਟੀ ਵਿਆਹ ਦੇ ਵਿੱਚ ਲੱਗੀ ਆ ਨਾ ਹੂੰ ਰੋਟੀ ਦੇ ਨਾਲ ਸਾਡੇ ਕੋਲ ਪਲੇਟ ਦੇ ਵਿੱਚ ਸਲਾਦ ਚਾਹੀਦਾ ਜਿਹਨੂੰ ਤੁਸੀਂ ਸੈਲਡ ਕਹਿੰਨੇ ਆ ਮੈਂ ਤਾਂ ਨਹੀਂ ਕਹਿੰਦਾ ਨਹੀਂ ਵੈਸੇ ਉਹਦੇ ਵਿੱਚ ਗੰਡਾ ਦੇ ਗੰਡਾ ਵੀ ਉਹਦੇ ਵਿੱਚ ਪਿਆਜ਼ ਵੀ ਹੁੰਦਾ ਉਹਦੇ ਵਿੱਚ ਟਮਾਟਰ ਵੀ ਹੁੰਦਾ ਉਹਦੇ ਵਿੱਚ ਮੂਲੀ ਵੀ ਹੁੰਦੀ ਹੈ ਉਹਦੇ ਵਿੱਚ ਗਾਜਰਾ ਵੀ ਹੁੰਦੀਆਂ ਉਹਦੇ ਵਿੱਚ ਖੀਰਾ ਵੀ ਹੁੰਦਾ ਇਹੇ ਚੀਜ਼ਾਂ ਤੁਸੀਂ ਇਹ 7-8 ਚੀਜ਼ਾਂ ਰੱਖ ਦਿਓ ਮੈਂ ਦੇਖਿਆ ਕਿ 25-25 ਡੋਂਗੇ ਰੱਖੇ ਹੁੰਦੇ ਆ 25-25 26-26 ਉਹ ਵੈਸੇ ਵੀ ਸਵੇਰ ਵਾਲੇ ਪਨੀਰ ਵਾਲੇ ਪਕੌੜਿਆਂ ਤੋਂ ਲੈ ਕੇ ਬਾਅਦ ਵਿੱਚ ਚਾਟ ਪਾਪੜੀ ਤੋਂ ਲੈ ਕੇ ਉਦੋਂ ਤੱਕ ਬੰਦੇ ਦੇ ਕੋਲੇ ਬਹੁਤੀ ਸਪੇਸ ਬਚੀ ਨਹੀਂ ਹੁੰਦੀ। ਉਹ ਪੈਸੇ ਬਚਾ ਲਓ। ਸਲਾਦ ਇੱਕ ਜਗ੍ਹਾ ਦੇ ਉੱਤੇ ਗੋਲ ਜਿਹਾ ਕੱਟ ਕੇ ਰੱਖ ਦਿਓ। ਲੋਕ ਉਹਦੇ ਵਿੱਚੋਂ ਚੱਕ ਕੇ ਖਾ ਲੈਣਗੇ। ਉਹਦੇ ਉੱਤੇ ਖਰਚ ਘਟਾ ਦਿਓ। ਤੁਹਾਨੂੰ 8 ਸਬਜ਼ੀਆਂ ਦਾਣਾਂ ਦੀ ਉੱਥੇ ਲੋੜ ਨਹੀਂ। ਤੁਸੀਂ ਉੱਥੇ 3 ਕਰ ਦਿਓ। 8 ਕਦੇ ਕਿਸੇ ਦੀ ਪਲੇਟ ਦੇ ਵਿੱਚ ਪਾਈਆਂ ਦੇਖਿਆ ਕਿ ਉਹਨੇ 8 ਪਾਈਆਂ ਹੁਣ। 2 ਤੋਂ ਵੱਧ ਸੰਧਾਲੀਆਂ ਸਭ ਪਾਈ ਨਹੀਂ ਹੁੰਦੀਆਂ। ਇਸ ਕਰਕੇ ਉਹ ਕੁਝ ਚੀਜ਼ਾਂ ਨੇ ਜਿਹੜੀਆਂ ਸੁੰਗੜ ਜਾਣੀਆਂ ਚਾਹੀਦੀਆਂ। ਜੇ ਉਹ ਨਾ ਸੁੰਗੜੀਆਂ ਅਸੀਂ ਸੁੰਗੜ ਜਾਣਾ ਜਦੋਂ ਇਹ ਬੜਾ ਜ਼ਰੂਰੀ ਆ ਤੋ ਅੱਜ ਹੋ ਸਕਦਾ ਤੁਹਾਨੂੰ ਲੱਗਿਆ ਹੋਵੇ ਪਿਆਰ ਇਹ ਬੰਦੇ ਪਤਾ ਨਹੀਂ ਕਿਹੜੀਆਂ ਗੱਲਾਂ ਕਰਨ ਲੱਗ ਪਏ ਕਿਹੜੀਆਂ ਮਤਾਂ ਦੇਣ ਲੱਗ ਅਸੀਂ ਕਿ ਉਹਨੂੰ ਮਤ ਨਹੀਂ ਦਿੰਦੇ ਤੇ ਨਾ ਕੋ ਕਿਸੇ ਦੀ ਮਤ ਲੈਂਦਾ ਹਮ ਨਾ ਅਸੀਂ ਮਤ ਦੇਣ ਜੋਗੇ ਹਾਂ ਪਹਿਲੀ ਸਮਝੀ ਸਮਝਣ ਵਾਲੀ ਗੱਲ ਤਾਂ ਇਹੀ ਹੈ ਹੁਣ ਸਿੰਪਲ ਜੀ ਗੱਲ ਹੈ ਵੀ ਆਪਾਂ ਗੱਲ ਤਾਂ ਕੀਤੀ ਪਿਆਰ ਐਟਲੀਸਟ ਇਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਲੀਡਰ ਬਾਕੀ ਖਬਰਾਂ ਆਪਣਾ ਆਲਾ ਦਵਾਲਾ ਆਪਣਾ ਬਾਜ਼ਾਰ ਆਪਣਾ ਮੋਬਾਈਲ ਤੇ ਸਭ ਤੋਂ ਵੱਧ ਆਪਣਾ ਟੀਵੀ ਜੇ ਤੇ ਆਪਾਂ ਬੈਠੇ ਆਂ ਉਹ ਕਦੀ ਬੰਦੇ ਨੂੰ ਸੋਚਣ ਦਾ ਟਾਈਮ ਹੀ ਨਹੀਂ ਦਿੰਦਾ ਵੀ ਯਾਰ ਤੂੰ ਵੀਰੇ ਵੀ ਸੋਚ ਲੈ ਵੀ ਤੇਰੀ ਕਹਾਣੀ ਕਿੱਥੇ ਵਿਗੜੀ ਪਈ ਤੂੰ ਠੀਕ ਕਿੱਥੋਂ ਹੋਗੀ ਉਹ ਕੁਦਰਤੀ ਐ ਇਹ ਸੋਚਿਆ ਅੱਜ ਵੀ ਯਾਰ ਇਹ ਜਿਹੜੀਆਂ ਕਹਾਣੀਆਂ ਸਾਨੂੰ ਸਾਹਮਣੇ ਨਜ਼ਰ ਆਉਂਦੀਆਂ ਪਈਆਂ ਵੀ ਉਹ ਖਰਚੇ ਜਿਹੜੇ ਅਸੀਂ ਵਿਖਾਵੇ ਲਈ ਕਰਦੇ ਉਹ ਚਾਹੇ ਮਰਨੇ ਪਰਨੇ ਤੇ ਹੋਣ ਵਿਆਹ ਸ਼ਾਦੀ ਤੇ ਹੋਣ ਕੋਟ ਪਾਉਣ ਤੇ ਹੋਣ ਗੱਡ ਲੈਂਡ ਤੇ ਹੋਣ ਮੈਂ ਤਾਂ ਹੀ ਉਹ ਸ਼ਬਦੀ ਵੱਡੇ ਕਰਤੇ ਲੀਡਾ ਲੱਤਾ ਕੋ ਬਾਹਲਾ ਬ੍ਰਾਂਡਡ ਜਾਂ ਹੋਰ ਵਾਲੇ ਪਾਸੇ ਹੋਵੇ ਮੋਬਾਈਲਾਂ ਸ਼ਬਾਈਲਾਂ ਤੇ ਕੀ ਪਤਾ ਨਹੀਂ ਕਿਧਰ ਮਤਲਬ ਜਿਹੜੀ ਚੀਜ਼ ਸਾਨੂੰ ਵਿਖਾਵਾ ਲੱਗਦੀ ਵੀ ਇਹ ਸਿਰਫ ਤੇ ਸਿਰਫ ਯਾਰ ਵਿਖਾਵੇ ਲਈ ਅਸੀਂ ਉਹਦੇ ਤੇ ਇੱਕ ਸੈਕੰਡ ਥੌਟ ਦੇ ਲਿਓ ਤੇ ਇਹ ਕੋਸ਼ਿਸ਼ ਕਰ ਲਈਏ ਵੀ ਯਾਰ ਇਹ ਜਿਹੜਾ ਪੈਸਾ ਅਸੀਂ ਬਚਾ ਲਿਆ ਹੈ ਤੋਂ ਮੈਂ ਨਹੀਂ ਕਹਿੰਦਾ ਵੀ ਯਾਰ ਉਹ ਪੈਸਾ ਤੁਸੀਂ ਕੋਟਵੱਟ ਕੇ ਤੇ ਤੁਸੀਂ ਬਈ ਖਰਚੀ ਨਾ ਕਰੋ ਜਿਹੜਾ ਤੁਸੀਂ ਬਚਾ ਲਿਆ ਉਹਨੂੰ ਆਪਣੇ ਤੇ ਗਾਂ ਭਵਿੱਖ ਤੇ ਗਾਂ ਫਿਊਚਰ ਤੇ ਗਾਂ ਆਉਣ ਵਾਲੀ ਪੀੜ੍ਹੀ ਤੇ ਖਰਚੋਗੇ ਤੇ ਤੁਸੀਂ ਦੇਖੋਗੇ ਕਿ ਯਾਰ ਇੱਕ ਤਾਂ ਤੁਸੀਂ ਕਰਜ਼ੇ ਚੋਂ ਬਾਹਰ ਆ ਗਏ ਦੂਸਰਾ ਥੋੜੀ ਜੀ ਟੈਨਸ਼ਨ ਮੁਕਤ ਵਾਲੀ ਜ਼ਿੰਦਗੀ ਹੋ ਗਈ ਤੇ ਜਿਹੜਾ ਆਪਾਂ ਨੂੰ ਇਹ ਹੁੰਦਾ ਵੀ ਯਾਰ ਟਾਈਮ ਹੀ ਹੈ ਨਹੀਂ ਯਾਰ ਮਰਨ ਦਾ ਟਾਈਮ ਨਹੀਂ ਹੈਗਾ ਵੇਲ ਨਹੀਂ ਹੈਗਾ ਹੌਲੀ ਹੌਲੀ ਤੁਹਾਡੇ ਕੋਲ ਵੇਲ ਵੀ ਆ ਜੂਗਾ ਕਿਉਂਕਿ ਤੁਹਾਡੇ ਖਰਚੇ ਕਟ ਗਏ ਬਿਲਕੁਲ ਜੀ ਬਹੁਤ ਜ਼ਰੂਰੀ ਹੈ ਸੰਧਾਲੀਆ ਸਭ ਬਾਕੀ ਗੁੱਸਾ ਕੋਈ ਨਾ ਕਰੇ ਤੇ ਕੋਈ ਗੱਲ ਨਹੀਂ ਹੋਰ ਚੇਤੇ ਰੱਖਣੀ ਡਰਸਾਂ ਚੇਤੇ ਰੱਖਣੀਆਂ ਤੁਸੀਂ ਅੱਜ ਜੇ ਡਰਸਾਂ ਚੇਤੇ ਰੱਖ ਲੀਆਂ ਤੁਹਾਨੂੰ ਪਤਾ ਲੱਗ ਜੂਗਾ ਬੰਦੇ ਦਾ ਹਾਂ ਜੀ ਮੈਂ ਚਲੋ ਰੱਖਣਗੀਆਂ ਤੇ ਬੱਕ ਜੇ ਚੰਗੀ ਨਾ ਲੱਗੇ ਗੱਲ ਸਾਨੂੰ ਦੱਸ ਦਿਓ ਅਸੀਂ ਵੀ ਤੁਹਾਡੇ ਨਾਲ ਹੀ ਰਲ ਜਣਾਂ ਨੇ ਮੇਰੇ ਕੋਲ ਰਲਿਆ ਨਹੀਂ ਜਾਣਾ ਨਹੀਂ ਰਲਿਆ ਤਾਂ ਬਹੁਤੇ ਪੰਜਾਬੀਆਂ ਕੋ ਰਲਿਆ ਨਹੀਂ ਜਾਂਦਾ ਰਲਣ ਦੀ ਕੋਸ਼ਿਸ਼ ਹੀ ਕਰਦੇ ਆ ਉਹ ਹੈ ਰਲਿਆ ਚੁੱਕਦੇ ਆ ਰਲਿਆ ਹੀ ਚਾਹੀਦਾ ਰਲਿਆ ਹੀ ਚੁੱਕਦੇ ਆ ਰੋਜ਼ ਪੰਜ ਸੱਤ ਤਾਰੀ ਭਾਰ ਵਾਲਿਆ ਚੁਗ ਲੈਂਦਾ ਚਲਿਏ ਬਹੁਤ ਸ਼ੁਕਰੀਆ ਸੰਦਾਲਿਆ ਸਾਹਿਬ ਮਿਹਰਬਾਨ ਲਓ ਜੀ ਵੀਰੇ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇਸ ਸਮਾਪਤ ਕਰਦੇ ਆ ਜੇ ਤੁਹਾਨੂੰ ਚੰਗਾ ਲੱਗੇ ਤਾਂ ਟਿੱਪਣੀ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਸਾਨੂੰ ਵੀ ਇਹ ਲੱਗੇ ਪਿਆਰ ਅਸੀਂ ਐਵੇਂ ਇੱਥੇ ਬਕਵਾਸ ਨਹੀਂ ਕਰਦੇ ਨੀ ਕਦੀ ਕਦੀ ਜਦੋਂ ਸਾਡਾ ਦਿਲ ਕਰਦਾ ਯਾਰ ਉਹ ਗੱਲਾਂ ਜਿਹੜੀਆਂ ਪਰਿਵਾਰ ਚ ਬਹਿ ਕੇ ਕਰਨ ਵਾਲੀਆਂ ਤੇ ਇਸ ਤੁਹਾਨੂੰ ਆਪਣਾ ਪਰਿਵਾਰ ਸਮ ਇਹ ਉਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਆ ਉਹਦੇ ਤੇ ਆਪਾਂ ਨੂੰ ਦੁਬਾਰਾ ਥਾਟ ਦੇਣ ਦੀ ਲੋੜ ਆ ਉਹ ਜੜੀ ਇਹ ਨਾ ਆਪਾਂ ਹੁਣ ਦੇ ਇਜਾਜ਼ਤ ਦੇਖਦੇ ਰਹਿਣਾ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ